ਤਨ ਤਨ ਵਾਖੇ ਗੁਰੂ ਸਾਹਿਬ ਜੀਓ ਪਉੜੀ ਆਪੀ ਨੈ ਆਪ ਸਾਜਿਓ ਆਪੀ ਰਚਿਓ ਨਾ ਦੋਇ ਕੁਦਰਤ ਸਾਜੀ ਐ ਕਰ ਆਸਣ ਡਿਠੋ ਚਾ ਦਾਤਾ ਕਰਤਾ ਆਪ ਤੂੰ ਉਸ ਦੇਵ ਹੈ ਕਰ ਪਸਾ ਤੂੰ ਜਾਣੋਈ ਸਭ ਸੈ ਦੇ ਲੈ ਸਹਿ ਜਿੰਦ ਕਵਾ ਕਰ ਆਸ਼ਨ ਡਿਠੋ ਚਾ ਤੂੰ ਜਾਣੋਈ ਸਭ ਸੈ ਦੇ ਲੈ ਸਹਿ ਜਿੰਦ ਕਵਾਉ ਕਰ ਆਸ਼ਨ ਡਿਠੋ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਨੇ ਪਹਿਲੇ ਸ਼ਲੋਕ ਵਿੱਚ ਸਤਿਗੁਰੂ ਦੀ ਅਜ਼ਮਤ ਗੁਰੂ ਤੋਂ ਕੁਰਬਾਨ ਜਾਣਾ ਤੇ ਅਗਲੇ ਸ਼ਲੋਕ ਜੋ ਸਵੇਰੇ ਸੀ ਵਿਚਾਰ ਰਖੇ ਸਾਂ ਜਿੰਨਾ ਮਰਜੀ ਇਨਸਾਨ ਕੋਲ ਬਾਹਰ ਦੀ ਨੌਲੇਜ ਹੋਵੇ ਗਿਆਨ ਹੋਵੇ ਪਰ ਅਧਿਆਤਮਿਕ ਜੀਵਨ ਦੀ ਸੋਝੀ ਸਮਰਤ ਗੁਰੂ ਤੋਂ ਬਿਨਾ ਨਹੀਂ ਹੋ ਸਕਦੀ ਅੰਦਰ ਦੀ ਸੋਝੀ ਅੰਦਰ ਦਾ ਗਿਆਨ ਸਤਗੁਰੂ ਦੀ ਬਖਸ਼ਿਸ਼ ਦੁਆਰਾ ਤੀਸਰਾ ਸ਼ਲੋਕ ਹਜ਼ੂਰ ਨੇ ਇੱਕ ਤਿਲ ਦੀ ਉਦਾਹਰਣ ਦਿੱਤੀ ਹੈ ਉਸੇ ਨੂੰ ਮੈਂ ਵਿਚਾਰ ਨੂੰ ਅੱਗੇ ਤੋਰਦਾ ਹੋਇਆ ਇਦੇ ਵਿੱਚ ਹੀ ਅਸੀਂ ਪੌੜੀ ਦੀ ਵਿਚਾਰ ਕਰਾਂਗੇ। ਹਜ਼ੂਰ ਨੇ ਬਚਨ ਕੀਤਾ ਕੁਝ ਲੋਕ ਉਹਨਾਂ ਕੋਲ ਸ਼ਬਦਾਵਲੀ ਹੈ। ਉਹਨਾਂ ਦੇ ਦਿਮਾਗ ਕੋਲ ਨੌਲੇਜ ਹੈ। ਪਰ ਦੋ ਕਿਸ ਚੀਜ਼ ਦਾ ਹੈ ਕਿ ਉਹ ਆਪਣੇ ਅੰਦਰੋਂ ਚਲਾਕੀ ਨਹੀਂ ਛੱਡਦੇ, ਚਤਰਾਈ ਨਹੀਂ ਛੱਡਦੇ, ਆਪਣੀ ਸਿਆਣਪ ਨੂੰ ਨਹੀਂ ਛੱਡਦੇ। ਗੁਰੂ ਨੂੰ ਚੇਤੇ ਨਹੀਂ ਕਰਦੇ। ਫਿਰ ਗੱਲ ਧਿਆਨ ਨਾਲ ਸੁਣਿਓ। ਗੱਲ ਗੁਰੂ ਦੀ ਕਰਦੇ ਆ। ਉਹਨਾਂ ਕੋਲ ਸ਼ਬਦਾਵਲੀ ਗੁਰੂ ਦੀ ਇਹ ਵਿਚਾਰ ਹੈ ਨੌਲੇਜ ਹੈ ਪਰ ਸਤਗੁਰੂ ਕਹਿੰਦੇ ਧੁਰ ਅੰਦਰ ਤੋਂ ਆਪਣੇ ਗੁਰੂ ਤੇ ਭਰੋਸਾ ਨਹੀਂ ਗੁਰੂ ਨੂੰ ਯਾਦ ਨਹੀਂ ਕਰਦੇ ساری ਜ਼ਿੰਦਗੀ ਚਲਾਕੀਆਂ ਵਰਦੇ ਨੇ ਹਜ਼ੂਰ ਕਹਿੰਦੇ ਨੇ ਐਸੇ ਇਨਸਾਨ ਉਸ ਛੱਟੜ ਬੁਆੜ ਤਿਲ ਦੀ ਤਰ੍ਹਾਂ ਨੇ ਕਿ ਜਿਸ ਦਾ ਕਦ ਵੀ ਬਣਿਆ ਫੁੱਲ ਵੀ ਬਣੇ ਫਲੀਆਂ ਵੀ ਲੱਗੀਆਂ ਪਰ ਦੁੱਖ ਇਸ ਚੀਜ਼ ਦਾ ਕਿ ਉਹਦੇ ਵਿੱਚ ਦਾਣੇ ਪੈਦਾ ਹੋਣ ਦੀ ਥਾਂ ਕੇਵਲ ਸਵਾਹ ਭਰੀ ਗਈ ਤੇ ਇਸ ਨਖਸਮਿਆਂ ਨੂੰ ਨਿਕਮਿਆਂ ਨੂੰ ਬਾਲਣ ਵਾਸਤੇ ਸੜਨ ਵਾਸਤੇ ਕਈ ਲੋਕ ਇਹਨੂੰ ਪੱਟਣ ਵਾਸਤੇ ਆ ਗਏ अनेਕਾਂ ਨੇ ਫੁੱਲ ਤੇ ਉਸ ਪੇਡੇ ਤੇ ਆਪਣਾ ਅਧਿਕਾਰ ਦਰਸਾਇਆ ਸਤਿਗੁਰੂ ਕਹਿੰਦੇ ਨੇ ਤਥਾ ਕਥਤ ਗਿਆਨੀ ਖਿਮਾ ਕਰਿਓ ਵਿੱਚ ਅਸੀਂ ਸਾਰੇ ਸ਼ਾਮਲ ਹੁੰਨੇ ਮੈਂ ਆਪਣੀ ਗੱਲ ਕਰ ਰਿਹਾ ਅਸੀਂ ਬਾਹਰੋਂ ਭੋਲਾਪਨ ਦਿਖਾਨੇ ਆ ਪਰ ਅੰਦਰ ਵੱਲ ਛਲ ਕਪੜ ਛੱਡਣ ਨੂੰ ਤਿਆਰ ਨੇ ਹਜ਼ੂਰ ਕਿੰਨੇ ਐਸੇ ਲੋਕ ਜਿਹੜੇ ਗੁਰੂ ਤੋਂ ਚੇਤੇ ਨਹੀਂ ਕਰਦੇ ਆਪਣੀ ਚਲਾਕੀ ਵਰਦੇ ਨੇ ਉਹ ਤਾਂ ਉਸ ਛੁੱਟੜ ਤਿਲ ਦੀ ਤਰ੍ਹਾਂ ਨੇ ਕਿ ਜਿਨਨੇ ਦਾਣੇ ਭਰੇ ਨਹੀਂ ਉਹਨੇ ਪਾਣੀ ਵੀ ਲਿਆ ਖਾਦ ਵੀ ਲਈ ਸਭ ਕੁਝ ਸੰਭਾਲ ਵੀ ਉਹਦੀ ਕੋਈ ਪਰ ਦੋ ਇੱਕ ਇਸ ਚੀਜ਼ ਦਾ ਕਿ ਅੰਦਰੋਂ ਥੋਥੇ ਦਾ ਥੋਥਾ ਰਹਿ ਗਿਆ ਉਹ ਥੋੜਾ ਜਿਹਾ ਬਾਣੀ ਚ ਉਸੇ ਦੇਖੀ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਉਸੇ ਸ਼ਲੋਕ ਦੀ ਲੜੀ ਜੋ ਸਵੇਰ ਮਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਹਜ਼ੂਰ ਦਾ ਦੇਖੋ ਪਰਮਾਤਮਾ ਦੀ ਗੱਲ ਕਰਨੀ ਤੇ ਅੰਦਰ ਦੀ ਚਲਾਕੀ ਨੂੰ ਸਿਆਣਪ ਨੂੰ ਛੱਡ ਦੇਣਾ ਪਿਆਰਿਓ ਜੇ ਕਿਤੇ ਬੰਦਾ ਆਪਣੇ ਅੰਦਰ ਦੀ ਚਲਾਕੀ ਛੱਡ ਦੇਣਾ ਭੋਲਾ ਭਾਉ ਲੈ ਕੇ ਸੱਚੀ ਮੁੱਚੀ ਭਾਵਨਾ ਨਾਲ ਸਮਰਪਿਤ ਹੋ ਜਾਏ ਤੇ ਮੇਰਾ ਖਿਆਲ ਉਹਨੂੰ ਚੋਖੇ ਗਿਆਨ ਧਾਨ ਦੀ ਕੋ ਲੋੜ ਹੀ ਨਹੀਂ ਭੋਲਾ ਭਾਉ ਤਾਂ ਪਰਮਾਤਮਾ ਨੂੰ ਇੱਕ ਖਿੰਨ ਵਿੱਚ ਮਿਲਾ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਉਸ ਵਿੱਚ ਹਜ਼ੂਰ ਨੇ ਨੌਲੇਜ ਗਿਆਨ ਬਾਹਰ ਮੁਕੀ ਤੇ ਅੰਦਰ ਦੀ ਚਲਾਕੀ ਦੋਨਾਂ ਦਾ ਜ਼ਿਕਰ ਕੀਤਾ ਹੈ ਹਜ਼ੂਰ ਨੇ فرمایا ਜੇ ਬੰਦਾ ਅੰਦਰੋਂ ਸੁਚੇਤ ਤੇ ਸੁਭਾ ਸੁਚੇਤ ਦੇ ਅਰਥ ਕੀਤੇ ਸੰਚਲਾਕ ਚੁਸਤ ਕਪਟੀ ਫਰੇਬੀ ਮਕਾਰੀ ਅੰਦਰੋਂ ਬੰਦਾ ਚਲਾਕੇ ਚੁਸਤ ਬੜਾ ਹੈ ਬਾਰੂ ਜਦੋਂ ਗਾਉਣ ਲੱਗਦਾ ਕਮਾਲ ਦੀ ਗਾਲ ਉਹਦੇ ਕੋਲ ਰਾਗ ਬਹੁਤ ਨੇ ਗਾਉਂਦਾ ਬਹੁਤ ਸੋਹਣਾ ਪਰ ਹਜ਼ੂਰ ਕਹਿੰਦੇ ਨੇ ਉਹਦਾ ਗਾਉਣਾ ਉਹਦੇ ਆਲਾਪ ਲਾਣੇ ਕੀ ਕੰਮ ਕਰਨਗੇ ਜੋ ਉਹ ਅੰਦਰ ਦੀ ਚਲਾਕੀ ਨਹੀਂ ਛੜਦਾ ਪਿਆ ਕਪਟ ਉਹਦੇ ਅੰਦਰ ਭਰਿਆ ਪਿਆ ਦੂਸਰਾ ਬਚਨ ਕੀਤਾ ਇੱਕ ਇਨਸਾਨ ਕਥਾ ਬਹੁਤ ਸੋਹਣੀ ਕਰਦਾ ਬੋਲਦਾ ਬਹੁਤ ਚੰਗਾ ਹੈ ਪਰ ਜੇਕਰ ਉਹਦੇ ਅੰਦਰ ਵੀ ਕਪਟ ਕੇ ਨੌਲੇਜ ਉਹਦੇ ਕੋਲ ਬੜੀ ਗਿਆਨodicul ਅਥਾਖ ਹੈ ਪਰ ਅੰਦਰ ਵਾਲਾ ਕਪਟ ਛੱਡਣ ਨੂੰ ਤਿਆਰ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਲੋਕ ਦੋਸ਼ ਲਾਣ ਵੀ ਕਪਟੀਏ ਇਹਦੀ ਪਰਵਾਹ ਨਾ ਕਰੇ ਬੰਦਾ ਪਰ ਸੱਚ ਇਹ ਵੇ ਆਪ ਅੰਦਰੋਂ ਇਮਾਨਦਾਰ ਹੋਵੇ ਅੰਦਰੋਂ ਕਪਟੀ ਨਾ ਹੋਵੇ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅਧਿਆਤਮਕ ਰਸਤੇ ਤੇ ਚੱਲਦੇ ਹੋ ਤੇ ਸਮਾਜ ਤੁਹਾਨੂੰ ਪਰਵਾਹ ਨ ਕਰ ਲਏਗਾ ਇਸ ਗੱਲ ਨੂੰ ਘਰੋਂ ਮੰਨ ਕੇ ਤੁਰਿਓ ਕਿ ਪਰਮਾਰਥ ਦੇ ਰਸਤੇ ਤੇ ਚੱਲਦੀਆਂ ਜਿਤਨੀਆਂ ਮੁਸ਼ਕਲਾਂ ਨੇ ਇਨੀਆਂ ਸ਼ਾਇਦ ਦੁਨੀਆ ਕਮਾਂਦਿਆਂ ਮੁਸ਼ਕਲਾਂ ਨਹੀਂ ਆਉਣੀਆਂ ਸਮਾਜ ਨੇ ਕਿਸੇ ਨੂੰ ਅੱਜ ਤੱਕ ਨਹੀਂ ਬਖਸ਼ਿਆ ਦਾਸ ਤਾਂ ਕਈ ਵਾਰੀ ਬੇਨਤੀ ਕਰਦਾ ਜਿਸ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਸੀ ਆਕਾਰ ਕਹਿ ਰਹੇ ਆ ਕਿ ਉਸ ਵਕਤ ਦੇ ਸਮਾਜ ਨੇ ਕਿ ਉਸ ਵਕਤ ਦੇ ਤਥਾ ਕਥਤ ਗਿਆਨੀਆਂ ਨੇ ਕਿ ਉਸ ਵਕਤ ਦੇ ਸਾਡੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੱਚ ਨੂੰ ਉਸ ਸਮੇਂ ਪ੍ਰਵਾਨ ਕਰ ਲਿਆ ਹਜ਼ੂਰ ਨੂੰ ਇਹ ਸ਼ਬਦ ਕਹਿਣੇ ਪਏ ਹਜ਼ੂਰ ਕਿੰਨੇ ਨੇ ਮੈਨੂੰ ਇਹ ਤੋਂ ਤੱਕ ਲੋਕਾਂ ਨੇ ਕਿਹਾ ਵੀ ਇਹ ਸ਼ਦਾਈ ਹੋ ਗਿਆ ਬਾਬੇ ਕਾਲੂ ਦਾ ਪੁੱਤਰ ਇਹ ਕਮਲਾ ਖੈ ਕਿਸੇ ਕਹੇ ਇਹ بڑے ਭੜੇ ਭੜੇ ਸ਼ਬਦ ਵਰਤੇ ਉਹ ਸੀ ਗੁਰਦੇਵ ਦੇ ਬਚਨ ਮਾਰੂ ਰਾਗ ਚ ਪੜਨੇ ਆ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸਮਾਜ ਨੇ ਸਵੀਕਾਰ ਨਹੀਂ ਕੀਤਾ ਉਸ ਵਕਤ ਕੁਝ ਲੋਕਾਂ ਨੇ ਮੈਂ ਬੇਨਤੀ ਕਰਾਂ ਗੁਰੂ ਰਾਮਦਾਸ ਕਹਿੰਦੇ ਨੇ ਕੋਈ ਮੰਨ ਲਓ ਰਾਗ ਗਾਉਂਦਾ ਹੈ ਕਮਾਲ ਦਾ ਆਲਾਪ ਲਾਂਦਾ ਹੈ ਪਰ ਅੰਦਰ ਚਲਾਕੀ ਹੈ ਅੰਦਰ ਛਲ ਛਲ ਕਪਟ ਹੈ ਮੰਨ ਲਓ ਕੋਈ ਕਥਾ ਕਰ ਰਿਹਾ ਹੈ ਪਰ ਅੰਦਰ ਚਲਾਕੀਆਂ ਸਿਆਣਪਾਂ ਕਲਾਬਾਜ਼ੀਆਂ ਖੇਡ ਰਿਹਾ ਸੱਚੇ ਪਾਤਸ਼ਾਹ ਗਲੀ ਬਚਨ ਕਰਦੇ ਨੇ ਮੰਨ ਲਓ ਕੋਈ ਸਿੰਗੀ ਵਿੱਚ ਜਾਂਦਾ ਜੋਗੀ ਕੋਈ ਵੇਦਾਂ ਨੂੰ ਪੜ੍ਹਦਾ ਹੈ ਵੇਦ ਪਾਠੀ ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਕਪਟ ਹੈ ਉਹ ਭਾਵੇਂ ਗਿਆਨ ਇਕੱਠਾ ਕਰਕੇ ਕਥਾ ਕਰੇ ਉਹ ਭਾਵੇਂ ਸੱਚ ਏਵੇ ਕਿ ਰਾਗਾਂ ਵਿੱਚ ਗਾਣਾ ਸ਼ੁਰੂ ਕਰਦਾ ਹੈ ਉਹ ਬੰਦਾ ਭਾਵੇਂ ਅਨੇਕਾਂ ਤਰ੍ਹਾਂ ਦੇ বেদ ਪਾਠਨ ਕਰੇ ਜਿਸ ਬੰਦੇ ਦੇ ਅੰਦਰ ਕਪਟੇ ਉਹਦਾ ਗਾਵਿਆ ਉਹਦਾ ਬੋਲਿਆ ਇਸ ਤਰ੍ਹਾਂ ਜਿਵੇਂ ਬੰਦਾ ਕੇਵਲ ਰੋਈ ਜਾ ਰਿਹਾ ਰੋਣਾ ਕਿਸ ਅਰਥ ਹਜ਼ੂਰ ਦੇ ਇਸ ਪਵਿੱਤਰ ਸ਼ੰਤ ਦਾ ਇਹ ਬਚਨ ਆਪ ਸਭ ਨੂੰ ਚੇਤੇ ਉਹਦੇ ਚ ਕਿਹਾ ਇੱਕ ਕਪਟ ਤੇ ਇੱਕ ਸ਼ੁੱਧ ਪਾਵਣ ਹਜ਼ੂਰ ਦਾ ਬੋਲ ਹੈ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਪਾਂਤ ਕਰ ਮਨ ਆਪਣੇ ਸੁਚੇਤ ਬਸ ਇਸ ਤੱਕ ਨਾਨਕ ਗੁਰੂ ਨਾ ਚਿਤਨੇ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਪਾਂਤ ਕਰ ਰਾਗਾ ਰਹੀਂ ਨਾਦਾ ਰਹੀਂ ਵੇਦਾਂ ਦੇ ਸ਼ਲੋਕ ਸ਼ਰਤियां ਰੱਖੀ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਪਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਵਹਿ ਗੁਰੂ ਜੀ ਨੇ ਭੀਜਣਗੇ ਮਹਾਰਾਜ ਕਿਉ ਨੀ ਭਿਜਨਗੇ ਕਹਿ ਲਗੇ ਜਿਨਾ ਅੰਤਰ ਕਪਟ ਵਿਕਾਰ ਹੈ ਮਨ ਆਪਣੇ ਸੁਚੇਤ ਅੰਦਲੋਂ ਚਲਾਕ ਨੀ ਕਪਟੀ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਪਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਸ ਜਾਣਦਾ ਉਹ ਪ੍ਰਮਾਤਮਾ ਸਭ ਕੋਈ ਸਮਝਦਾ ਪਿਆ ਬੰਦੇ ਦੇ ਅੰਦਰ ਕੀ ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀ ਜੈ ਇਹ ਥੋੜਾ ਜਿਹਾ ਬੇਨਤੀ ਸੁਣਿ ਮਨ ਆਪਣੇ ਸੁਚੇਤ ਕਿਵੇਂ ਮੰਨ ਲਓ ਇੱਕ ਬੰਦੇ ਨੂੰ ਕੋਈ ਰੋਗ ਹੈ ਬਿਮਾਰੀ ਇਹ ਜਾਂ ਉਹਨੂੰ ਕੋਈ ਜ਼ਖਮ ਹੋ ਗਿਆ ਹੁਣ ਉਹ ਉਸ ਰੋਗ ਨੂੰ ਲੁਕਾਣ ਲਈ ਉੱਤੇ ਖਾਤਰਾ ਕੇ ਕਹੇ ਮੈਂ ਤਾਂ ਰੋਗ ਕੋਈ ਖੈ ਨਹੀਂ ਤੁਸੀਂ ਦੱਸੋ ਕੀ ਉੱਤੇ ਕਪੜਾ ਪਾ ਕੇ ਜ਼ਖਮ ਨੂੰ ਲੁਕਾਣ ਦੇ ਨਾਲ ਪੀੜਾ ਮੁੱਕ ਜਾਏਗੀ ਕੀ ਉੱਤੇ ਹੱਥ ਰੱਖ ਕੇ ਕਹਿ ਵੀ ਮੈਨੂੰ ਤਾਂ ਬਿਲਕੁਲ ਮੈਂ ਤੰਦਰੁਸਤ ਆ ਪਰਦੇ ਦੇ ਥੱਲੇ ਰੱਖੀ ਕੋਈ ਬਿਮਾਰੀ ਨਾਲ ਬੰਦਾ ਪਰਦੇ ਕਰਕੇ ਨਹੀਂ ਬਚਦਾ ਇਹਨੂੰ ਮੈਂ ਹੋਰ ਬੇਨਤੀ ਕਰਾਂ ਪੈਰ ਵਿੱਚ ਮੰਨ ਲੋ ਕੰਡਾ ਚੁਭ ਗਿਆ ਸੂਲ ਚੁਭ ਗਈ ਤੇ ਬੰਦੇ ਨੇ ਮਖਮਲੀ ਜੁੱਤੀ ਪਾ ਲਈ ਜੀ ਕਿਉਂਕਿ ਮੈਂ ਕੰਡਾ ਚੁਭ ਗਿਆ ਮੈਂ ਕੰਡੇ ਨੂੰ ਕਢਣਾ ਨਹੀਂ ਪਰ ਉਹ ਜੁੱਤੀ ਮਖਮਲੀ ਪਾ ਕੇ ਤੁਰਿਆ ਫਿਰਦਾ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੀ ਅੰਦਰ ਜਿਹੜਾ ਕੰਡਾ ਚੁੱਬਿਆ ਉਹਨੂੰ ਮਖਮਲੀ ਜੁੱਤੀ ਦੇ ਨਾਲ ਟੱਕਿਆ ਜਾ ਸਕਦਾ ਨਹੀਂ ਉਹਦੀ ਚੀਜ਼ ਉੱਠੇਗੀ ਜਿੰਨੀ ਦੇਰ ਤੱਕ ਕੱਢਾਂਗੇ ਨਹੀਂ ਭਾਵੇਂ ਮਖਮਲੀ ਜੋੜੇ ਪਾ ਕੇ ਰੱਖੋ ਸੂਲ ਦੀ ਰੜਕ ਅੰਦਰ ਪੈਰਾਂ 'ਚ ਜ਼ਰੂਰ ਪੈਗੀ ਫਿਰ ਬੇਨਤੀ ਕਰਾਂ ਜ਼ਖਮ ਹੋਵੇ ਪੀੜਾ ਹੋਵੇ ਉਹਨੂੰ ਕੱਪੜੇ ਦੇ ਥੱਲੇ ਟੱਕ ਦਿਓ ਤੇ ਰੋਗ ਦੀ ਚੀਜ਼ ਨਹੀਂ ਜਾਂਦੀ ਕੰਡਾ ਪੈਰਾਂ ਵਿੱਚ ਚੁੱਬਿਆ ਹੋਵੇ ਉਹਨੂੰ ਮਖਮਲੀ ਜੁੱਤੀ ਪਾ ਕੇ ਕਹੋ ਪੀੜਾ ੜ ਜਾਏਗੀ ਕਦੀ ਨਹੀਂ ਇਹਦਾ ਮੈਂ ਮਤਲਬ ਕੀ ਕਹਿ ਰਿਹਾ ਅੰਦਰ ਕਪਟ ਹੋਵੇ ਤੇ ਬਾਹਰੋਂ ਮਿੱਠੀਆਂ ਗੱਲਾਂ ਕਰਨ ਦੇ ਨਾਲ ਕਪਟ ਦੀ ਪੀੜਾ ਚਲੀ ਜਾਏਗੀ ਅੰਦਰ ਕਪਟ ਹੈ ਕੀ ਉਹ ਰੋਗ ਪਰਦੇ ਥੱਲੇ ਚਲਾ ਜਾਊਗਾ ਕੋਈ ਗਾਵੈ ਰਾਗੀ ਨਾਦੀ ਬੇਦੀ ਬੋਪਾਂਤ ਕਰਨੀ ਖਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਤਾ ਉਹਨਾਂ ਦੀਆਂ ਅੱਖਾਂ ਦਾ ਪਾਣੀ ਕੁਛ ਨਹੀਂ ਕਰੇਗਾ ਤੇਨਾ ਰੋਏ ਕਿਆ ਕੀਜੈ ਖਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੇ ਅੱਗੇ ਮਹਾਰਾਜ ਕਹਿੰਦੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਕਪਟੀ ਨਾ ਹੋਵੇ ਹਿਰਦਾ ਸ਼ੁੱਧ ਹੋਵੇ ਅੱਖਰ ਘਟ ਸਮਝ ਹੋਣ ਨੌਲੇਜ ਘਟ ਹੋਵੇ ਪਰ ਖਿਰਦੇ ਦੀ ਪਵਿੱਤਰਤਾ ਹੋਵੇ ਤੇ ਪ੍ਰਮਾਤਮਾ ਨਾਲ ਤਾਂ ਹੀ ਸਾਬ ਨੇ ਕਿਹਾ ਜਿਨ੍ਹਾਂ ਨਾਨਕ ਗੁਰਮਾ ਕੇ ਹਿਰਦਾ ਸ਼ੁੱਧ ਹੈ ਹਰ ਭਗਤ ਕਰ ਲਈ ਜੈ ਪਰਮਾਤਮਾ ਦੀ ਭਗਤੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਦੀ ਸ਼ੁੱਧਤਾ ਹੈ ਇਹ ਹੀ ਕਾਰਨ ਮੈਂ ਇੱਕ ਹੋਰ ਉਦਾਹਰਣ ਦੇਣਾ ਕਬੀਰ ਸਾਹਿਬ ਜੀ ਦਾ ਅੱਜ ਸ਼ਲੋਕ ਮੇਰੇ ਸਾਹਮਣੇ ਆਇਆ ਪੜ੍ਹਦੇ ਹਾਂ ਕਬੀਰ ਕੋਠੀ ਕਾਂਠ ਕੀ ਦਹਿ ਦਿਸ ਲੱਗੀ ਆਗ ਮੈਂ ਦੇ ਅਰਥ ਕਰਨਾ ਪਹਿਲਾ ਸ਼ਲੋਕ ਹੈ ਕਬੀਰ ਕੋਠੀ ਕਾਂਠ ਕੀ ਦਹਿ ਦਿਸ ਲੱਗੀ ਆਗ ਪੰਡਿਤ ਪੰਡਿਤ ਜਲਮਵੇ ਮੂਰਖ ਉਬਰੇ ਭਾਗ ਇਹ ਇਹ ਵੀ ਸਲੋਕ ਇਹ ਇਹ ਦੀ ਵਿਆਖਿਆ ਕਰਦਾ ਹੈ ਸਲੋਕ ਦੀ ਮਨ ਆਪਣੇ ਸੁਚੇਤ ਮਨ ਨੂੰ ਇੱਕ ਲੱਕੜ ਦਾ ਕੋਠਾ ਹੈ ਮੈਂ ਅੱਗੇ ਪਾਵਰਤ ਕਰਨਾ ਇਹਦੇ ਉਸ ਲੱਕੜ ਦੇ ਕੋਠੇ ਵਿੱਚ ਪੰਡਿਤ ਵੀ ਨਹੀਂ ਤੇ ਮੂਰਖ ਵੀ ਨਹੀਂ ਜਿਨ੍ਹਾਂ ਨੂੰ ਲੋਕ ਸਿਆਣੇ ਨਹੀਂ ਕਹਿੰਦੇ ਜਿਨ੍ਹਾਂ ਨੂੰ ਵਿਦਵਾਨ ਲੋਕ ਕਹਿੰਦੇ ਨੇ ਤੇ ਮੂਰਖ ਇਹਨੂੰ ਤਾਂ ਸਮਝ ਹੀ ਕੋਈ ਨਹੀਂ ਮੈਂ ਤਾਂ ਇੰਨਾ ਕੁਝ ਪੜਿਆ ਇਸ ਮੂਰਖ ਨੇ ਕੀ ਪੜਿਆ ਹੁਣ ਲੱਕੜ ਦੀ ਕੋਠੀ ਵਿੱਚ ਪੰਡਿਤ ਵਿਦਵਾਨ ਵੀ ਬੈਠੇ ਨੇ ਮੂਰਖ ਵੀ ਬੈਠੇ ਨੇ ਹੁਣ ਪਿਆਰਿਓ ਲੱਕੜ ਦੀ ਕੋਠੀ ਨੂੰ ਲੱਗੀ ਅੱਗ ਤੇ ਵਿਦਵਾਨ ਪੰਡਿਤ ਕਿਤਾਬਾਂ ਖੋਲ ਕੇ ਬੈਠ ਗਿਆ ਲੱਗ ਅੱਗ ਲੱਗਦੀ ਕਿਵੇਂ ਮੈਂ ਲੱਕੜ ਕਿੰਨੇ ਚਿਰ ਚ ਸੜ ਸਕਦੀ ਇਹ ਲੱਕੜ ਨੂੰ ਕਿਵੇਂ ਗ੍ਰਿਫਤ ਕਰ ਲੈਗੀ ਹੁਣ ਉਹ ਬੰਦਾ ਨ ਸਮਝੀ ਇਹ ਨਹੀਂ ਦੇਖ ਰਿਆ ਵੀ ਮੈਂ ਅੱਗ ਤੋਂ ਬਚਾਂ ਉਹ ਅੰਦਰ ਬੈਠਾ ਅੱਗ ਦਾ ਵਿਸ਼ਲੇਸ਼ਣ ਕਰੀ ਜਾ ਰਿਹਾ ਆਪਣਾ ਗਿਆਨ ਝਾੜੀ ਜਾ ਰਿਹਾ ਹੈ ਤੇ ਜਿਹਨੂੰ ਮੂਰਖ ਕਹਿੰਦਾ ਸੀ ਉਹਨੇ ਆਪਣੇ ਕੱਪੜੇ ਚੁੱਕੇ ਤੇ ਸ਼ਾਲ ਮਾਰੀ ਬਾਹਰ ਨਿਕਲ ਗਿਆ ਪੰਡਤ ਸੜ ਕੇ ਸੁਆਹ ਹੋ ਗਿਆ ਮੂਰਖ ਫਿਰ ਸਾਬਤ ਦਾ ਸਾਬਤ ਬਚ ਗਿਆ ਇਹਦਾ ਪਹਾਵਰਥ ਕੀ ਇਹ ਸਰੀਰ ਮਾਨੋ ਇਹ ਕੋਠੀ ਹੈ ਲੱਕੜ ਦੀ ਕੋਠੀ ਨੂੰ ਅੱਗ ਲੱਗਣੀ ਤੇ 10 ਜਿਹੜੇ ਨੇ ਪਾਈ ਵੀਰ ਸਿੰਘ ਕਹਿੰਦੇ ਨੇ ਕਰਮ ਇੰਦਰੇ ਗਿਆਨ ਇੰਦਰੇ ਜਾਂ 10 ਦੁਆਰੇ ਜਿਹੜੇ ਨੇ ਇਹ ਦਸਾਂ ਪਾਸਿਓਂ ਆਗੀ ਅੱਗ ਲੱਗੀ ਚਾਰ ਚਫੇਰਿਓਂ ਅੱਗ ਲੱਗੀ ਹੁਣ ਜਿਹੜਾ ਪੰਡਿਤ ਬੰਦਾ ਉਹ ਅਲੱਗ ਹੀ ਕੋਈ ਅੱਗ ਵਿੱਚ ਆਪਣਾ ਗਿਆਨ ਝਾੜੀ ਜਾਂਦਾ ਹੈ ਇਹ ਤੀਲੀ ਕਿਵੇਂ ਬਣੀ ਹੋਵੇਗੀ ਮੱਚ ਕਿਵੇਂ ਬਣੀ ਹੋਵੇਗੀ ਅੱਗ ਕਿਵੇਂ ਪਕੜੇਗੀ ਅੱਗ ਅੱਗੇ ਕਿਵੇਂ ਚੱਲੇਗੀ ਤੇ ਮੂਰਖ ਜਿਹਨੂੰ ਕਹਿ ਰਿਹਾ ਉਹ ਕਹਿੰਦਾ ਵੀ ਮੇਰਾ ਮਸਲਾ ਅੱਗ ਨਾਲ ਨਹੀਂ ਇਹ ਕੰਮ ਕਿੱਥੋਂ ਆਇਆ ਇਹ ਕਰੋਧ ਕਿੱਥੋਂ ਆਇਆ ਮੋਹ ਕਿੱਥੋਂ ਪੈਦਾ ਹੁੰਦਾ ਪੰਡਿਤ ਜਿਹੜਾ ਉਹ ਵਿਸ਼ੇ ਵਾਸ਼ਨਾਵਾਂ ਦੀ ਵਿਆਖਿਆ ਕਰਦਾ ਪਿਆ ਤੇ ਜਿਹਨੂੰ ਮੂਰਖ ਕਹਿੰਦਾ ਕਹਿੰਦਾ ਰੱਬ ਦੀ ਬੰਦਗੀ ਕਰੋ ਇਸ ਅੱਗ ਤੋਂ ਬਚ ਜਾਓ ਤੇ ਪਾਰੂ ਤਾਂ ਵਿਦਵਾਨ ਫਸ ਗਿਆ ਸੜ ਗਿਆ ਜਿਹਨੂੰ ਮੂਰਖ ਕਹਿੰਦਾ ਸੀ ਉਹ ਬਚ ਗਿਆ ਕਬੀਰ ਸਾਹਿਬ ਨੇ ਕਿਹਾ ਕਬੀਰ ਕੋਠੀ ਕਾਠ ਕੀ ਦਹਿਦਿਛ ਲਾਗੀ ਆਂਖ ਚਾਰ ਚੁਪੇਰੇ 10 ਦੇ ਪਾਸੇ ਅਗ ਲੱਗ ਗਈ ਮਹਾਰਾਜ ਕਹਿੰਦੇ ਨੇ ਪੰਡਿਤ ਪੰਡਿਤ ਜਲਮ ਹੋਵੇ ਜਿਹੜੇ ਵਿਦਵਾਨ ਕਹਿੰਦੇ ਸਨ ਛਟੇ ਤਿਲ ਬਿਵਾੜ ਜਿਓ ਉਹ ਸੜ ਗਏ ਮੂਰਖ ਉਬਰੇ ਭਾਗ ਕਹਿੰਦੇ ਨੇ ਜਿਹੜੇ ਮੂਰਖ ਸਨ ਉਹ ਤਾਂ ਭੱਜ ਕੇ ਦੁੜੰਗੀਆਂ ਮਾਰਦੇ ਗਏ ਉਹਨਾਂ ਕਹਿਆ ਬਚੋ ਅੱਗ ਤੋਂ ਮੈਂ ਕਿ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਪਟੀ ਬੰਦਾ ਜੇ ਗਿਆਨ ਦੀ ਗੱਲ ਕਰਦਾ ਸੱਚ ਐਵੇਂ ਉਹ ਇੱਕ ਦਿਨ ਨਖਸਮਾ ਹੋ ਜਾਏਗਾ ਜੇ ਉਹਦੇ ਕੋਲ ਬੰਦਗੀ ਨਹੀਂ ਕੀਤਾ ਇੱਥੇ ਮੈਂ ਦੋਖ ਸਿਰ ਪਰਮਾਨ ਖੁਰ ਦੇਣੇ ਨੇ ਫਿਰ ਉਸ ਤੋਂ ਅੱਗੇ ਪੌੜੀ ਦੀ ਵਿਚਾਰ ਆਪਾਂ ਆਰੰਭ ਕਰਨੀ ਕਿਉਂਕਿ ਆਸਾਂ ਕੀ ਵਾਰ ਦੀ ਪੌੜੀ ਦਰ ਪੌੜੀ ਮੈਂ ਤਾਂ ਸੋਚ ਰਿਆ ਸਾਂ ਕਿ ਜਿਵੇਂ ਇੱਕ ਇੱਕ ਪੌੜੀ ਦਾ ਡੰਡਾ ਸਾਨੂੰ ਉੱਚੇ ਲੈ ਜਾਂਦਾ ਹੈ ਜਦੋਂ ਪੌੜੀ ਦਰ ਪੌੜੀ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਆਪ ਹੀ ਨੇ ਤੋਂ ਪੌੜੀ ਪੌੜੀ ਲੈ ਪਹੁੰਚੇਗੀ ਵੱਡੇ ਕਿਹਾਂ ਵਡਿਆਈਆਂ ਤੱਕ ਇਸ ਪੌੜੀ ਨਾਲ ਅੱਗੇ ਵਿਆਖਿਆ ਕੱਲ ਨੂੰ ਹੋਵੇਗੀ ਸੱਚੇ ਦੀ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਫਿਰ ਬੇਨਤੀ ਕਰਾਂਗਾ ਅੱਜ ਮੈਂ ਸ਼ਬਦ ਅਰਜ਼ ਕਰਦੇ ਵਾਂ ਕਿ ਦੇਖੋ ਇੱਕ ਅਰਦਾਸ ਕਰੋ ਦਾਤਾ ਕਪਟ ਤੋਂ ਬਚਾਏ ਜਹਿਲਸ ਤੋਂ ਬਚਾਏ ਬੜਾ ਬੜਾ ਮੁਸ਼ਕਲ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਮਰਤ ਬਚਨ ਹੈ ਸੁਖਮਨੀ ਸਾਹਿਬ ਚੋਂ ਮਾਰਜ ਕਰ ਲਗਾ ਉਹ ਬਚਨ ਹੈ ਕਿ ਰਹਿਤ ਅਵਰ ਕਛ ਅਵਰ ਕਮਾਵਤ ਮਨ ਆਪਣੇ ਸੁਚੇਤ ਚਲਾਕੀ ਵਰਦਾ ਪ੍ਰਮਾਤਮਾ ਤੋਂ ਆਪਣੇ ਆਪ ਨੂੰ ਕਿਵੇਂ ਲੁਕਾਏਗਾ ਤੂੰ ਚਲਾਕ ਹੈ ਚਲਾਕੀ ਨਾਲ ਡੇਰੇ ਬਣ ਜਾਂਦੇ ਚਲਾਕੀ ਨਾਲ ਪੈਸਾ ਕੱਟਾ ਹੋ ਜਾਂਦਾ ਹੈ ਚਲਾਕੀ ਨਾਲ ਲੋਕ ਪਿੱਛੇ ਲੱਗ ਜਾਂਦੇ ਨੇ ਪਰ ਚਲਾਕੀ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਅੱਜ ਬਿਜ਼ਨਸ ਇੱਕ ਚਲਾਕੀ ਤੁਸੀਂ ਦੇਖਦੇ ਹੋ ਵਕ ਵਕ ਥਾਵਾਂ ਤੇ ਜਿਹੜੇ ਰੋਲੇ ਰੱਪੇ ਪੈਂਦੇ ਨੇ ਚਲਾਕੀਆਂ ਵਰਤੀਆਂ ਜਾ ਰਹੀਆਂ ਆਪਣੇ ਆਪਣੇ ਏਜੰਟ ਰੱਖੇ ਹੋਏ ਨੇ ਉਹ ਲੋਕਾਂ ਵੀ ਜਾ ਕੇ ਵਿਆਖਿਆ ਕਰਦੇ ਨਹੀਂ ਇਹਦੇ ਵਰਗਾ ਬੰਦਾ ਕੋਈ ਨਹੀਂ ਮੈਂ ਕਿਸੇ ਨੂੰ ਈਰਖਾਵਸ ਨਹੀਂ ਕਹਿ ਰਿਹਾ ਬਲੀ ਮੈਂ ਇਹ ਬੇਨਤੀ ਸੁਣਿਓ ਇਹ ਮਨ ਦੇ ਕਪੜੇ ਛਲ ਨੇ ਬਹੁਤ ਸਾਜਿਸ਼ਕਾਰ ਅਜਦਾ ਗਿਆਨੀ ਇਹੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆਸਾ ਦੀ ਵਾਰ ਦੀ ਜਿਉਂ-ਜਿਉਂ ਵਿਚਾਰ ਚੱਲੇਗੀ ਇੱਥੇ ਤੁਸੀਂ ਸਿੱਖਾਂ ਦਾ ਚਿਹਰਾ ਦੇਖੋਗੇ ਤੇ ਗੁਰੂ ਨਾਨਕ ਸਾਹਿਬ ਦਾ ਸੱਚ ਦੇਖੋਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਿੱਖੀ ਕਰ ਰਹੇ ਉਹ ਬੰਦੇ ਕੀ ਚਲਾਕੀ ਨਹੀਂ ਸੰਵਰਤਰ ਉਹਨਾਂ ਕੋਲ ਗਿਆਨ ਹੈ ਨੌਲੇਜ ਹੈ ਕਈ ਕਿ ਸਾਲ ਉਹਨਾਂ ਸਮਾਧੀਆਂ ਲਾਣ ਦਾ ਯਤਨ ਕੀਤਾ ਪਰ ਜਦੋਂ ਵਿਸ਼ੇ ਵਾਸ਼ਨਾ ਭੋਗਣ ਦੇ ਦਿਨ ਹੁੰਦੇ ਸਨ ਉਦੋਂ ਕਹਿਣਾ ਬਾਬਾ ਜੀ ਅੱਬ ਇਕਾਂਤ ਵਿੱਚ ਹੈ ਗੁਰੂ ਸਾਹਿਬ ਕਿੰਨੇ ਕਿੰਨਾ ਚਲਾ ਕੇ ਇਹ ਕਪਟੀਏ ਛਲੀਆਂ ਹੈ ਤੇ ਸੱਚ ਇਹ ਵੇ ਭੋਲੀ ਪਾਲੀ ਜਨਤਾ ਜਿਹੜੀ ਏ ਉਹ ਧਰਮ ਦੇ ਕੱਪੜਿਆਂ ਥੱਲੇ ਜਿੰਨੀ ਪ੍ਰਭਾਵਿਤ ਹੁੰਦੀ ਸ਼ਾਇਦ ਉਨੀ ਨਹੀਂ ਮੈਂ ਤਾਂ ਕਈ ਵਾਰੀ ਕਹਿੰਨਾ ਜੇ ਰਾਵਣ ਸਿੱਧਾ ਚੜ ਕੇ ਆਉਂਦਾ ਤੇ ਸੀਤਾ ਦਾ ਹਰਨ ਕਦੀ ਨਾ ਹੁੰਦਾ ਰਾਵਣ ਨੇ ਵੀ ਸੀਤਾ ਨੂੰ ਠੱਗਣ ਵਾਸਤੇ ਭਗਵੇਂ ਕੱਪੜੇ ਪਾ ਕੇ ਆਇਆ ਸੀ ਸੁਖਮਨੀ ਸਾਹਿਬ ਜੀ ਕਹਿੰਦੇ ਰਹਿਤ ਅਵਰ ਕਚ ਅਵਰ ਕਮਾਵਤ ਮਾਨੀ ਪ੍ਰੀਤ ਮੱਖੋਂ ਗੰਡ ਲਾਵਤ ਮਨਨੀ ਪ੍ਰੀਤ ਮਨ ਆਪਣੇ ਸੁਚੇਤ ਅੰਦਰੋਂ ਚਲਾਕ ਹੈ ਮਨ ਚ ਪ੍ਰੀਤ ਨਹੀਂ ਪਰ ਜ਼ਬਾਨ ਤੋਂ ਮੱਖੋਂ ਗੰਡ ਲਾਵਤੇ ਦਾ ਅਰਥ ਜ਼ਬਾਨ ਤੋਂ ਇੰਨੇ ਕਮਾਲ ਦਾ ਬੋਲਦਾ ਇੰਜ ਲੱਗਦਾ ਹੈ ਇਹ ਰੱਬ ਨਾਲ ਜੁੜਿਆ ਗੰਡ ਦਾ ਅਰਥ ਜੁੜਿਆ ਹੋਇਆ ਮਨਨੀ ਪ੍ਰੀਤ ਮੱਖੋਂ ਗੰਡ ਲਾਵਤ ਸਤਿਗੁਰੂ ਕਹਿੰਦੇ ਨੇ ਜਾਨਨ ਖਾਰ ਪ੍ਰਭੂ ਪਰਵੀਨ ਤੇਰੇ ਅੰਦਰ ਨੂੰ ਜਾਣਦਾ ਕਿਉਂਕਿ ਬੰਦਾ ਪਰਵੀਨ ਨਹੀਂ ਹੋ ਸਕਦਾ ਪਰ ਪ੍ਰਮਾਤਮ ਦੇਵ ਤਾਂ ਪਰਵੀਨ ਨੇ ਜਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖਣਾ ਕਾਹੂ ਪੀਨ ਬਾਹਰ ਦੇ ਸ਼ਬਦਾਂ ਨਾਲ ਬਾਹਰ ਦੇ ਭੇਖ ਨਾਲ ਬਾਹਰ ਦੀ ਸ਼ਬਦਾਵਲੀ ਨਾਲ ਉਹ ਪ੍ਰਮਾਤਮ ਦੇਵ ਕਦੀ ਭੇਜਦੇ ਨਹੀਂ ਬਾਹਰ ਭੇਖਣਾ ਕਾਹੂ ਪੀਨ ਅਵਰ ਉਪਦੇਸ਼ ਹੈ ਮਹਾਰਾਜ ਕਹਿੰਦੇ ਛੁੱਟੜ ਤਿਲ ਦਾ ਬਣੇਗਾ ਕੀ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮ ਮਰੇ ਉਹ ਮੁਕਤ ਨਹੀਂ ਹੋਵੇਗਾ ਕਉ ਨਾਨਕ ਸੋ ਨਾ ਉਹਦਾ ਹਰ ਜੂਨ ਕੋਈ ਨਾ ਕੋਈ ਖਸਮ ਬਣ ਕੇ ਉਸ ਜੀਵ ਆਤਮਾ ਨੂੰ ਲਈ ਫਰੇਗੀ ਮਹਾਰਾਜ ਕਹਿੰਦੇ ਨੇ ਆਵਰ ਉਪਦੇਸ਼ਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕਹ ਅੰਤਰ ਬਸ ਜਿਹਦੇ ਅੰਦਰ ਚਲਾਕੀ ਨਹੀਂ ਵਹਿਗੁਰੂ ਜੀ ਬਸਕੇ ਜਿਸ ਕਹ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਇੱਕ ਵਾਰੀ ਕੋਈ ਸੱਜਣ ਇਕੱਠੇ ਹੋਏ ਇੱਕ ਬਜ਼ੁਰਗ ਆਸ਼ਰਮ ਵਿੱਚ ਕੱਲ ਨੂੰ ਵਿਦਿਆਲੀ ਸੀ ਤੇ ਬਿਰਧ ਬਜ਼ੁਰਗ ਬਾਬਾ ਉਸ ਡੇਰੇ ਦੀ ਸੇਵਾ ਸੰਭਾਲ ਉਸਥਾਨ ਦੀ ਕਰਦੇ ਸਨ ਵਿਦਿਆਰਤਿਆਂ ਨੇ ਗੱਲ ਕੀਤੀ ਬਾਬਾ ਜੀ ਆਪ ਸੁਖਮਨੀ ਸਾਹਿਬ ਦੀ ਕਥਾ ਸ਼ੁਰੂ ਕਰਕੇ ਉਹਨਾਂ ਕਹੇ ਬੇਟਾ ਮੈਂ ਤਾਂ ਬਜ਼ੁਰਗ ਹੋ ਚੁੱਕਾ ਦਿਸਦਾ ਵੀ ਘਟਖ ਹੈ ਜੇ ਤੁਸੀਂ ਸ਼ੁਰੂ ਕਰੋਗੇ ਮੈਂ ਰੋਜ਼ ਸ਼ਾਮੂਲਿਤ ਕਰਾਂਗਾ ਉਹ ਚਲੇ ਗਏ ਜਿਸ ਦਿਨ ਕਥਾ ਸ਼ੁਰੂ ਹੋਈ ਪਹਿਲੇ ਸ਼ਲੋਕ ਦੀ ਵਿਆਖਿਆ ਹੋਈ ਪਹਿਲੇ ਸ਼ਲੋਕ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੋਈ ਤੇ ਅਸ਼ਟਪਦੀ ਦੇ ਬੋਲ ਜਦੋਂ ਆਏ ਸਿਮਰੋਂ ਸਿਮਰ ਸਿਮਰ ਸੁਖ ਪਾਵੂੰ ਕਲ ਕਲੇਸ਼ ਤਨ ਮਾਹੇ ਮਿਟਾਵੂੰ ਇਹ ਦੋ ਤੁਕਾਂ ਦੀ ਵਿਆਖਿਆ ਵਿਦਿਆਰਥੀ ਨੇ ਕੀਤੀ ਬਜ਼ੁਰਗ ਨੇ ਸੁਣਿਆ ਆਪਣੀ ਖੁੰਡੀ ਪਕੜੀ ਤੇ ਧਰਮਸ਼ਾਲਾ ਤੋਂ ਨਿਕ ਗੁਰਦੁਆਰੇ ਤੋਂ ਬਾਹਰ ਹੋ ਗਿਆ ਵਿਦਿਆਰਥੀ ਪਿੱਛੋਂ ਕਥਾ ਕਰਦੇ ਰਿਖ ਉਹਨਾਂ ਪੁੱਛਿਆ ਬਾਬਾ ਬਾਬਾ ਜੀ ਤੁਸੀਂ ਕਿਉਂ ਨਹੀਂ ਬੈਠੇ ਉੱਤੇ ਤੁਹਾਡਾ ਚਿੱਤ ਨਹੀਂ ਲੱਗਾ ਕਹਿਣ ਲੱਗੇ ਨਹੀਂ ਬੇਟਾ ਮੈਂ ਬਿਰਤਕ ਹੋ ਗਿਆ ਤੁਸੀਂ ਅੱਜ ਪੜ੍ਹਾਈ ਸ਼ੁਰੂ ਕਰਕੇ ਕਥਾਵਾਚਕ ਬਣ ਗਏ ਹੋ ਪਰ ਮੈਂ ਅਜੇ ਵੀ ਸਿੱਖਣ ਤੁਰਿਆ ਮੈਂ ਮੇਰੇ ਗੁਰੂ ਅਰਜੁਨ ਦੇਵ ਨੇ ਕਿਹਾ ਵੀ ਮੇਰੀ ਜ਼ਿੰਦਗੀ ਦਾ ਤਜਰਬਾ ਹੀ ਮੈਂ ਸਿਮਰਿਆ ਮੈਂ ਸਿਮਰ ਸਿਮਰ ਕੇ ਸੁਖ ਪਾਇਆ ਹੈ ਤੇ ਜਿੰਨੇ ਕਲੇਸ਼ ਨੇ ਮਨ ਦੇ ਤਨ ਦੇ ਆਤਮਾ ਦੇ ਸਾਰੇ ਮਿਟ ਜਾਂਦੇ ਨੇ ਜਿਹੜਾ ਬੰਦਗੀ ਕਰਦਾ ਮੈਂ ਤਾਂ ਸਿਰਫ ਉਸ ਸਿਮਰਨ ਕਰਨ ਲੱਗ ਪਿਆ ਜਿਹਦੇ ਨਾਲ ਕਲੇਸ਼ ਮਿਟਦੇ ਪਏ ਮੈਂ ਬੇਨਤੀ ਕਰਾ ਦੇਖੋ ਸਿਮਰਮ ਸਿਮਰ ਸਿਮਰ ਸੋ ਕੋ ਪਾਉਮ ਕਾਲ ਕਲੇਸ਼ ਤਨ ਮੈਂ ਮਿਟਾਵਾਂ ਉਹਨਾਂ ਕਹਿਆ ਬਾਬਾ ਜੀ ਗੱਲ ਤਾਂ ਬਹੁਤ ਸੋਹਣੀ ਕਹੀ ਕਹਿਣ ਲੱਗੇ ਮੇਰੇ ਬੇਟਾ ਬਸ ਇੱਕੋ ਗੱਲ ਚੇਤੇ ਰੱਖਿਓ ਬੋਲ ਘੱਟ ਲਿਆ ਜੇ ਗੱਲਾਂ ਘੱਟ ਕਰ ਲਿਓ ਬਸ ਇੱਕ ਗੱਲ ਸਮਝਿਓ ਆਪਣੇ ਮਨ ਨੂੰ ਕਿਹਾ ਜੇ ਨੇਕ ਕਰਿਆ ਘਰ ਆਓ ਓ ਨਿਕਰਿਆ ਤੇਰਾ ਕੋਈ ਟਿਕਾਣਾ ਨਹੀਂ ਆਪਣੇ ਘਰ ਵਿੱਚ ਆ ਜਾ ਮੈਂ ਬੇਨਤੀ ਕਰਨ ਲੱਗਾ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੋਲ ਉਹ ਕਹਿੰਦੇ ਨੇ ਗੱਲ ਕੋਰੀਏ ਨਾਮ ਦੀ ਪਰ ਰਸ ਤੋਂ ਬਿਨਾ ਕਿਵੇਂ ਪੂਰਾ ਅਨੁਭਵ ਤੋਂ ਬਿਨਾ ਕਿਵੇਂ ਕਹਿ ਸਕਾਂਗੇ ਕਹਿੰਦੇ ਨੇ ਮੰਨ ਲਓ ਇੱਕ ਬੰਦਾ ਖੰਡ ਦੀ ਵਿਆਖਿਆ ਕਰਦਾ ਨਾਨਕ ਗੁਰੂ ਨਾ ਚਿਤ ਨੀ ਮਨ ਆਪਣੇ ਸੁਚੇਤ ਉਹ ਸ਼ੁਰੂ ਕਰਦਾ ਹੈਗਾ ਗੰਨਾ ਕਿੱਥੋਂ ਬੀਜਿਆ ਕਿਵੇਂ ਗੰਨਾ ਕਿਵੇਂ ਕਟਿਆ ਇਹਨੂੰ ਕਿਵੇਂ ਪੀੜਿਆ ਕਿਵੇਂ ਇਹਦੀ ਸ਼ੂਗਰ ਬਣੀ ਉਹਨੇ ਵਿਆਖਿਆ ਕਰ ਦਿੱਤੀ ਇਹਦੇ ਚ ਇੰਨੀ ਮਿਠਾਸ ਹੁੰਦੀ ਪਰ ਸਾਰੀ ਜ਼ਿੰਦਗੀ ਉਹਨੇ ਮਿਠਾਸ ਚੱਖੀ ਨਹੀਂ ਇਵਨ ਕੋਨੇ ਗੰਨਾ ਵੀ ਨਹੀਂ ਦੇਖਿਆ ਉਹ ਸਿਰਫ ਪੜਿਆ ਹੋਇਆ ਦੱਸ ਰਿਹਾ ਵੀ ਗੰਨਾ ਜ਼ਮੀਨ 'ਚ ਪੈਦਾ ਹੁੰਦਾ ਉਹਨੂੰ ਕਟਿਆ ਜਾਂਦਾ ਉਹ ਚੋਰਾਸ ਨਿਕਲਦਾ ਇਸ ਤਰ੍ਹਾਂ ਖੰਡ ਬਣਦੀ ਖੰਡ ਮਿੱਠੀ ਹੁੰਦੀ ਹੈ ਪਾਈ ਸਾਹਿਬ ਕਹਿੰਦੇ ਨੇ ਕੀ ਖੰਡ ਦੇ ਬਣਾਉਣ ਦੀ ਵਿਆਖਿਆ ਕਰਦਿਆਂ ਜੀਵ ਰਸ ਲਹਿ ਜਾਏਗੀ ਜਿੰਨੀ ਦੇਰ ਤੱਕ ਖੰਡ ਜੀਵ ਤੇ ਨਹੀਂ ਰੱਖੀ ਜਾਂਦੀ ਚੇਤੇ ਰੱਖੋ ਪੰਡਿਤ ਖੰਡ ਬਣਾਉਣ ਦੀ ਵਿਆਖਿਆ ਕਰਦਾ ਹੈ ਤੇ ਅਨਭਵੀ ਜਿਹੜਾ ਬਣੀ ਕੋਈ ਖੰਡ ਨੂੰ ਚੱਖਣ ਦਾ ਯਤਨ ਕਰਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਅੰਮ੍ਰਿਤ ਬੋਲ ਦੀ ਵਿਆਖਿਆ ਲਈ ਮਨ ਆਪਣੇ ਸੁਚੇਤ ਅਗਲਾ ਬਚਨ ਕਰਦੇ ਨੇ ਕਹਿਣ ਲੱਗੇ ਮੰਨ ਲੋ ਸਰਦੀ ਬਹੁਤ ਪੈ ਰਹੀ ਹੈ ਠੰਡ ਬਹੁਤ ਜ਼ਿਆਦਾ ਹੈ ਤੇ ਸਭ ਨੂੰ ਪਤਾ ਹੈ ਵੀ ਅੱਗ ਠੰਡ ਨੂੰ ਦੂਰ ਕਰਦੀ ਹੈ। ਪੋਧਾ ਮਹੀਨਾ ਤੁਸੀਂ ਰਸਾਰੀ ਰਾਤ ਬਾਹਰ ਬਹਿ ਕੇ ਚੁਰਸਤੇ ਚ ਅੱਗ ਦੀ ਵਿਆਖਿਆ ਕਰੀ ਜਾਓ। ਬਾਲਨ ਵਿੱਚੋਂ ਲੱਕੜਾਂ ਵਿੱਚੋਂ ਅੱਗ ਨਿਕਲਦੀ ਹੈ। ਅੱਗ ਵੀ ਸੇਕ ਬੜਾ ਹੈ। ਕਿ ਅੱਗ ਦੀ ਕਥਾ ਕਰਨ ਦੇ ਨਾਲ ਨਿਗ ਮਿਲ ਜਾਊਗਾ। ਇੱਕ ਬੰਦੇ ਨੂੰ ਰੋਗ ਲੱਗ ਗਿਆ। ਬਿਮਾਰ ਹੋ ਗਿਆ। ਉਹ ਇਹ ਕਹਿਣਾ ਸ਼ੁਰੂ ਕਰਦੇ ਵੀ ਸਾਡੇ ਡੀਐਮਸੀ ਵਿੱਚ ਫੁਲਾਣਾ ਡਾਕਟਰ ਬੜੇ ਕਮਾਲ ਦਾ ਜੇ ਪੁੱਛੋ ਕੁਝ ਨਾ ਉਹ ਘਰ ਮੰਝੇ ਤੇ ਬੈਠਾ ਡਾਕਟਰ ਦੀਆਂ ਸਿਫਤਾਂ ਕਰੀ ਜਾ ਕਿ ਉਹ ਤੰਦਰੁਸਤ ਹੋ ਜਾਏਗਾ ਇੱਕ ਇਨਸਾਨ ਬੈਂਕ ਵਿੱਚ ਪੈ ਕੋਈ ਨੋਟਾਂ ਦੀ ਗੱਲ ਕਰੀ ਜਾ ਇਸ ਬੈਂਕ ਦੇ ਖਾਤਿਆਂ ਵਿੱਚ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਪੈਸੇ ਨੇ ਪੈਸੇ ਪੈਸੇ ਕਹਿਣ ਨਾਲ ਕਦੀ ਕੋਈ ਅਮੀਰ ਨਹੀਂ ਹੋਇਆ ਜਿੰਨੀ ਦੇਰ ਤੱਕ ਕੰਮ ਨਹੀਂ ਕਰਤਾ ਡਾਕਟਰ ਕਹਿਣ ਨਾਲ ਕਦੀ ਕੋਈ ਤੰਦਰੁਸਤ ਨਹੀਂ ਹੋਇਆ ਜਿੰਨੀ ਦੇਰ ਤੱਕ ਦਵਾਈ ਨਹੀਂ ਲੈਂਦਾ ਬੇਨਤੀ ਕਰਾਂ ਖੰਡ ਦੀ ਵਿਆਖਿਆ ਕਰਨ ਨਾਲ ਕਦੀ ਮਿਠਾਸ ਨਹੀਂ ਮਿਲਦੀ ਜਿੰਨੀ ਦੇਰ ਤੱਕ ਚੱਖਦਾ ਨਹੀਂ ਅੱਗ ਦੀ ਵਿਆਖਿਆ ਕਰਨ ਨਾਲ ਸੇਕ ਨਹੀਂ ਪਹੁੰਚਦਾ ਜਿੰਨੀ ਦੇਰ ਤੱਕ ਅੱਗ ਨੂੰ ਨੇੜੇ ਕੋ ਕੇ ਅਨਪਵਨੀ ਕਰਦਾ ਅਗਲੀ ਬੇਨਤੀ ਚੰਦਨ ਠੰਡਾ ਹੈ ਸੱਪਾਂ ਨੂੰ ਵੀ ਠੰਡ ਦਿੰਦਾ ਮੈਂ ਚੰਦਨ ਦੀ ਵਿਆਖਿਆ ਕਰਾਂਗਾ ਪਰ ਮੱਥੇ ਤੇ ਚੰਦ ਲਾਣ ਤੋਂ ਬਿਨਾ ਠੰਡ ਨਹੀਂ ਪਹੁੰਚੇਗੀ ਚੰਦਰਮਾ ਦੀ ਸ਼ੀਤਲਤਾ ਹੀ ਪਰ ਬੇਨਤੀ ਕਰਾਂ ਕਿ ਚੰਦਰਮਾ ਚੜ੍ਹਨ ਤੋਂ ਬਿਨਾ ਸ਼ੀਤਲਤਾ ਮਿਲੇਗੀ ਭਾਈ ਸਾਹਿਬ ਤੁਸੀਂ ਇੰਨੇ ਪ੍ਰਮਾਣ ਦਿੱਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਦਰਅਸਲ ਮੈਂ ਤਾਂ ਦਿੱਤੇ ਨੇ ਕਿ ਅੱਜ ਕੱਲ੍ਹ ਦੁਨੀਆ 'ਚ ਗਿਆਨ ਗੋਸ਼ਟ ਚਰਚਾ ਬੜੀ ਏ ਪਰ ਕਰਨੀ ਤੋਂ ਬਿਨਾ ਬੰਦੇ ਦੀ ਚਰਚਾ ਦਾ ਕੋਈ ਅਰਥ ਨਹੀਂ ਰਹਿੰਦਾ ਮੈਂ ਬੇਨਤੀ ਕਰਾਂ ਮਨ ਆਪਣੇ ਸੁਚੇਤ ਹਜ਼ੂਰ ਦੇ ਅੰਮ੍ਰਿਤ ਬੋਲ ਨੇ ਭਾਈ ਗੁਰਦਾਸ ਸਾਹਿਬ ਇਹਦੀ ਵੰਨ ਵਿਆਖਿਆ ਕਰ ਰਹੇ ਨੇ ਕਹਿਣ ਲੱਗੇ ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਕਹਿ ਬੈਦ ਬੈਦ ਕਹਿ ਮਿਟਤ ਨਾ ਰੋਗ ਕਾਹੂ ਕੋ ਦਰਬ ਦਰਬ ਕਹਿ ਕੋਈ ਦਰਬੈ ਨਾ ਬਿਲਾਸ ਕਹਿ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ ਚੰਦ ਚੰਦ ਕਹਿ ਨਾ ਉਜਾਰੋ ਆਗਾਸ਼ ਕਹਿ ਅਗੇ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਹਿਤ ਨਾ ਰਹਿਤ ਪਾਵੇ ਮਨ ਆਪਣੇ ਸੁਚੇਤ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਦਾਨ ਭਾਨ ਉਦਤ ਆਕਾਸ਼ ਕਹ ਉਹਦੇ ਦਸਮ ਦਵਾਰ ਵਿੱਚ ਅਨਾਦ ਨਾਦ ਵੱਜਦਾ ਹੈ ਉਹਦੇ ਅੰਦਰ ਗਿਆਨ ਦਾ ਸੂਰਜ ਚੜ ਜਾਂਦਾ ਹੈ ਪਿਆਰਿਓ ਜਿਹੜਾ ਕਹਿਣ ਦੀ ਥਾਂ ਤੇ ਕਮਾਣਾ ਸ਼ੁਰੂ ਕਰ ਦਿੰਦਾ ਜਿਹੜਾ ਆਪਣੀ ਜ਼ਿੰਦਗੀ ਚ ਕਮਾਂਦਾ ਮੈਂ ਇੱਕ ਬੇਨਤੀ ਕਰਨਾ ਹੁੰਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ 52 ਕਵੀ ਨੇ ਤੇ ਉਹ ਕਵੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਨਮੂਖ ਲੋਕੇ ਆਪਣੀਆਂ ਕਵਤਾਵਾਂ ਸੁਣਾਉਂਦੇ ਨੇ ਉਨ੍ਹਾਂ ਵਿੱਚ ਇੱਕ ਮਹਾਨ ਵਿਦਵਾਨ ਹੁੰਦਾ ਹੈ ਉਹਦਾ ਨਾਂ ਤੁਸੀਂ ਸਾਰੇ ਜਾਣਦੇ ਹੋ ਸ਼੍ਰੀਮਾਨ ਪਾਈ ਨੰਦ ਲਾਲ ਜੀ ਉਹਦੇ ਵਰਗਾ ਵਿਦਵਾਨ ਕੋਈ ਹੋਏਗਾ ਪਰ ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਉਹ ਵਿਦਵਾਨ ਆਉਂਦਾ ਹੈ ਕਿਰਪਾ ਮੰਗਦਾ ਹੈ ਗ੍ਰੇਸ ਮੰਗਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਲਾਲ ਇੱਕ ਕੰਮ ਕਰੋ ਹਾਲਾਂਕਿ ਉਹਦੀ ਕਲਮ 'ਚ ਬੜੀ ਤਾਕਤ ਹੈ ਉਹਦੇ ਬੋਲਾਂ 'ਚ ਬੜੀ ਤਾਕਤ ਹੈ ਭਾਈ ਸਾਹਿਬ ਦੇ ਪਰ ਜਦੋਂ ਬਖਸ਼ਿਸ਼ ਅਸੀਸ ਮੰਗਦਾ ਹੈ ਗੁਰਦੇਵ ਆਨੰਦਪੁਰ ਸਾਹਿਬ ਆਏ ਹੋਏ ਨੂੰ ਇਹ ਨਹੀਂ ਕਹਿੰਦੇ ਕਿ ਇਸ ਵਿਦਿਆਲਿਆ ਵੀ ਤੂੰ ਵਿਦਿਆਰਥੀਆਂ ਨੂੰ ਪੜਾ ਇਸ ਵਿਦਿਆਲਿਆ ਚਾਂਜ ਕਰ ਕਮਾਲ ਦੀ ਗੱਲ ਏਡਾ ਵੱਡਾ ਵਿਦਵਾਨ ਅਰਬੀ ਫਾਰਸੀ ਦਾ ਦੂਜੇ ਧਰਮਾਂ ਦਾ ਮੁਤਾਲਿਆ ਕਰਨ ਵਾਲਾ ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਲਾਲ ਗੁਰੂ ਕੇ ਲੰਗਰ ਦੀ ਸੇਵਾ ਸੰਭਾਲ ਲੈ ਜਿੰਨੀ ਤੂੰ ਲੰਗਰ ਦੀ ਸੇਵਾ ਕਰੇਗਾ ਓਨੀ ਤੇਰੇ ਅੰਦਰ ਪਵਿੱਤਰਤਾ ਆਵੇਗੀ ਹੁਣ ਮੈਨੂੰ ਦੱਸੋ ਕਿਉਂ ਸੇਵਾ ਦਿੱਤੀ ਯਾਦ ਰੱਖਿਓ ਮੈਂ ਬੇਨਤੀ ਕਰ ਲਕਾਂ ਜਿੱਦ ਜੇ ਵਿਦਵਾਨ ਆਪਣੇ ਖੱਥੀ ਸੇਵਾ ਕਰਨ ਲੱਗ ਪਵੇ ਨਾਲ ਅਰਦਾਸ ਕਰੇ ਮੈਂ ਛਲ ਤੋਂ ਬਾਚ ਜਾਵਾਂ ਇਹ ਇਹ ਤਾਂ ਖੂ ਹੈ ਖੂਚ ਜਿਹੋ ਜੀ ਆਵਾਜ਼ ਮਾਰੋਗੇ ਵਾਪਸ ਉਹ ਜੀ ਆਉਣੀ ਜੋ ਕੁਝ ਮੂੰਚੋ ਕੱਢਿਆ ਉਹ ਕੁਝ ਵਾਪਸ ਆਉਣਾ ਰੱਬ ਦੇ ਘਰ ਦਾ ਤਰਸ ਤਾਂ ਐਸਾ ਪਿਆਰਿਓ ਤੁਸੀਂ ਜ਼ਿੰਦਗੀ ਤਜਰਬਾ ਕਰੋ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਚ ਕਿਰਸੇ ਪ੍ਰਤੀ ਕੀਤਾ ਹੈ ਨਾ ਉਹਨੂੰ ਸੁਚੇਤ ਹੋ ਕਿ ਉਹ ਤੁਹਾਨੂੰ ਭੋਗਣਾ ਪਵੇਗਾ। ਇਹ ਸੰਸਾਰ ਹੈ ਐਸਾ। ਕਈ ਵਾਰੀ ਪਿਛਲੇ ਵੀ ਭੋਗਣੇ ਪੈਂਦੇ। ਹਜ਼ੂਰ ਕਹਿੰਦੇ ਨੇ ਤੂੰ ਇੱਕ ਕੰਮ ਕਰ ਤੂੰ ਸੇਵਾ ਕਰ। ਭਾਈ ਨੰਦ ਲਾਲ ਸਾਹਿਬ ਸੇਵਾ ਚ ਲੱਗ ਜਾਂਦੇ। ਆਪ ਭਾਂਡੇ ਮਾਹਿੰਦੇ ਨੇ। ਆਪ ਸੰਗਤਾਂ ਦੀ ਲੰਗਰ ਪਕਾ ਕੇ ਸ਼ਕਾਉਂਦੇ ਨੇ। ਇਵਨ ਕਿ ਗੁਰੂ ਗੋਬਿੰਦ ਸਿੰਘ ਆਉਂਦੇ ਨੇ ਆਪਣਾ ਪੇਕ ਬਦਲ ਕੇ ਭਾਈ ਨੰਦ ਲਾਲ ਸਾਹਿਬ ਉਹਨਾਂ ਨੂੰ ਵੀ ਆਟਾ ਗੁੰਨ ਕੇ ਪ੍ਰਸ਼ਾਦਾ ਸ਼ਕਾਈ ਜਾ ਰਹੇ। ਹਜ਼ੂਰ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਆਨੰਦ ਲਾਲ ਤੂੰ ਇਸ਼ਕ ਦੇ ਮੁਕਾਮ ਤੇ ਪਹੁੰਚ ਗਿਆ ਫਿਰ ਭਾਈ ਆਨੰਦ ਲਾਲ ਸਾਹਿਬ ਜੀ ਦਾ ਵਰਗਾ ਮਹਾਂਪੁਰਖ ਕਹਿੰਦਾ ਹੈ ਇਸ਼ਕ ਮੌਲਾ ਮਰ ਤੁਰਾ ਮੌਲਾ ਕੁਨਦ ਦਰਦ-ਏ-ਗਮ ਗਮਾ ਬੇਤਰੋ ਔਲਾ ਕੁਨਦ ਕਹਿੰਦੇ ਨੇ ਮੇਰੇ ਪਿਆਰੇ ਦੇ ਇਸ਼ਕ ਨੇ ਮੇਰੇ ਪਿਆਰੇ ਦੇ ਪਿਆਰ ਨੇ ਮੌਲਾ ਦੇ ਇਸ਼ਕ ਨੇ ਮੈਨੂੰ ਮੌਲਾ ਵਰਗਾ ਬਣਾ ਦਿੱਤਾ ਕਹਿਣ ਲੱਗੇ ਉਹਦੇ ਨਿਰਮਲ ਪਿਆਰ ਨੇ ਮੇਰੇ ਅੰਦਰ ਦੇ ਗਮਾਂ ਤੇ ਚਿੰਤਾਾਂ ਦਾ ਡੇਰਾ ਜਿਹੜਾ ਸੀ ਚਕਲਾ ਚੂਰ ਕਰ ਦਿੱਤਾ ਮੈਂ ਬੇਨਤੀ ਕਰਾਂਗਾ ਕਿ ਦੇਖੋ ਵਿਦਵਤਾ ਹੋਣੀ ਚੰਗੀ ਗੱਲ ਏ ਪੜ੍ਹਨਾ ਚਾਹੀਦਾ ਪਰ ਪੜ੍ਹਦੇ ਆਂ ਪਰਦੇਸ ਗੱਲ ਨੂੰ ਭੁੱਲਿਓ ਨਾ ਮਨ ਦੀ ਚਲਾਕੀ ਤੋਂ ਬਚਿਓ ਇੱਥੇ ਇੱਕ ਉਦਾਹਰਨ ਸ਼੍ਰੀਮਾਨ ਪਾਈ ਵੀਰ ਸਿੰਘ ਦੀ ਦੇਖ ਕੇ ਉਹਨਾਂ ਦੀ ਜਿਹੜੀ ਉਹ ਰਚਨਾ ਹੈ ilm ਤੇ ਅਮਲ ilm ਹੈ ਗਿਆਨ ਤੇ ਅਮਲ ਹੈ ਉਸ ਗਿਆਨ ਨੂੰ ਜ਼ਿੰਦਗੀ ਚ ਅਪਣਾ ਲੈਣਾ ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸੀ ਕਹਿੰਦੇ ਨੇ ਅਮਲ ਤੋਂ ਵਖੂਨ ਜਿਹੜਾ ilm ਹੈ ਇਹਨੂੰ ਮੈਂ ਸਿੱਧੇ ਪੰਜਾਬੀ ਦੇ ਸ਼ਬਦ ਵਰਤਾਂ ਕਿ ਅਨਭਵ ਤੋਂ ਬਿਨਾ ਜਿਹੜਾ ਬਾਹਰ ਦਾ ਗਿਆਨ ਹੈ ਉਹ ਕਹਿੰਦੇ ਨੇ ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ ਉਹਦੇ ਚੋਂ ਸੜਾਂਦ ਉੱਠਦੀ ਉਹਨਾਂ ਨੂੰ ਪੁੱਛਿਆ ਜੀ ਸੜਾਂਦ ਕਿਵੇਂ ਉਹਨਾਂ ਨੇ ਕਿਹਾ ਵੀ ਮੰਨ ਲਓ ਇੱਕ ਬੰਦਾ ਮੰਗਤਾ ਆਪਣੇ ਹੱਥ ਚ ਉਹਨੇ ਖੱਪਰ ਪਕੜਿਆ ਉਹ ਹਰ ਇੱਕ ਦੇ ਬੂਵੇ ਅੱਗੇ ਖਲੋ ਕੇ ਮੰਗਦਾ ਹੈ ਕਹਿੰਦਾ ਮੈਨੂੰ ਭੁੱਖ ਲੱਗੀ ਉਹਦੇ ਖੱਪਰ ਚ ਕੋਈ ਸਬਜ਼ੀ ਪਾ ਰਿਹਾ ਕੋਈ ਖੀਰ ਪਾ ਰਿਹਾ ਕੋਈ ਮਿੱਠਾ ਪਾ ਰਿਹਾ ਕੋਈ ਸਲੂਣਾ ਪਾ ਰਿਹਾ ਇਕੱਲੀ ਖੀਰ ਮਿੱਠਾ ਸਲੂਣਾ ਉਹਦੀ ਭੁੱਖ ਮਿਟਾਉਂਦੇ ਪਰ ਦੋ ਕਿਸ ਚੀਜ਼ ਦਾ ਉਹ ਹਰ ਚੀਜ਼ ਖੱਪਰ 'ਚ ਪਾਈ ਗਿਆ ਉਸ ਖੱਪਰ ਵਿੱਚ ਪਈਆਂ ਕੋਈਆਂ ਕੀਮਤੀ ਚੀਜ਼ਾਂ ਵੀ ਬਦਬੋ ਬਣ ਗਈਆਂ ਸੜਾਂਦ ਮਾਰ ਲੱਗ ਪਈਆਂ ਭਾਈ ਸਾਹਿਬ ਕਹਿੰਦੇ ਨੇ ਬੰਦਿਆਂ ਨੇ ਆਪਣੇ ਦਿਮਾਗ ਨੂੰ ਆਪਣੀ ਖੋਪੜੀ ਨੂੰ ਇੱਕ ਖੱਪਰ ਬਣਾਇਆ ਸੱਚੇ ਵੇ ਸਾਰਾ ਦਿਨ ਜਾਣਕਾਰੀ ਇਕੱਠੀ ਕਰਦੇ ਇੱਥੋਂ ਵੀ ਮਿਲ ਜਾਏ ਇਹ ਜਾਣਕਾਰੀ ਇਕੱਠੀ ਕਰਨਾ ਕੋਈ ਮਾੜਾ ਕੰਮ ਨਹੀਂ ਪਰ ਜਾਣਕਾਰੀ ਇਕੱਠੀ ਕਰਕੇ ਨਾ ਜਾਣਨਾ ਇਹਦੇ ਚ ਬੜਾ ਮੰਦਾ ਹਾਲ ਹੁੰਦਾ ਹੈ ਕਹਿੰਦੇ ਨੇ ਬੰਦਿਆਂ ਨੇ ਆਪਣੀ ਖੋਪੜੀ ਨੂੰ ਕਚਕੋਲ ਖੱਪਰ ਬਣਾਇਆ ਹੈ ਹਰ ਬੰਦੇ ਦਾ ਗਿਆਨ ਅੰਦਰ ਪਿਆ ਹੈ ਸੱਚੀ ਗੱਲ ਜੇ ਮੈਂ ਸਵੇਰ ਵੀ ਕਿਹਾ ਇਹ ਅੰਦਰ ਕਿਦਨ ਨਿਰਣਾ ਕਰੇਗਾ ਚੱਲਣ ਦਾ ਅਜੇ ਵੀ ਅਸੀਂ ਪੁੱਛ ਨਹੀਂ ਪਾਇਆ ਆ ਠੀਕ ਹੈ ਆ ਗਲਤ ਹੈ ਸੱਚੀ ਗੱਲ ਅਸੀਂ ਚੁਰਸਤੇ ਚ ਖਲੋਤੇ ਖੁਸ ਬੱਚੇ ਦੀ ਤਰ੍ਹਾਂ ਆ ਜਿਨੂੰ ਜਿਹੜਾ ਮਰਜੀ ਉਂਗਲੀ ਲਾ ਕੇ ਮੀਲ ਇੱਧਰ ਲੈ ਜਾਂਦਾ ਉੱਥੋਂ ਭਟਕੇ ਫਿਰ ਪਿਛਾ ਹੁੰਦਾ ਹੈ ਦੂਜਾ ਉਂਗਲੀ ਲਾ ਕੇ ਦੂਜੇ ਪਾਸੇ ਲੈ ਜਾਂਦਾ ਫੈਸਲੇ ਨਹੀਂ ਕਰ ਰਹੇ ਕਹਿੰਦੇ ਨੇ ਆਪਣਾ ਸੀ ਗਿਆਨ ਇਕੱਠਾ ਕਰ ਰਹੇ ਆ ਜਾਣਕਾਰੀ ਇਕੱਠੀ ਕਰ ਰਹੇ ਆ ਕਹਿੰਦੇ ਆਪਣੇ ਦਿਮਾਗ ਦੀ ਖੋਪੜੀ ਨੂੰ ਭਰ ਲਿਆ ਲੋਕਾਂ ਦੇ ਗਿਆਨ ਨਾਲ ਅੱਖਰਾਂ ਦੀ ਸਮਝ ਪੈ ਗਈ ਤੇ ਅੰਦਰੋਂ ਖੌਮੇ ਦੀ ਬੋ ਆਈ ਲੋਕਾਂ ਨੂੰ ਸਰੂਪੇ ਦੇ ਦਿੱਤੇ ਵਿਦਵਾਨ ਕਹਿ ਦਿੱਤਾ ਪੰਡਿਤ ਕਹਿ ਦਿੱਤਾ ਮਹਾਨ ਗਿਆਨੀ ਦੇ ਰੁਤਬੇ ਦਿੱਤੇ ਕੇ ਕਹਿੰਦੇ ਨੇ ਇੱਕ ਦਿਨ ਮੈਂ ਇਸ ਖੌਮੇ ਦਾ ਮਾਰਿਆ ਆਪਣੇ ਮੁਰਸ਼ਿਦ ਮੈਂ ਮੁਰਸ਼ਿਦ ਦੇ ਦਰ ਤੇ ਚਲਾ ਗਿਆ ਮੈਨੂੰ ਇਹ ਸੀ ਮੇਰੀ ਖੌਮੇ ਨੂੰ ਵੀ ਮੈਂ ਆਇਆ ਮੈਨੂੰ ਬਹੁਤ ਮਾਨ ਮਿਲੇਗਾ ਮੇਰੇ ਕੋਲ ਗਿਆਨ ਬੜਾ ਹੈ ਕਹਿੰਦੇ ਨੇ ਜਦੋਂ ਮੈਂ ਜਾ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਲੋਕਾਂ ਨੇ ਕਿਹਾ ਫਲਾਣਾ ਵਿਦਵਾਨ ਆਇਆ ਹੈ ਤੇ ਗੁਰੂ ਨੇ ਕਿਹਾ ਇਹਨੂੰ ਕਹੋ ਫਟਾਫਟ ਆਪਣੀ ਖੋਪਰੀ ਚੁੱਕ ਲਵੇ ਇਦੀ ਖੋਪਰੀ ਵਿੱਚੋਂ ਦੂਜਿਆਂ ਦੀ ਜਾਣਕਾਰੀ ਦੀ ਬਦਬੋ ਹੁੰਦੀ ਪਈ। ਇਸ ਦਾ ਆਪਣਾ ਅਨੁਭਵ ਨੇ। ਇਸ ਅੰਦਰ ਬਦਬੋ ਆ ਰਹੀ। ਪਿਆਰਿਓ ਕਹਿੰਦੇ ਨੇ ਫਿਰ ਪੁੱਛਿਆ ਮੁਰਸ਼ਿਦ ਤੂੰ ਕਿਵੇਂ ਬਦਬੋ ਜਾਏ? ਕਹਿੰਦੇ ਨੇ ਫਿਰ ਮੇਰੇ ਗੁਰੂ ਨੇ ਸ਼ਬਦ ਦੇ ਨਾਲ ਸੇਵਾ ਦੇ ਨਾਲ ਸਿਮਰਨ ਦੇ ਨਾਲ ਨਾਮ ਦੇ ਅਭਿਆਸ ਨਾਲ ਇੰਨਾ ਕੁ ਧੋਤਾ। ਉਹਨਾਂ ਨੇ ਕਿਹਾ ਪਹਿਲਾ ਖੱਪਰ ਧੋ ਬਾਦ ਵਿੱਚ ਨਿਰਮਲ ਗਿਆਨ ਵਿੱਚ ਬਾਵੇਂ ਭਾਈ ਸਾਹਿਬ ਦੀ ਰਚਨਾ ਚ ਬੜੇ ਸੋਹਣੀ ਮੈਨੂੰ ਕਈ ਵਾਰੀ ਮੈਂ ਸੰਗਤ ਸਾਂਝੀ ਕਰਨ ਉਹਨਾਂ ਕੁਝ ਮਕਿੰਨਿਆ ਬਾਦ ਭਾਈ ਸਾਹਿਬ ਲਿਖਦੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ ਦਰ ਦਰ ਦੇ ਟੁਕ ਮੰਗ ਮੰਗ ਪਾਏ ਤੁਨ ਤੁਨ ਕੇ ਇਹ ਭਰਿਆ ਭਰਿਆ ਦੇਖ ਅਪਰਿਆ ਮੈਸਾ ਜਾਣਾ ਪੰਡਿਤ ਹੋਇਆ ਧਰਤੀ ਪੈਰ ਨਾ ਟਿੱਕੇ ਮੇਰਾ ਉੱਚਾ ਹੋ ਹੋ ਦੁਰਿਆ ਇੱਕ ਦਿਨ ਇੱਕ ਚਕੋਲ ਲੈ ਗਿਆ ਇਹ ਖੋਪੜੀ ਗੁਰੂ ਦੇ ਕੋਲ ਗਈ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਚ ਕਿਹਾ ਇਹਨੂੰ ਧਿਆਨ ਰਸਣ ਮੈਂ ਕਿਉਂ ਇਸ ਗੱਲ ਤੇ ਜ਼ੋਰ ਦੇ ਰਿਆਂ ਇਹ ਆਣਾ ਤਰ ਜਾਊਗਾ ਸਿਆਣਾ ਡੁੱਬੂਗਾ ਸਿਆਣੇ ਲੋਕ ਕਹਿੰਦੇ ਨੇ ਜਿਹੜੇ ਤਾਰੂ ਡੁੱਬ ਜਾਂਦੇ ਨੇ ਅਨ ਤਾਰੂ ਨਿਕਲ ਜਾਂਦੇ ਨੇ ਉਹ ਕੋਸ਼ਿਸ਼ ਕਰਦੇ ਸਿਆਣੇ ਦੀ ਐਸੇ ਕਰਕੇ ਗੁਰਦੇਵ ਨੇ ਕਿਹਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਆ ਮਨ ਆਪਣੇ ਸੁਚੇਤ ਪਾਸ਼ਵ ਕਹਿੰਦੇ ਨੇ ਕਿ ਮੈਂ ਪੰਡਤ ਹੋ ਗਿਆ ਸਮਝਿਆ ਉੱਚਾ ਹੋ ਤੁਰਿਆ ਇੱਕ ਦਿਨ ਇੱਕ ਛਕੋਲ ਲੈ ਗਿਆ ਮੁਰਸ਼ਿਦ ਮੂਰੇ ਤੁਰਿਆ ਗੁਰੂ ਦੇ ਚਰਨਾਂ ਚ ਰੱਖਿਆ ਝੂਠ ਝੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ ਮਲ ਮਲ ਕੇ ਫਿਰ ਧੋਤਾ ਇਸ ਨੂੰ ਮਹਿਲ ਇਲਮ ਦੀ ਲਈ ਜਿਹੜੀ ਆ ਜਾਣਕਾਰੀ ਦੀ ਮੈਲ ਇਕੱਠੀ ਕੀਤੀ ਪਈ ਸੀ ਇਹ ਸਾਰੀ ਧੋ ਦਿੱਤੀ ਮਲ ਮਲ ਕੇ ਫਿਰ ਧੋਤਾ ਇਸ ਨੂੰ ਮਹਿਲ ਇਲਮ ਦੀ ਲਈ ਵੇਖੋ ਇਹ ਕਛਕੌ ਲਿਸ਼ਕਿਆ ਕਵਲ ਵਾਂਗ ਫਿਰ ਖੜਿਆ ਉਹੀ ਭਾਂਡਾ ਜਿੱਥੇ ਅਨਪਬੀ ਗਿਆਨ ਆ ਗਿਆ ਉਹਦੇ ਵਿੱਚ ਸੱਚ ਇਹ ਵੇਖੇੜਾ ਆ ਗਿਆ ਮੈਂ ਬੇਨਤੀ ਕਰਾਂ ਸਤਗੁਰੂ ਨੇ ਇਸ ਸ਼ਲੋਕ ਵਿੱਚ ਜੋ ਸਵੇਰ ਤੋਂ ਅਸੀਂ ਪਿਛਲੇ ਵਿਚਾਰ ਰਹਿ ਖਾਂ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਮਨ ਦੇ ਚਲਾਕ ਨੇ ਗੁਰੂ ਨੂੰ ਚੇਤੇ ਨਹੀਂ ਕਰਦੇ ਪਰਮੇਸ਼ਵਰ ਨੂੰ ਯਾਦ ਨਹੀਂ ਕਰ ਰਹੇ ਮਰਜ਼ ਕੀਤੀ ਸੀ ਸਿਮਰਨ ਨਾ ਕਰੋ ਵਖਰੀ ਗੱਲ ਏ ਪਰ ਦਲੀਲਾਂ ਦੇ ਦੇ ਕੇ ਸਿੱਧ ਕਰੀ ਜੋ ਸਿਮਰਨ ਖੁੰਦਾ ਹੀ ਨਹੀਂ ਬੰਦਾ ਤਾਂ ਡੁੱਬ ਗਿਆ ਇਹ ਤਾਂ ਫੇਤ ਹੈ ਤੂੰ ਹੈ ਇਹ ਵੀ ਇੱਕ ਵਿਚਾਰ ਫੁਰਨਾ ਚੱਲ ਜਾਈ ਜੈ ਤੂੰ ਖੈ ਇਹ ਹੈ ਵੀ ਸਿਮਰਨ ਬਣ ਜਾਂਦਾ ਹੁੰਦਾ ਤੂੰ ਖੈ ਹਰ ਵਕਤ ਉਹਦੀ ਹਜ਼ੂਰੀ ਪਾਸੇ ਸਤਿਗੁਰੂ ਨੇ ਕਿਹਾ ਇਹ ਬਵਾਰ ਤਿਲ ਨੇ ਛੁੱਟੜ ਤਿਲ ਨੇ ਜਿਨ੍ਹਾਂ ਦੇ ਅੰਦਰ ਸੱਚ ਏਵੇ ਕਿ ਦਾਣੇ ਨਹੀਂ ਪਏ ਨਖਸਮੇ ਰਹਿ ਗਏ ਚਲਾਕੀ ਵਕਰ ਵਰਤਨ ਵਾਲੇ ਕਪਟ ਵਰਤਨ ਵਾਲੇ ਛਲ ਵਰਤਨ ਵਾਲੇ ਤੇ ਮੇਰੇ ਗੁਰੂ ਦਰ ਤੇ ਇਹੋ ਜੇ ਬੰਦੇ ਸਵੀਕਾਰ ਨਹੀਂ ਉਹ ਕਿਸੇ ਤਰ੍ਹਾਂ ਦਾ ਵੀ ਛਲ ਕਰਨ ਮੈਂ ਇੱਕ ਉਦਾਹਰਨ ਛੋਟੀ ਦੀ ਹੋਰ ਦੇ ਦੇਣਾ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਤੇ ਸਤਿਗੁਰੂ ਜਦੋਂ ਆਪਣੀ ਰਚਨਾ ਕਰਦੇ ਨੇ ਤੇ ਉਹਨਾਂ ਦੀ ਰਚਨਾ ਦਾ ਉਤਾਰਾ ਕਰਕੇ ਲਿਖ ਕੇ ਉਹ ਤੋਸ਼ੇਖਾਨੇ ਚ ਰੱਖੀ ਜਾਂਦੀ। ਇੱਕ ਸੱਜਣ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਭਾਈ ਰੋਸ਼ਨ ਸਿੰਘ ਦੱਸਿਆ। ਉਹ ਹਜ਼ੂਰ ਦੀ ਰਚਨਾ ਦੇ ਕਾਪੀ ਕਰਦਾ ਹੁੰਦਾ ਸੀ ਜਾਂ ਲਿਖ ਕੇ ਉਹ ਤੋਸ਼ੇਖਾਨੇ ਚ ਰੱਖਦਾ ਸੀ। ਇੱਕ ਦਿਨ ਕੀ ਕੀਤਾ ਮਹਾਰਾਜ ਜੀ ਨੇ ਸਵਈਏ ਉਚਾਰਨ ਕੀਤੇ ਨੇ ਤੇ ਕਹਿਣ ਲੱਗੇ ਸਾਰੀ ਰਚਨਾ ਨੂੰ ਤੋਸ਼ੇਖਾਨੇ ਚ ਉਹਨੇ ਸਿਆਣਾ ਬੜਾ ਸੀ ਇਨਾਉ ਦਿਮਾਗ ਵਰਤਦਾ ਸੀ ਤੇ ਇਹ ਗੱਲ ਚੇਤੇ ਰੱਖਿਓ ਅੱਜ ਸਾਇੰਸ ਸਿੱਧ ਕਰ ਰਹੀ ਏ ਜਿੰਨਾ ਬੰਦਾ ਆਪਣੇ ਦਿਮਾਗ ਦੀ ਵਰਤੋਂ ਕਰੇਗਾ ਉਹਨਾਂ ਇਹ ਚਾਨਣ ਵਾਲੇ ਪਾਸੇ ਜਾਏਗਾ ਚੇਤੇ ਰੱਖਿਓ ਜਿਹੜੇ ਬੰਦੇ ਦਿਮਾਗ ਨੂੰ ਵਰਤਦੇ ਨਹੀਂ ਉਹ ਆਲਸੀ ਬਣ ਜਾਂਦੇ ਨੇ ਉਹ ਸੱਚੀ ਗੱਲ ਉਹਨਾਂ ਨੂੰ ਸਮਝ ਕੋਈ ਨਹੀਂ ਪੈਂਦੀ ਬੰਦਾ ਚੱਲੇ ਤਾਂ ਉਹ ਸਿਆਣਾ ਬੜਾ ਸੀ ਚਲਾਕ ਵੀ ਬੜਾ ਸੀ ਉਹਨੇ ਜੀ ਬਹਿ ਕੇ ਨਾ ਮਹਾਰਾਜ ਦੇ ਕੋਲ ਲਿਖਦਿਆ ਲਿਖਦੀ ਉਹਨੇ ਕੰਮ ਕੀਤਾ ਆਪਣੇ ਪੱਟ ਦੇ ਉੱਤੇ ਖਿੰਟ ਪਾਲਾ ਸਮਝ ਕੇ ਪੜਦੇ ਚੇਤੇ ਹੋ ਗਿਆ ਉਹਨੂੰ ਇੰਨਾ ਉਹਦੀ ਦਿਮਾਗ ਹਾਫਿਜ਼ਾ ਇੰਨਾ ਤੇਜ਼ ਸੀ ਉਹਨੇ ਉਸੇ ਵਕਤ ਸਾਰੇ ਸਵਈਏ ਚੇਤੇ ਕਰ ਲੈ ਜੀ ਨਾਲ ਇੱਕ ਇੱਕ ਸਤਰ ਲਿਖ ਲਈ ਪੱਕੀ ਪੂਰੀ ਜਾ ਕੇ ਉਤਾਰਾ ਕਰਾਂਗਾ ਕਿਸੇ ਹੋਰ ਥਾਂ ਤੇ ਜਾ ਕੇ ਸੁਣਾਗਾ ਮੇਰੀ ਵਿਦਵਤਾ ਦੀ ਧਾਕ ਬੈਠੇਗੀ ਇਹ ਤੋਸ਼ੇਖਾਂ niche ਰੱਖ ਕੇ ਮਹਾਰਾਜ ਦੇ ਸਾਹਮਣੇ ਆ ਕੇ ਬਹਿ ਗਿਆ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਖਾਲਸਾ ਜੀ ਸਿੰਘੋ ਆਵਾਜ਼ ਸੁਣਦੇ ਅਸਰ ਦੋ ਚਾਰ ਸਿੰਘ ਉੱਠ ਕੇ ਆ ਗਏ ਹਜ਼ੂਰ ਕਹਿਣ ਲੱਗੇ ਕੰਮ ਕਰੋ ਸਤਨੁਇ ਦੀ ਆਨੰਦਪੁਰ ਸਾਹਿਬ ਦੀ ਘਟਨੇ ਕਹਿੰਦੇ ਦਹੀਂ ਤੇ ਸਾਬਣ ਦਾ ਪ੍ਰਬੰਧ ਕਰੋ ਇਸ਼ਨਾਨ ਕਰਨਾ ਮਹਾਰਾਜ ਇਸ਼ਨਾਨ ਹਜ਼ੂਰ ਕਹਿਣ ਲੱਗੇ ਅਸੀਂ ਨਹੀਂ ਕਰਨਾ ਰੋਸ਼ਨ ਸਿੰਘ ਨੂੰ ਕਰਾਣਾ ਸਤਗੁਰੂ ਜਾਨਦੇ ਨੇ ਨੇ ਆਪਣੇ ਪੱਟ ਦੇ ਉੱਤੇ ਸ਼ਾਈ ਨਾਲ ਸਤਰਾਂ ਲਿਖੀਆਂ ਨੇ ਉਹ ਕਹਿੰਦਾ ਨਹੀਂ ਨਹੀਂ ਮਹਾਰਾਜ ਮੈਂ ਤਾਂ ਸਵੇਰੇ ਕੈਸੀ ਕਰਕੇ ਆਇਆ ਗੁਰੂ ਸਾਹਿਬ ਕਹਿੰਦੇ ਤੂੰ ਘਰੋਂ ਕਰਕੇ ਆਇਆ ਸੀ ਜਿਹੜਾ ਕਰਣਾ ਉਹਦੇ ਅਰਥ ਕੁਝ ਹੋਰ ਨੇ ਸਮਝ ਉਹ ਵੀ ਗਿਆ ਮੈਂ ਤਾਂ ਬੇਨਤੀ ਕੀਤੀ ਚਲਾਕੀ ਨਾ ਵਰਤ ਗੁਰੂ ਜਾਨ ਦਾ ਹੈ ਮਹਾਰਾਜ ਕਹਿੰਦੇ ਨੇ ਮੈਂ ਇਸ਼ਨਾਨ ਖੁਦ ਕਰਵਾਉਣਾ ਚਾਹਨਾ ਤੈਨੂੰ ਉਹ ਕਹਿੰਦਾ ਨਹੀਂ ਮੈਂ ਕਰ ਕੇ ਆਇਆ ਜੀ ਮੈਂ ਕੈਸੀ ਕੀਤਾ ਮੈਂ ਦਹੀਂ ਨਾਲ ਨਾ ਤਾਂ ਮਹਾਰਾਜ ਨੇ ਕਿਹਾ ਸਾਬਨ ਨਹੀਂ ਦਹੀਂ ਵੀ ਲੈ ਕੇ ਉਹ ਦੁਬਾਰਾ ਫਿਰ ਨਵਾਣੇ ਨੂੰ ਮਹਾਰਾਜ ਨੇ ਪਰਦਾ ਪਾਈ ਰੱਖਿਆ ਇਹ ਨਹੀਂ ਦੱਸਿਆ ਕਿਉਂ ਇਸ਼ਨਾਨ ਕਰਾਂ ਲੱਗੇ ਸਿੰਘ ਲੈ ਗਿਆ ਜੀ ਪਕੜ ਕੇ ਹੁਕਮ ਮੰਨਣਾ ਸੀ ਦਰਿਆ ਦੇ ਕੰਢੇ ਮਾਰਿਆ ਥੱਲੇ ਪਾਣੀ ਸਾਟਿਆ ਕਪੜੇ ਲਾ ਕੇ ਸਾਰੇ ਮਲਮਲ ਕੇ ਚੰਗੀ ਤਰ੍ਹਾਂ ਨਹਾਤਾ ਜਿਹੜੀ ਸ਼ਾਈ ਲੱਗੀ ਸੀ ਸਾਰੀ ਮਲ ਕੇ ਪੱਟ ਤੋਂ ਥੱਲੇ ਉਤਰ ਗਿਆ ਕਪੜੇ ਕੁਬੜੇ ਪਾ ਕੇ ਸਾਹਮਣੇ ਆ ਕੇ ਬਹਿ ਗਿਆ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਸ਼ਾਈ ਸਮਝੇ ਨਹੀਂ ਬਾਕੀ ਸਤਿਗੁਰੂ ਕਹਿੰਦੇ ਨੇ ਰੋਸ਼ਨ ਕੇ ਰੁਸ਼ਨਾਈ ਨਾਮ ਤੇਰਾ ਰੋਸ਼ਨ ਸਿੰਘ ਹੈ ਤੇ ਹੈ ਤੂੰ ਰੁਸ਼ਨਾਈ ਰੁਸ਼ਨਾਈ ਦਰ ਤੇ ਸ਼ਾਈ ਕਾਲਾ ਇਨੂੰ ਕਹਿੰਦਾ ਕਾਲਖ ਨਾਮ ਤੇਰਾ ਰੋਸ਼ਣ ਏਂਗੇ ਕੰਮ ਤੂੰ ਸ਼ਾਈ ਵਾਲੇ ਕਾਲੇ ਕਰਨੇ ਚਾਨਣਾ ਕੇ ਸ਼ਾਈ ਰੋਸ਼ਨ ਤੇ ਚਾਨਣ ਹੁੰਦਾ ਤੂੰ ਤਾਂ ਕਾਲਖ ਬਣਿਆ ਬੈਠਾ ਉਹਨੇ ਚਰਨ ਪਕੜ ਲਿਆ ਕਹਿੰਦਾ ਮਹਾਰਾਜ ਮੈਂ ਗਲਤੀ ਕੀਤੀ ਤੁਸੀਂ ਕਹੋ ਇਸ਼ਨਾਨ ਕਰਾ ਸਤਿਗੁਰੂ ਕਹਿੰਦੇ ਨੇ ਨਹੀਂ ਇਹ ਕਪਟ ਪੁਣੇ ਦੀ ਚਲਾਕ ਪੁਣਾ ਇੱਕ ਮਹਿਲ ਹੈ ਚਿੱਤੇ ਰੱਖੀ ਇੱਥੇ ਬਾਹਰ ਦੇ ਸਤਲੁਜ ਦੇ ਪਾਣੀ ਨਾਲ ਧੁੱਪ ਗਏ ਜੇ ਅੰਦਰ ਕਪੜ ਦੀ ਮੈਲ ਚਲੀ ਜਾਂਦੀ ਤੇ ਕਈ ਜਨਮ ਲੱਗ ਜਾਣੇ ਸ ਇਹ ਵਾਰ ਦੀ ਪਹਿਲੀ ਪੌੜੀ ਆਪੀ ਨੇ ਆਪ ਸਾਜਿਓ ਮੈਂ ਪਾਠ ਕੀਤਾ ਸਾਜਿਓ ਚਿੱਤੇ ਰਖਵੇ ਤੇ ਊੜਾ ਖੁੱਲਾ ਹੈ ਹੋੜੇ ਦੀ ਆਵਾਜ਼ ਬਣੇਗੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਨਾਉ ਨਹੀਂ ਨਾਉ ਇਹ ਇੱਥੇ ਬੰਦ ਹੈ ਊੜਾ ਆਪੀ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਆਪ ਹੀ ਨੇ ਇਹਦੇ ਜੇ ਅਰਥ ਕਰਾਂਗੇ ਇਸ ਤਰ੍ਹਾਂ ਬਣਗੇ ਅਸੀਂ ਇਕੱਠਾ ਪਾਠ ਕੀਤਾ ਆਪੀ ਨੇ ਆਪ ਸਾਜਿਓ ਇਹਦੇ ਅਰਥ ਨੇ ਆਪ ਹੀ ਨੇ ਇਹਦਾ ਅਰਥ ਪਰੀਪੂਰਣ ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਇਹ ਇਹ ਬੜੀ ਗਹਿਰੀ ਪੌੜੀ ਹੈ ਐਵੇਂ ਨਹੀਂ ਇਹਨੂੰ ਸੁਣੋਗੇ ਤੁਸੀਂ ਪ੍ਰਸੰਨ ਹੋਵੋਗੇ ਗੁਰੂ ਨਾਨਕ ਸਾਹਿਬ ਕਮਾਲ ਕਰ ਦਿੱਤੀ ਪੂਰਬ ਦੇ ਧਰਮ ਸ਼ਾਮੀ ਮਤ ਜਿੰਨੇ ਨੇ ਸਾਰਿਆਂ ਤੋਂ ਵੱਖਰੀ ਗੱਲ ਕਰਕੇ ਕਿਹਾ ਮੇਰੇ ਪ੍ਰਮਾਤਮ ਦੇਵ ਕਿੱਥੇ ਆਪੀ ਨਾ ਆਪ ਸਾਜਿਓ ਆਪੀ ਨਾ ਆਪਣੇ ਆਪ ਨੂੰ ਪਰਿਪੂਰਣ ਪ੍ਰਮਾਤਮਾ ਨੇ ਆਪ ਸਾਜਿਆ ਆਪੀ ਨਾ ਰਚਿਓ ਨਾਉ ਆਪਣੇ ਆਪ ਵਿੱਚੋਂ ਉਹਨੇ ਨਾਮ ਨੂੰ ਰਚਿਆ ਫਿਰ ਧਿਆਨ ਨਾਲ ਸੁਣੋ ਇਹਦੀ ਵਿਆਖਿਆ ਕਰਾਂਗੇ ਇਹ ਤੇ ਵੀ ਸਮਝ ਪੈ ਗਈ ਨਾਮ ਕੀ ਚੀਜ਼ ਹਾਲਾਂਕਿ ਅੱਗੇ ਬਚਨ ਆਉਣੇ ਨੇ ਸਾਰੇ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ ਤੇ ਅਗਲਾ ਕੰਮ ਕੀ ਕੀਤਾ ਦੁਈ ਕੁਦਰਤ ਸਾਜੀਐ ਦੁਈ ਦਰਥੇ ਦੂਜੀ ਕੁਦਰਤ ਦਾ ਅਰਥ ਤਾਕਤ ਵੀ ਤੇ ਕੁਦਰਤ ਦਾ ਅਰਥ ਕਰਾਂਗੇ ਮਾਇਆ ਸ਼ਕਤੀ ਉਹਨੇ ਦੂਜੀ ਮਾਇਆ ਰਚੀ ਤੇ ਮਹਾਰਾਜ ਕਹਿੰਦੇ ਨੇ ਸਾਜੀ ਹੈ ਉਹਨੇ ਕੁਦਰਤ ਵੀ ਆਪੇ ਸਾਜੀ ਮਾਇਆ ਵੀ ਆਪੇ ਸਾਜੀ ਦੁਈ ਕੁਦਰਤ ਸਾਜੀ ਹੈ ਕਰ ਆਸਣ ਪਾਠ ਆਸਣ ਨਾਣੀ ਨਾਲ ਕਰਨਾ ਨੰਨੇ ਨਾਲ ਨਹੀਂ ਕਰਨਾ ਆਸਣ ਨਹੀਂ ਕਰਨਾ ਆਸਣ ਕਰ ਆਸਣ ਆਸਣ ਦਾ ਪਰਤ ਸਮਝ ਗਏ ਨਾ ਮੁਕਾਮ ਟਿਕਾਣਾ ਸ਼ਬਦ ਵਰਤ ਲਈ ਕਰ ਆਸਣ ਡਿੱਠੋ ਡਿੱਠੋ ਦਰ ਤੇ ਵੇਖ ਰਿਹਾ ਚਾਓ ਚਾਉ ਦਰ ਤੇ ਖੁਸ਼ੀ ਨਾਲ ਕੁਝ ਵਿਦਵਾਨਾਂ ਨੇ 14 ਅਰਥ ਤਮਾਸ਼ਾ ਕੀਤਾ ਪਰ ਮੈਂ ਯਤਨ ਕੀਤਾ ਕਾਫੀ ਕੋਸ਼ ਪੜਨ ਤੋਂ ਬਾਅਦ ਇਸ ਨਿਰਨੇਤਮਾ 14 ਅਰਥ ਤਮਾਸ਼ਾ ਨਹੀਂ ਹੋਵੇਗਾ 14 ਅਰਥ ਖੁਸ਼ੀ ਹੋਵੇਗਾ ਪਹਿਲੇ ਅਰਥ ਥੋੜੇ ਜਨ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ ਹੁਣ ਥੋੜਾ ਜਿਹਾ ਆਓ ਇਸ ਤੁਕ ਦੀ ਵਿਆਖਿਆ ਕਰ ਲਈ ਆਪੀ ਨਾ ਆਪ ਸਾਜਿਓ ਆਪਣੇ ਆਪ ਨੂੰ ਨੇ ਆਪ ਸਾਜਿਆ ਇਥੇ ਇੱਕ ਮਨਚ ਸਵਾਲ ਉੱਠੇਗਾ ਸਾਜਣ ਤੋਂ ਪਹਿਲਾਂ ਨਹੀਂ ਸੀ ਉਹ ਫਿਰ ਸੁਣਿਓ ਆਪ ਹੀ ਨੇ ਆਪ ਸਾਜਿਓ ਤੇ ਉਸ ਤੋਂ ਪਹਿਲਾਂ ਕੀ ਸੀ ਜੇ ਆਪ ਹੀ ਨੇ ਆਪ ਸਾਜਿਓ ਦਾ ਮਤਲਬ ਉਹਦੀ ਖੋਦ ਨੂੰ ਨੇ ਆ ਬਣਾਇਆ ਨਹੀਂ ਨਹੀਂ ਇਹਦੇ ਅਰਥ ਇਸ ਤਰ੍ਹਾਂ ਨਾ ਕਰੀਏ ਜਿੰਨੀ ਕੁ ਮੈਨੂੰ ਮਾਲਕ ਨੇ ਸਮਤ ਬੱਛੀ ਮੈਂ ਓਨੀ ਗੱਲ ਕਰ ਲਗਾ ਆਪ ਹੀ ਨੇ ਆਪ ਸਾਜਿਓ ਆਪ ਇਹ ਨੂੰ ਫਿਰ ਧਿਆਨ ਨਾਲ ਸੁਣਿਓ ਆਪ ਆਪੀ ਨੇ ਤੋਂ ਵੀ ਪਹਿਲਾਂ ਹੈ ਉਹ ਆਪ ਅਸਲ ਵਿੱਚ ਸੁੰਨ ਅਵਸਥਾ ਹੈ ਜਿਹਨੂੰ ਤੁਸੀਂ ਨਿਰਗੁਣ ਕਹਿੰਦੇ ਹੋ ਕਿਉਂਕਿ ਹੁਣ ਆਕਾਰ ਬਣਨ ਜਾ ਰਿਹਾ ਹੁਣ ਉਹ ਸਫਰ ਹੋਣ ਜਾ ਰਿਹਾ ਹੁਣ ਉਹ ਫੁਰਨੇ ਨਾਲ ਆਪਣਾ ਫੈਲਾ ਕਰਨ ਜਾ ਰਿਹਾ ਹੁਣ ਜਦੋਂ ਸਾਜਿਆ ਗਿਆ ਸਾਜਿਆ ਮੈਂ ਅਰਥ ਕਰਾਂਗਾ ਸਰਗੁਣ ਜਿਹੜੇ ਆਕਾਰ ਬਣੇ ਹੁਣ ਤੁਸੀਂ ਇੱਕ ਪਾਠ ਕਰਦੇ ਹੋ ਹੁਕਮੀ ਹੋਵਣ ਆਕਾਰ ਯਾਦ ਰੱਖੋ ਆਕਾਰ ਬਾਦ ਵਿੱਚੇ ਪਰ ਹੁਕਮੀ ਹੁਕਮ ਚਲਾਣ ਵਾਲਾ ਆਕਾਰ ਤੋਂ ਪਹਿਲਾਂ ਵੀ ਹੈ ਆਪੀ ਨੇ ਆਪ ਸਾਜਿਓ ਉਹ ਸਕਾਰ ਖੋਣ ਲੱਗੇ ਪਾਰ ਬ੍ਰਹਮ ਪਰਮੇਸ਼ਵਰ ਪਰਮ ਸ਼ਕਤੀ ਵਹਿਗੁਰੂ ਅੱਲਾ ਰੱਬ ਗੋਠ ਜਿਹਦੇ ਪਿੱਛੇ ਸਾਰੇ ਧਰਮ ਜ਼ੋਰ ਲਾਈ ਜਾਂਦੇ ਸਾਜਨ ਸਕਾਰ ਹੋਣ ਤੋਂ ਪਹਿਲਾਂ ਉਹ ਨਿਰਗੁਣ ਸੀ ਹੁਣ ਉਸ ਉਹਨੂੰ ਉਹਨੂੰ ਗੁਰਬਾਣੀ ਨੇ ਨਾ ਸੁਣ ਅਵਸਥਾ ਕਿ ਹੈ ਉਦੋਂ ਉਹ ਸੁਣ ਚੇ ਮੈਂ ਕੱਲ ਵੀ ਸ਼ਾਇਦ ਪਰਸੋਂ ਸ਼ਾਇਦ ਅਰਜ਼ ਕੀਤੀ ਸੀ ਇਹਨੂੰ ਸਮਝੀਏ ਅੱਗੇ-ਅੱਗੇ ਬੜੇ ਸੁਨੇ ਅਰਥ ਹੋਣਗੇ ਜਦੋਂ ਕੱਲ ਆਵੇਗਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਕਿਉਂਕਿ ਜਦੋਂ ਉਹ ਸਾਜਣ ਲੱਗ ਪਿਆ ਹਰ ਸਾਜੀ ਕੋਈ ਚੀਜ਼ ਵਿੱਚ ਕਰਤਾ ਜਿਹੜਾ ਸੱਚਾ ਵਰਤੇਗਾ ਹੁਣ ਜਦੋਂ ਕੁਝ ਨਹੀਂ ਸੀ ਉਦੋਂ ਵੀ ਪ੍ਰਮਾਤਮਾ ਜੀ ਨੇ ਮੈਂ ਇਸ ਕਰਕੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪ੍ਰਮਾਤਮਾ ਨੂੰ ਜਦੋਂ ਸੀ ਆਧ ਸੱਚ ਕਹਿੰਨੇ ਆ ਉਦੋਂ ਕਦੀ ਇਹ ਅਰਥ ਨਾ ਕਰਿਆ ਕਰੋ ਕਿ ਰੱਬ ਆਦਤੋ ਸੱਚ ਹੈ ਜੇ ਉਸ ਦਾ ਆਦ ਬਣਾਓਗੇ ਤੇ ਉਹਦਾ ਅੰਤ ਬਣੇਗਾ ਜੇ ਆਦ ਸੱਚ ਦੇ ਅਰਥੇ ਕਰਾਂਗੇ ਉਹ ਮੁੱਢ ਤੋਂ ਸੱਚ ਹੈ ਇਹਦਾ ਮਤਲਬ ਜਿਹਦਾ ਮੁੱਢ ਹੈ ਉਹਦਾ ਖਾਤਮਾ ਵੀ ਹੈ ਆਦ ਸੱਚ ਦਾ ਅਰਥ ਇਹ ਸ੍ਰਿਸ਼ਟੀ ਦੇ ਮੁੱਢ ਤੋਂ ਵੀ ਸੱਚ ਹੈ ਜਦੋਂ ਕੁਝ ਨਹੀਂ ਸੀ ਉਦੋਂ ਵੀ ਹੁਣ ਉਹ ਅਫੁਰ ਪਾਵਾ ਕੇ ਹਿੰਦੂਇਜ਼ਮ 36 ਜੁਗਾਂ ਦੀ ਗੱਲ ਕਰਦਾ ਹੈ ਗੁਬਾਰ ਦੀ ਵੀ 36 ਜੁਗ ਜਿਹੜਾ ਗੁਬਾਰ ਰਿਆ ਗੁਰੂ ਗ੍ਰੰਥ ਸਾਹਿਬ 36 ਦੀ ਗੱਲ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਅਰਬਦ ਤੋਂ ਬਾਅਦ ਸ਼ਬਦ ਵਰਦੇ ਨਰਬਦ ਇਹ ਗਿਣਤੀ ਮਿੰਤੀ ਅਰਬਦ ਨਰਬਦ ਤੁੰਦੂ ਕਹਾਰਾ ਕੁੱਪ ਹਨੇਰਾ ਸੀ ਕੁਝ ਨਹੀਂ ਸੀ ਮੈਂ ਬੇਨਤੀ ਕਰਾਂਗਾ ਕੁਝ ਵੀ ਉਦੋਂ ਨਹੀਂ ਕੁਛ ਵੀ ਨੇ ਅਰਥ ਸਮਝ ਗਿਓ ਕੁਛ ਨਹੀਂ ਦਾ ਅਰਥ ਇਹ ਨਹੀਂ ਵੀ ਤੇ ਇਹ ਧਰਤੀ ਦੇ ਜੀਵਨ ਧਰਤੀ ਵੀ ਨਹੀਂ ਸੀ ਸੂਰਜ ਚੰਦਰਮਾ ਤਾਰੇ ਸਿਆਰੇ ਪਾਣੀ ਸਮੁੰਦਰ ਪਹਾੜ ਨਦੀਆਂ ਨਾਲੇ ਕਾਜ਼ੀ ਮੁੱਲਾ ਜੋਗੀ ਸੰਨਿਆਸੀ ਅਸਾਈ ਮੁਸਾਈ ਕੁਛ ਵੀ ਨਹੀਂ ਕੋਈ ਮੰਦਰ ਨਹੀਂ ਕੋਈ ਗੁਰਦੁਆਰਾ ਨਹੀਂ ਕੋਈ ਸ਼ਿਵਾਲਿਆ ਨਹੀਂ ਕੋਈ ਬ੍ਰਹਮਾ ਨਹੀਂ ਕੋਈ ਵਿਸ਼ਨੂ ਨਹੀਂ ਅਰਬਦ ਨਰਬਦ ਗੁਰੂ ਸਾਹਿਬ ਨੇ 36 ਜੁਗ ਵਰਤਿਆ ਸ਼ਬਦ ਪਰ ਅਰਬਦ ਨਰਬਦ ਅਰਥੇ ਅਰਬਦ ਸਾਲਾਂ ਤੋਂ ਬਾਅਦ ਵੀ ਨਰਬਦ ਬਹੁਤ ਪਿੱਛੇ ਚਲੇ ਜਾਓ ਉਦੋਂ ਕਿਸੇ ਕੁਪ ਹਨੇਰਾ ਪਰ ਉਸ ਕੁਪ ਹਨੇਰੇ ਚ ਇੱਕ ਹੋਂਦ ਹੈ ਉਸ ਹੋਂਦ ਨੂੰ ਪਰਮ ਸ਼ਕਤੀ ਕਹਿੰਦੀ ਹੈ ਗੁਰਬਾਣੀ ਉਸ ਹੋਂਦ ਨੂੰ ਪਰਮਾਤਮਾ ਕਹਿੰਨੇ ਮਹਾਰਾਜ ਕਹਿੰਦੇ ਨੇ ਅਰਬਦ ਨਰਬਦ ਤੁੰਦੂਕਾਰਾ ਧਰਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਇਹਨੂੰ ਥੋੜਾ ਜਿਹਾ ਫਿਰ ਸੁਣਿਓ ਮੇਰੀ ਬੇਨਤੀ ਕਿਉਂਕਿ ਮੈਂ ਇਸ ਗੱਲ ਤੇ ਥੋੜਾ ਜਿਹਾ ਜ਼ੋਰ ਦੇਣਾ ਚਾਹਨਾ ਕਿ ਜਦੋਂ ਉਹ ਸੁਣ ਬੈਠਾ ਕੁਝ ਵੀ ਨਹੀਂ ਹੁਣ ਉਹਦਾ ਫੁਰਨਾ ਬਣਿਆ ਮੈਂ ਸਕਾਰ ਹੁਣ ਹੈ ਮੈਂ ਆਪਣਾ ਫਲਾਹ ਕਰਨਾ ਉਹਨੂੰ ਲੋਡ ਨਹੀਂ ਪਹਿਣੀ ਕਿਸੇ ਬੰਦੇ ਦੀ ਉਹਦਾ ਕਬਾਉ ਉਹਦਾ ਸ਼ਬਦ ਉਹਦਾ ਬੋਲ ਉਹਦਾ ਥਾਟ ਸ਼ਬਦ ਵਰਤਲਾ ਉਹਦੇ ਥਾਟ ਵਿੱਚੋਂ ਉਹਦਾ ਫਲਾਹ ਹੋ ਜਾਣਾ ਹੈ ਤੇ ਹੋਇਆ ਇਸ ਤਰੀਕੇ ਉਸ ਸੋਨ ਨੇ ਆਪਣਾ ਫੈਲਾਉ ਕੀਤਾ ਤੇ ਮਹਾਰਾਜ ਕਹਿੰਦੇ ਨੇ ਉਸ ਵਿੱਚੋਂ ਸਭ ਕੁਝ ਉਹਨੇ ਸਿਰਜ ਦਿੱਤਾ ਪਿਆਰਿਓ ਆਪੀ ਨੇ ਆਪ ਸਾਜਿਓ ਆਪਣੇ ਆਪ ਨੂੰ ਆਪ ਸਾਜਿਆ ਹੁਣ ਇਹ ਪਸਾਰਾ ਕਿਵੇਂ ਹੋਏਗਾ ਸਾਰਾ ਕਿਹੜੀ ਸ਼ਕਤੀ ਕੰਮ ਕਰੇਗੀ ਗੁਰੂ ਸਾਹਿਬ ਕਹਿੰਦੇ ਨੇ ਅਗਲੀ ਸ਼ਕਤੀ ਉਹਨੇ ਜਿਹੜੀ ਆਪਣੇ ਚੋਂ ਪੈਦਾ ਕੀਤੀ ਸੁੰਨ ਚੋਂ ਪੈਦਾ ਕੀਤੀ ਉਹਨੂੰ ਗੁਰਮਖੋ ਗੁਰਬਾਣੀ ਨੇ ਨਾਮ ਕਿਹਾ ਪਰ ਕਮਾਲ ਦੀ ਗੱਲ ਜਿਸ ਸ਼ਕਤੀ ਨੇ ਸੰਸਾਰ ਪੈਦਾ ਕੀਤਾ ਉਹ ਸ਼ਕਤੀ ਸੰਸਾਰ ਤੋਂ ਵੱਖ ਨਹੀਂ ਹੋਈ ਉਹ ਨਾਮ ਸਭ ਕੁਝ ਪੈਦਾ ਕਰਕੇ ਨਾਮ ਸਾਰਿਆਂ ਵਿੱਚ ਸਮਾ ਗਿਆ ਆ ਸਪੇਸ ਵਿੱਚ ਵੀ ਨਾਮ ਸਮਾਇਆ ਤੁਹਾਡੇ ਮੇਰੇ ਸਭ ਵਿੱਚ ਨਾਮ ਸਮਾਇਆ ਗੁਰੂ ਸਾਹਿਬ ਨੇ ਤਾਂ ਸ਼ਬਦ ਵਰਤੇ ਆ ਜੇਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਮੈਂ ਕਹਿਣਾ ਆਸਾਂ ਦੀਵਾਰ ਦੀ ਪਹਿਲੀ ਪੌੜੀ ਸਮਝ ਲਓ ਪਿਆਰਿਓ ਹਿੰਦੁਸਤਾਨ ਦੇ ਸਾਰੇ ਮਤ ਮਤਾੰਤਰਾਂ ਦੀ ਵਿਆਖਿਆ ਹੋ ਜਾਏਗੀ ਗੁਰਬਾਣੀ ਕੀ ਕਹਿ ਰਹੀ ਉਸ ਵਿੱਚੋਂ ਨਾਮ ਨਿਕਲਿਆ ਉਸ ਵਿੱਚੋਂ ਸ਼ਬਦ ਨਿਕਲਿਆ ਮੈਂ ਸ਼ਬਦ ਵਰਤਾ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ ਉਹ ਨਾਮ ਵਿੱਚੋਂ ਦੁਈ ਕੁਦਰਤ ਆ ਸੰਸਾਰ ਬਣ ਗਿਆ ਜੀ ਇਹਨੂੰ ਮਾਇਆ ਸ਼ਬਦ ਵਰਤ ਲਈ ਸੌਖਾ ਰਹੇਗਾ ਹੁਣ ਦੁਈ ਕੁਦਰਤ ਦਾ ਅਰਥ ਤੇ ਦੂਜੀ ਬੜੀ ਬਰੀਕੀ ਵਰਤੀ ਮਹਾਰਾ ਜੀ ਨੇ ਕਮਾਲ ਕਰ ਦਿੱਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਹਰ ਨਹੀਂ ਜਾਇਕ ਤੇ ਮੈਂ ਹਰ ਵਾਰੀ ਅਰਜ਼ ਕਰਨਾ ਹੁ ਨਾ ਇੰਨੇ-ਇੰਨੇ ਗੂੜੇ ਸ਼ਬਦ ਨੇ ਜਿਹੜੇ ਨਾ ਅਜ ਤੱਕ ਕੀਰਤਨੀਆਂ ਨੇ ਗਾਏ ਨੇ ਤੇ ਨਾ ਵਿਆਖਿਆਕਾਰਾਂ ਨੇ ਵਿਆਖਿਆ ਕੀਤੀ ਸਿੱਧ ਗੋਸ਼ਤ ਦੀ ਬਾਣੀ ਸੈਂਕੜੇ ਸਵਾਲ ਸਮੋ ਕੇ ਬੈਠੀ ਜੋਗ ਮਤ ਪਿੱਛੇ ਲੋਕ ਦੌੜੇ ਫਿਰਦੇ ਨੇ ਅੱਜ ਕੱਲ ਦੇਖੋ ਪੱਛਮ ਭੱਜਿਆ ਫਿਰਦਾ ਜੋਗ ਮਤ ਪਿੱਛੇ ਪਰ ਸਿੱਧ ਗੋਸ਼ਤ ਦੀ ਬਾਣੀ ਦੀ ਕਿੰਨੀ ਕੋ ਵਿਆਖਿਆ ਹੋਈ ਕਿਉਂਕਿ ਅਸੀਂ ਗਹਿਰੇ ਨਹੀਂ ਉਤਰ ਰਹੇ ਅਸੀਂ ਚਿਹਰੇ ਵੇਖ ਕੇ ਕਥਾ ਕਰਨੇ ਸੱਚੇ ਗੁਰੂ ਵੇਖ ਕੇ ਨਹੀਂ ਬੋਲਿਆ ਜਾ ਰਿਹਾ ਅਸੀਂ ਗੁਰਦੁਆਰੇ ਦੇ ਪ੍ਰਬੰਧਕ ਵੇਖ ਕੇ ਬੋਲ ਰਹੇ ਹਾਂ ਐਸੀ ਸੁਸਾਇਟੀ ਨੂੰ ਦੇਖ ਕੇ ਬੋਲ ਰਹੇ ਹਾਂ ਅਸੀਂ ਕਿਸੇ ਥਾਂ ਦੇ ਮਾਹੌਲ ਨੂੰ ਦੇਖ ਕੇ ਬੋਲ ਰਹੇ ਹਾਂ ਉਹ ਗੂੜ ਗਿਆਨ ਅੱਜ ਕਮਾਲ ਕਰ ਦਿੱਤੀ ਗੁਰੂ ਨਾਨਕ ਸਾਹਿਬ ਨੇ ਦੋ ਹੀ ਕੁਦਰਤ ਦਾ ਅਰਥ ਇਹ ਨਹੀਂ ਕੀਤਾ ਵੀ ਇਹ ਦੂਜੀ ਹੈ ਇਹ ਰੱਬ ਤੋਂ ਵੱਖ ਹੈ ਦੋ ਹੀ ਕੁਦਰਤੋਂ ਨੇ ਸਾਜੀ ਪਰ ਅਗਲਾ ਕੰਮ ਕਰ ਦਿੱਤਾ ਕਰ ਆਸਨ ਇਸ ਦੁਈ ਕੁਦਰਤ ਵਿੱਚ ਵੀ ਆਪਣਾ ਟਿਕਾਣਾ ਬਣਾ ਕੇ ਬੈਠ ਕੇ ਸਤਵੇਂ ਅਸਮਾਨ ਚ ਰੱਬ ਨੇ ਆਈ ਤਾਂ ਵਖਰੀ ਵਿਲੱਖਣਤਾ ਹੈ ਇਸਲਾਮ ਕਹਿੰਦਾ ਸਤਵੇਂ ਆਕਾਸ਼ ਜੇ ਤੁਸੀਂ ਦੇਖੋ ਹਿੰਦੂਇਜ਼ਮ ਵੀ ਕਹਿੰਦਾ ਰੱਬ ਜਿਹੜਾ ਉਹ ਸੱਤ ਲੋਕ ਚ ਮਾਤ ਲੋਕੋ ਨੇ ਕਿਸੇ ਨੂੰ ਦੇ ਦਿੱਤਾ ਪਵਨ ਲੋਕ ਕਿਸੇ ਨੂੰ ਦੇ ਦਿੱਤਾ ਉਹ ਤਾਂ ਸੱਤ ਲੋਕ ਚ ਬੈਠਾ ਕਿਸੇ ਨੇ ਕਹਿ ਦਿੱਤਾ ਉਹ ਖੀਰ ਸਮੁੰਦਰ ਉੱਤੇ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਬਿਲਕੁਲ ਨਹੀਂ ਇਹ ਗੱਲ ਮਤ ਕਰ ਕਿਉਂਕਿ ਉਹਨੇ ਆਪਣੇ ਆਪ ਨੂੰ ਸਾਜਿਆਂ ਆਪਣੇ ਵਿੱਚੋਂ ਨਾਮ ਪੈਦਾ ਕੀਤਾ ਨਾਮ ਵਿੱਚੋਂ ਨੇ ਸੰਸਾਰ ਬਣਾ ਦਿੱਤਾ ਤੇ ਸਭ ਕੁਝ ਬਣਾ ਕੇ ਇਹਦੇ ਤੋਂ ਨਫ਼ਰਤ ਨਹੀਂ ਕਰਦਾ ਉਹ ਚੰਗਿਆਂ ਵਿੱਚ ਵੀ ਟਿਕਾਣਾ ਕਰਕੇ ਬੈਠ ਗਿਆ ਤੇ ਮੰਦਿਆਂ ਵਿੱਚ ਵੀ ਬੈਠ ਗਿਆ ਇਹ ਹੀ ਕਾਰਨ ਸਾਡੇ ਅੰਦਰ ਦੀ ਨਾਮ ਦੀ ਸ਼ਕਤੀ ਨੂੰ ਜਾਗਰਿਤ ਕਰ ਲਈ ਗੁਰੂ ਸ਼ਬਦ ਦਿੱਤਾ ਜਾਂਦਾ ਹੈ ਨਾਮ ਤਾਂ ਰਹਿĐi ਹੈ ਸਭ ਚ ਹੈ ਸਤਿਗੁਰੂ ਕਹਿੰਨੇ ਆਪੀ ਨਾ ਆਪ ਸਾਜੋ ਆਪੀ ਨਾ ਰੁੱਚ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ ਦੁਈ ਕੁਦਰਤ ਮੈਂ ਆਹੋ ਥੋੜਾ ਜਿਹਾ ਤੁਹਾਨੂੰ ਬੇਨਤੀ ਕਰਾਂ ਨਾਮ ਇੱਕ ਸ਼ਕਤੀ ਜਿਹੜੀ ਸਭ ਕੁਝ ਸਿਰਜਦੀ ਨਾਮ ਦੀ ਤਾਕਤ ਵਿੱਚੋਂ ਸਭ ਕੁਝ ਨਿਕਲਿਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ਼ ਪਤਾਲ ਮਹਾਰਾਜ ਜੀ ਨੇ ਕਿਹਾ ਇਹਨੂੰ ਸ਼ਬਦ ਦੀ ਵਿਆਖਿਆ ਥੋੜਾ ਜਿਹਾ ਹੋਰ ਕਰੀਏ ਉਹ ਨਿਰਗੁਣ ਹੈ ਸਵਾਮੀ ਕਿਹਾ ਉਹ ਸਕਾਰ ਹੋਣ ਲੱਗੇ ਨੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਬਹੁਤ ਕੁਝ ਐਸਾ ਜਿਹੜਾ ਦਿਸਦਾ ਨਹੀਂ ਪਰ ਆਪਣੇ ਕੰਮ ਕਰੀ ਜਾ ਰਿਹਾ ਹੈ ਅਦ੍ਰਿਸ਼ਟ ਬਹੁਤ ਕੁਝ ਚਲਾ ਰਿਹਾ ਜੀ ਤੁਸੀਂ ਮੈਂ ਜਿੱਨੇ ਬੈਠੇ ਆ ਮੈਨੂੰ ਦੱਸੋ ਸਾਨੂੰ ਅਦ੍ਰਿਸ਼ਟ ਨਹੀਂ ਚਲਾ ਰਿਹਾ ਸਾਇੰਸ ਕਹੇਗੀ ਬੰਦੇ ਦਾ ਹਾਰਟ ਜਿਹੜਾ ਹੈ ਹਾਰਟ ਬੀਟ ਤੇ ਹਾਰਟ ਪੰਪ ਕਰ ਰਿਹਾ ਉਹ ਹਾਰਟ ਜਿਹੜਾ ਪੰਪ ਕਰ ਰਿਹਾ ਉਹ ਕੌਣ ਪੰਪ ਕਰਾ ਰਿਹਾ ਉਦੇ ਪਿੱਛੇ ਕੌਣ ਹੈ ਤੁਸੀਂ ਮੈਂ ਸਵਾਲ ਚ ਲੈ ਰਹੇ ਹਾਂ ਇਹਦੇ ਪਿੱਛੇ ਕੌਣ ਹੈ ਇਹ ਸਾਰੀ ਕਹਾਣੀ ਜਿਹੜੀ ਨੂੰ ਸਮਝੀਏ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਪਰਿਪੂਰਣ ਪਰਮਾਤਮਾ ਨੇ ਨਿਰਗੁਣ ਸਿ ਉਹ ਸਰਗੁਣ ਬਣ ਗਿਆ ਤੁਸੀਂ ਦੇਖੋ ਅਸੀਂ ਜਿੰਨੇ ਬੈਠੇ ਆ ਇਹਦੇ ਵਿੱਚ ਮੇਲ ਫੀਮੇਲ ਵਾਲੇ ਪਾਸੇ ਇਹਨੂੰ ਵਾਸ਼ਨਾ ਨਾਲ ਹੀ ਲੈਣਾ ਜਿਹੜਾ ਬਿੰਦਖ ਹੈ ਸਮਝਨੇ ਆਪਾਂ ਨਾ ਇੱਕ ਸੈੱਲ ਹੈ ਜਿਹੜਾ ਉਹ ਇਨਾਂ ਅੱਖਾਂ ਨਾਲ ਦਿਸ ਪੈਂਦਾ ਦੇਸ ਦਾ ਪਲਾ ਨਹੀਂ ਦਿਸਦਾ ਪਿਤਾ ਕਾ ਬਿੰਦ ਅੱਖਾਂ ਨਾਲ ਨਹੀਂ ਦਿਖੁਰਦ ਵੀ ਨਾ ਸੂਖਸ਼ਮ ਦਰਸ਼ੀ ਨਾਲ ਦੇਖ ਲੈਣਗੇ ਉਹ ਉਹਦੀ ਸ਼ਕਲ ਕਿਉਂ ਜੀ ਕਿਵੇਂ ਮੈਂ ਪਰ ਜਿਹੜਾ ਸਾਡੀਆਂ ਅੱਖਾਂ ਨੂੰ ਅਦ੍ਰਿਸ਼ਟ ਲੱਗਦਾ ਪਿਆ ਚੇਤੇ ਰੱਖਿਓ ਸਮਾਂ ਮਿਲੇਗਾ ਉਸ ਅਦ੍ਰਿਸ਼ਟ ਵਿੱਚੋਂ ਖੋਦ ਹੈ ਸਾਇੰਸ ਨੇ ਉਹਨੂੰ ਦੇਖ ਲਿਆ ਪਰ ਪਿਆਰਿਆ ਉਹਨੂੰ ਨਹੀਂ ਦੇਖਿਆ ਜਿਹੜਾ ਉਹਦੇ ਵਿੱਚ ਕੋਈ ਤੜਕਾ ਰਿਆ ਉਹਨੂੰ ਜਿਹੜਾ ਉਹ ਸਿਸਟਮ ਨੂੰ ਚਲਾ ਰਿਹਾ ਹੈ ਹੁਣ ਉਹ ਉਸ ਥਾਂ ਤੇ ਜਿਹੜਾ ਉਹ ਨਿੱਕਾ ਜਿਹਾ ਸੈੱਲ ਏ ਉਹਨੂੰ ਮਾਤਾ ਦੇ ਉਦਰ ਚ ਥਾਂ ਮਿਲ ਕੇ ਉਸ ਨਿੱਕੇ ਜਿਹੇ ਸੈੱਲ ਵਿੱਚੋਂ ਇੱਕ ਇਨਸਾਨ ਪੈਦਾ ਹੋਇਆ ਕੀ ਹੈ ਪਸਾਰੇ ਦੀ ਖੇਡ ਉਸ ਵਿੱਚੋਂ ਇਨਸਾਨ ਪੈਦਾ ਹੋਇਆ ਬਾਹਰ ਨਿਕਲਿਆ ਉਹ ਸੰਤ ਬਣਿਆ ਮਹਾਪੁਰਖ ਬਣਿਆ ਵਿਦਵਾਨ ਬਣਿਆ ਉਹ ਸਾਇੰਟਿਸਟ ਬਣਿਆ ਉਹ ਕੋਈ ਸਾਲ ਧਰਤੀ ਤੇ ਜੀਆ ਜੀਣ ਤੋਂ ਬਾਅਦ ਚਲਾ ਗਿਆ ਪਰ ਜੋ ਕੁਝ ਉਹ ਸਮਾਜ ਨੂੰ ਦੇ ਕੇ ਗਿਆ ਉਹਦੇ ਪਿੱਛੇ ਚੇਤੇ ਰੱਖਿਓ ਨਿੱਕੇ ਸੈੱਲ ਵਿੱਚੋਂ ਹੀ ਸਭ ਕੁਝ ਨਿਕਲਿਆ ਤੇ ਜਿਨੇ ਸੈੱਲ ਪੈਦਾ ਕੀਤਾ ਉਹ ਕਿੱਡਾ ਕੁ ਸਮਰੱਥ ਹੁਣ ਉਹ ਨਿਰਗੁਣ ਸੀ ਉਹ ਉਹ ਆਪਣੇ ਆਵਸਥਾ 'ਚ ਬੈਠੇ ਸੱਚ ਇਹ ਵਿੱਚ ਸਿੱਖਨੇ ਉੱਥੇ ਪਹੁੰਚਣਾ ਹੈ ਸਰੀਰ ਵਿੱਚ ਜਿੱਤੋਂ ਸੁੰਨ ਸਮਾਧੀ ਇਸੇ ਕਰਕੇ ਗੁਰੂ ਨੇ ਤਿੰਨ ਚਾਰ ਸ਼ਬਦ ਵਰਤੇ ਸਰਗੁਣ ਨਿਰਗੁਣ ਨਿਰੰਕਾਰ ਸাকার ਵੀਖੇ ਤੇ ਨਿਰਗੁਣ ਵੀ ਖੈ ਅਦ੍ਰिष्ट ਵੀ ਖੈ ਸਰਗੁਣ ਨਿਰਗੁਣ ਨਿਰੰਕਾਰ ਉਹਦਾ ਆਕਾਰ ਵੀ ਕੋਈ ਨਹੀਂ ਸਰਗੁਣ ਖੈ ਤੇ ਆਕਾਰ ਖੈ ਸਰਗੁਣ ਨਿਰਗੁਣ ਨਿਰੰਕਾਰ ਅੱਗੇ ਕੀ ਇਹ ਸੁਣ ਸਮਾਦੀ ਆਪ ਸੁਣ ਚ ਵੀ ਆਪ ਸੀ ਸਮਾਦੀ ਲਾਈ ਬੈਠਾ ਹੁਣ ਜਦੋਂ ਉਹਨੇ ਦੋਈ ਕੁਦਰਤ ਸਾਜੀ ਤੇ ਕੀ ਉਹਨੇ ਕਹਿ ਦਿੱਤਾ ਜਾਓ ਬੰਦਿਓ ਮੈਂ ਤੁਹਾਡੇ ਤੋਂ ਅੱਖਾਂ ਪਾਜੋ ਨਹੀਂ ਬਸ ਆ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਰੱਬ ਮੇਰਾ ਕਿਤੇ ਦੂਰ ਨਹੀਂ ਉਹ ਚਾਹਨਲ ਬੈਠਾ ਉਹ ਮਜਬੂਰੀ ਦਾ ਉਹ ਆ ਆ ਕੋਈ ਉਹਦੀ ਮਜਬੂਰੀ ਹੈ ਸੰਸਾਰ ਕੋਈ ਮਜਬੂਰੀ ਉਹਦਾ ਖੇਡ ਹੈ ਆ ਨਾਮਿਕ ਸ਼ਕਤੀ ਜੇ ਗੁਰਮਖੋ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਇਹ ਹੀ ਕਾਰਨ ਜਦੋਂ ਕਿਸੇ ਦਾ ਅੰਦਰ ਟਿਕ ਜਾਂਦਾ ਹੈ ਫਿਰ ਬਖਸ਼ ਦਿਆ ਜੇ ਮੈਨੂੰ ਵੈ ਗੁਰੂ ਸ਼ਬਦ ਬੋਲਿਆ ਜਾਂਦਾ ਹੈ ਰਾਮ ਸ਼ਬਦ ਬੋਲਿਆ ਜਾਂਦਾ ਹੈ ਅੱਲਾਹੂ ਸ਼ਬਦ ਬੋਲਿਆ ਜਾਂਦਾ ਹੈ ਜਦੋਂ ਕਿ ਉਸ ਪਰਮ ਨਾਮ ਨਾਲ ਪਰਮ ਨਾਮ ਵਿੱਚ ਵਰਤੇ ਸ਼ਬਦ ਉਹ ਸਤ ਨਾਮ ਨਾਲ ਜੁੜ ਜਾਂਦਾ ਹੈ ਪਰ ਇਹ ਅੱਖਰ ਜਿਹੜੇ ਨੇ ਆਪਣੇ ਆਪ ਖਤਮ ਹੋ ਜਾਂਦੇ ਨੇ ਉਹ ਨਾਮ ਅੰਦਰੋਂ ਆਪਣੇ ਆਪ ਚੱਲਣ ਲੱਗ ਪੈਂਦਾ ਹੈ ਉਹ ਨਾਮ ਫਿਰ ਕੱਲੇ ਆਪਣੇ ਅੰਦਰ ਨਹੀਂ ਚੱਲਦਾ ਉਹ ਦੂਜੇ ਵਿੱਚ ਚੱਲਦਾ ਸੁਣਾਈ ਦੇ ਲੱਗ ਪੈਂਦਾ ਤਾਂ ਹੀ ਸਤਗੁਰੂ ਨੇ ਬਾਣੀ ਵਿੱਚ ਇਹ ਬਚਨ ਕੀਤਾ ਉਹਨੇ ਆਪਣੇ ਆਪ ਨੂੰ ਸਾਜਿਆ ਆਪ ਚੋਂ ਉਹਨੇ ਨਾਮ ਪੈਦਾ ਕੀਤਾ ਫਿਰ ਦੁਈ ਕੁਦਰਤ ਆ ਮਾਇਆ ਬਣਾ ਦਿੱਤੀ ਮਾਇਆ ਦਰਤ ਪੈਸਾ ਨਾ ਕਰਿਓ ਮਾਇਆ ਵੀ ਇੱਕ ਸ਼ਕਤੀ ਸ਼ਿਵ ਤੇ ਸ਼ਕਤੀ ਦੋ ਚੀਜ਼ਾਂ ਨੇ ਹਜ਼ੂਰ ਨੇ ਕਿਹਾ ਦੁਈ ਕੁਦਰਤ ਸਾਜਿਏ ਕਰਾਸਨ ਡਿਠੋ ਚਾਓ ਇਹਦੇ ਥੋੜੇ ਜੇ ਅਰਥ ਆਓ ਅਸੀਂ ਮਰਾਠੀ ਦਾ ਉਹ ਸ਼ਬਦ ਪੜੀਏ ਭਗਤ ਨਾਮਦੇਵ ਜੀ ਦਾ ਪਹਿਲ ਪੁਰੀਏ ਪੁੰਡਿਕ ਵਨਾ ਇਹਦੇ ਨਾਲ ਜੁੜਦਾ ਆਪ ਹੀ ਨੇ ਆਪ ਸਾਜਿਓ ਪਹਿਲੇ ਪਹਿਲ ਪੁੰਡਰੀਕ ਵਨਾ ਮੈਂ ਅਰਜ਼ ਕੀਤੀ ਸੀ ਕਈ ਸੱਜਣਾ ਦੇ ਅਰਥ ਕੀਤੇ ਸਨ ਕਿ ਪਹਿਲੇ ਪਹਿਲ ਜਦੋਂ ਕੁਛ ਨਹੀਂ ਬਣਿਆ ਕਮਲ ਫੁੱਲਾਂ ਦਾ ਇੱਕ ਵਣ ਸੀ ਪਰ ਨਹੀਂ ਇਹ ਅਸਰਚ ਨਾਮਦੇਵ ਹਿੰਦੁਸਤਾਨ ਦੀ ਵਿਸ਼ਵ ਰਚਨਾ ਦੀ ਜਿਹੜੀ ਫਿਲਾਸਫੀ ਹੈ ਉਹ ਦੋ ਤਰ੍ਹਾਂ ਦੀ ਇੱਕ ਕਹਿੰਦੇ ਨੇ ਕਿ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਦੀ ਪਦੈਸ਼ ਹੋਈ ਹੈ ਉਸ ਬ੍ਰਹਮਾ ਨੇ ਸੰਸਾਰ ਰਚਿਆ ਭਗਤ ਨਾਮਦੇ ਪਹਿਲੀ ਗੱਲ ਕਰ ਰਹੇ ਨੇ ਕਮਲ ਫੁੱਲ ਦੀ ਸਮਝਿਓ ਇਹਨੂੰ ਪਹਿਲ ਪੁਰਿਏ ਪੁੰਡਿਕਵਨਾ ਪਹਿਲਾ ਪਹਿਲ ਚਿੱਟਾ ਕਮਲ ਦਾ ਫੁੱਲ ਤਾਚੇ ਤਾਂਚੇ ਉਸ ਵਿੱਚੋਂ ਉਸ ਦੇ ਵੈਸੇ ਚਿਚਾ ਸ਼ਬਦ ਜੜਾ ਉਹ ਜ਼ਿਆਦਾ ਜਿਵੇਂ ਦੱਦਾ ਵਰਤ ਨੇ ਇਸ ਤਰ੍ਹਾਂ ਮਰਾਠੀ ਚ ਵਰਤਦੇ ਤਾਂਚੇ ਸਗਲੇ ਜਨਾਂ ਮੈਂ ਫਿਰ ਬੇਨਤੀ ਕਰਾਂ ਪਹਿਲ ਪੁਰਿਏ ਪੁੰਨਰਕਵਰਾ ਤਾਂਚੇ ਹੰਸਾ ਹੰਸਾ ਦਾ ਅਰਥ ਹੈ ਬ੍ਰਹਮਾ ਕਮਲ ਫੁੱਲ ਚੋਂ ਬ੍ਰਹਮਾ ਹੋਇਆ ਤੇ ਬ੍ਰਹਮਾ ਵਿੱਚੋਂ ਸਗਲੇ ਜਨਾਂ ਸਾਰਾ ਸੰਸਾਰ ਬਣਿਆ ਕ੍ਰਿਸ਼ਨਾਂ ਤੇ ਜਾਣੋਂ ਦੁਈ ਕੁਦਰਤ ਕ੍ਰਿਸ਼ਨਾਂ ਦਰ ਤੇ ਕਾਲਖ ਮਾਇਆ ਦੁਈ ਕੁਦਰਤ ਸਾਝੀ ਉਹਨੇ ਕ੍ਰਿਸ਼ਨਾਂ ਤੇ ਜਾਣੋਂ ਹਰ ਹਰ ਨਾ ਚੰਤੀ ਨਾਚਨਾ ਆ ਨਚਣ ਆ ਸੰਸਾਰ ਦੀ ਖੇਡ ਬਣਾ ਦਿੱਤੀ ਹਰ ਨਚਣ ਵਾਲੇ ਦੇ ਵਿੱਚ ਖਰੀ ਆਪ ਬੈਠਾ ਹੈ ਉਹਨਾਂ ਕਹੇ ਇੱਕ ਖਿਆਲ ਇੱਕ ਹਿੰਦੁਸਤਾਨ ਦਾਸੀ ਦੂਜੀ ਗੱਲ ਜਿਹੜੀ ਗੁਰਬਾਣੀ ਨੇ ਕਹੀ ਉਹ ਉਹ ਗੁਰਮਤ ਗੱਲ ਕਰਨੇ ਫਿਰ ਮੈਂ ਸ਼ਬਦ ਪੜਨਾ ਪਹਿਲ ਪੁਰੀਏ ਪੁੰਡਿਕਵੰਨਾ ਤਾਂਚੇ ਖੰਸਾ ਸਗਲੇ ਜੰਨਾ ਕ੍ਰਿਸ਼ਨਾਂ ਤੇ ਜਾਨੋਂ ਹਰ ਹਰ ਨਚੰਤੀ ਨਾਚਨਾ ਪਹਿਲ ਪੁਰਸ਼ਾ ਬਿਰਾ ਪੁਰਸ਼ਾ ਬਿਰਾ ਦਾ ਅਰਥ ਹੈ ਪਰਮਾਤਮਾ ਪਹਿਲੇ ਪਹਿਲ ਕੇਵਲ ਪਰਮਾਤਮਾ ਨਾਚੈ ਪਿੰਦੀ ਮੈਂ ਸਾਗਰਾ ਪਿੰਦੀ ਦਾ ਅਰਥ ਹੈ ਖੁਦ ਦੀ ਟਿੰਡ ਤੇ ਸਾਗਰਦਰ ਤੇ ਪਾਣੀ ਕਹਿੰਦੇ ਵਾਹ ਓ ਮੇਰੇ ਰੱਬਾ ਵਾਹ ਓ ਮੇਰੇ ਪਰਮਾਤਮਾ ਤੂੰ ਕੈਸੀ ਰਚਨਾ ਕਰ ਦਿੱਤੀ ਸੋਹਣਾ ਬਾਗ ਬਣਾ ਦਿੱਤਾ ਇਸ ਤਰ੍ਹਾਂ ਜੀਵ ਸਾਰੇ ਨੱਚੀ ਜਾ ਰਹੇ ਨੇ ਆਪਣੇ ਆਪਣੇ ਕੰਮਾਂ ਜਿਵੇਂ ਟਿੰਡਾਂ ਵਿੱਚ ਪਾਣੀ ਨੱਚਦਾ ਪਿਆ। ਅੱਗੇ ਫਿਰ ਕਹੇ ਵਖ ਨਹੀਂ। ਨਾਚਾ ਪਿੰਦੀ ਮੈਂ ਸਾਗਰਾ ਨਚੰਤੀ ਗੋਪੀ ਜੰਨਾ ਗੋਪੀ ਮੀਨਸ ਇਸ ਤਰ੍ਹਾਂ ਜੰਨਾ ਦਾ ਅਰਥ ਹੈ ਮਰਦ ਕੀ ਮਰਦ ਤੇ ਕੀ ਇਸ ਤਰ੍ਹਾਂ ਸਾਰੇ ਤੇਰੇ ਨਚਾਏ ਨਚਨੇ ਪਏ ਕਿਉਂਕਿ ਤੂੰ ਆਪ ਸਾਰਿਆਂ ਚ ਬਿਠ ਹੁਣ ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਪੜ੍ਹਨੇ ਆਂ ਕਾਹੂ ਗੀਤ ਕੇ ਗਵਈਆ ਕਾਹੂ ਬੇਨ ਕੇ ਬਜਈਆ ਕਾਹੂ ਰਿਤ ਕੇ ਨਚਈਆ ਕਾਹੂ ਨਰ ਕੋ ਆਕਾਰ ਕੋ ਕਾਹੂ ਬੇਦਬਾਨੀ ਕਾਹੂ ਕੋਕੀ ਕਹਾਣੀ ਕਾਹੂ ਰਾਜਾ ਕਾਹੂ ਰਾਣੀ ਕਾਹੂ ਨਾਰ ਕੇ ਪ੍ਰਕਾਰ ਕੋ ਨਾਰ ਕੇ ਪ੍ਰਕਾਰ ਕੋ ਅਗਿਓ ਕਹਿੰਦੇ ਨੇ ਕਿ ਪ੍ਰਮਾਤਮਾ ਕੈਸੀ ਖੇਡ ਕਰ ਰਿਹਾ ਕਾਹੂ ਬੇਨ ਕੇ ਬਜਈਆ ਕਾਹੂ ਧੇਨ ਕੇ ਚਰਈਆ कहूं लाखन लवैया सुंदर कमार हो शुद्धता किसान हो के संतन के प्राण हो के दाता महादान हो के निर्दोखी निरंकार हो मैं शब्द कह दिता है फिर मैं बेनती करा प्लीज ए शब्द ने उच्चिया अवस्थावाले अगे कच वे वैगुरु तू आप शुद्ध है शुद्धता की शान हो संतन के प्राण हो ਤੂੰ ਬੰਦਗੀ ਕਰਨ ਵਾਲਿਆਂ ਦੀ ਆਪਣੀ ਜ਼ਿੰਦਗੀਆਂ ਸ਼ੁੱਧ ਤਾਂ ਕਿਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਂ दान ਹੋ ਕੇ ਨਰਦੋਖੀ ਨਿਰੰਕਾਰ ਹੋ ਸਭ ਕੁਝ ਵਰਤਦਿਆਂ ਹੋਇਆਂ ਵੀ ਤੇਰੇ ਉੱਤੇ ਕੋਈ ਦੋਸ਼ ਨਹੀਂ ਲਾ ਸਕਦਾ ਕਿਉਂਕਿ ਤੂੰ ਪਾਕ ਬੈਬ ਹੈ ਤੂੰ ਪਵਿੱਤਰ ਹੈ ਤੇਰੇ ਤੇ ਕੋਈ ਅੈਬ ਨਹੀਂ ਅਗਲੀ ਗੱਲ ਧਿਆਨ ਨਾਲ ਸੁਣੀਓ ਮੈਂ ਕਿਉਂ ਪ੍ਰਮਾਨ ਦੇ ਨਈਆ ਤੇ ਬੈਰੇ ਕੰਨਾ ਨਈਆ ਦਾ ਅਰਥ ਨੋਕਾਂ ਨੇ ਨਈਆ ਦਾ ਅਰਥ ਤੇ ਨਾਇਕ ਆਗੂ ਜਿਹਨੂੰ ਕਿਹਾ ਨਾਇਕ ਖਸਮ ਹਮਾਰੇ ਪਰਮਾਤਮਾ ਕੀ ਇਸ ਤਰੀਕੀ ਮਰਦ ਮੇਰੇ ਵੈਗੁਰੂ ਤੂੰ ਨਾਇਕ ਬਣ ਕੇ ਸਭ ਵਿੱਚ ਆ ਵਰਤਣਾ ਪਿਆ ਕੋਈ ਤੇਰੇ ਤੋਂ ਵੱਖ ਨਹੀਂ ਅੱਗੇ ਭਗਤ ਨਾਮ ਦੀ ਵੀ ਕਹਿੰਦੇ ਨੇ ਤਰਕ ਨਾਚਾ ਭਰਮੀਆਂ ਚਾ ਕੇਸ਼ਵਾ ਬਚਾਉਣੀ ਐਏ ਮਈਏ ਇੱਕ ਆਨ ਜਿਓ ਬਸ ਐ ਸਮਝਿਓ ਐਏ ਮਈਏ ਦਾ ਅਰਥ ਹੁੰਦਾ ਮਰਦ ਤੇ ਇਸ ਤਰੀਆਂ ਬੀਬੀਆਂ ਤੇ ਬੰਦੇ ਭਗਤ ਨਾਮਦੇਵ ਕਹਿੰਦੇ ਤੂੰ ਕਿਉਂ ਨਹੀਂ ਸੁਣਦਾ ਪਿਆ ਧਿਆਨ ਨਾਲ ਮਰਦਾਂ ਵਿੱਚ ਤੇ ਇਸਤਰੀਆਂ ਵਿੱਚ ਜਦੋਂ ਕੋਈ ਬੋਲਦਾ ਮੇਰੇ ਕੇਸ਼ਵ ਦੇ ਬੋਲ ਹੀ ਨਿਕਲਦੇ ਪੈਣ ਗੁਰੂ ਸਾਹਿਬ ਕਹਿੰਦੇ ਉਹਨੇ ਆਪਣੇ ਆਪ ਨੂੰ ਸਾਚਿਆ ਫਿਰ ਉਹਦੇ ਚੋਂ ਨਾਮ ਪੈਦਾ ਕੀਤਾ ਨਾਮ ਇੱਕ ਸ਼ਕਤੀ ਹੈ ਫਿਰ ਮੈਂ ਬੇਨਤੀ ਕਰਾਂਗਾ ਨਾਮ ਨਾਲ ਜੁੜੋਗੇ ਤੇ ਨਾਮੀ ਵਿੱਚ ਸਮਾਓਗੇ ਹੁਕਮ ਨਾਲ ਜੁੜੋਗੇ ਤੇ ਹੁਕਮੀ ਵਿੱਚ ਅਪੇਧ ਹੋਗੇ ਕੁਦਰਤ ਵਿੱਚੋਂ ਕਾਦਰ ਦੀ ਝਲਕ ਦੇਖੋਗੇ ਇੱਕ ਦਿਨ ਕਰਤੇ ਨਾਲ ਜੁੜ ਜਾਓ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਦੂਸਰਾ ਆ ਮਾਇਆ ਸ੍ਰਿ ਦਿੱਤੀ ਕਰ ਆਸਨ ਡਿਠੋ ਚਾਉ ਉਹ ਚਾਹ ਨਾਲ ਜੀ ਸਾਰੀਆਂ ਥਾਵਾਂ ਤੇ ਬਹਿ ਗਿਆ ਬਸ ਆ ਹੀ ਕਿਰਪਾ ਕੀਤੀ ਉਸ ਮਾਲਕ ਨੇ ਮੈਂ ਕਈ ਵਾਰੀ ਬੇਨਤੀ ਕਰਨਾ ਇੱਕ ਰਾਜ ਮਿਸਤਰੀ ਕੋਠੀ ਮਕਾਨ ਬਣਾਉਂਦਾ ਹੈ ਬੰਗਲਾ ਬਣਾਉਂਦਾ ਤੇ ਜਦੋਂ ਬਣ ਜਾਂਦਾ ਉਹਨੂੰ ਕਦੀ ਰਹਿਣ ਦੇਨੇ ਆਪਾ ਜੀ ਕਿਵਰੀ ਕਹਿੰਨੇ ਮਿਸਤਰੀ ਪਤਾ ਨਹੀਂ ਕਦੋਂ ਨਿਕਲਣਗੇ ਹੁਣ ਘਰ ਚੋਂ ਦੁਖੀ ਹੋ ਜਾਣੇ ਜਿੰਨੇ ਬਣਾਇਆ ਉਹਨੂੰ ਵਿਦਿਆ ਕਰਨੇ ਪਏ ਖੜਾ ਛੱਡ ਸਾਡਾ ਹੁਣ ਜਾਣਾ ਕਿ ਨਹੀਂ ਤੂੰ ਲੋਕੀ ਗੁੱਸੇ ਹੁੰਦੇ ਆ ਅਸੀਂ ਮਕਾਨ ਬਣਾਨੇ ਆ ਰਾਜ ਮਿਸਤਰੀ ਵਿਦਿਆ ਕਰਨੇ ਆ ਪਰ ਚੇਤੇ ਰੱਖਿਓ ਜਿਹੜਾ ਰੱਬ ਨੇ ਮਕਾਨ ਬਣਾਇਆ ਉਹਨੂੰ ਵਿਦਿਆ ਕੋਈ ਨਹੀਂ ਕਰ ਸਕਦੇ ਉਹ ਮਕਾਨ ਬਣਾ ਕੇ ਹਰ ਮਕਾਨ ਵਿੱਚ ਆਪ ਬੈਠਾ ਹੈ ਇੱਕ ਇੱਕ ਮਨ ਨੂੰ ਖੜਾ ਬਣ ਗਿਆ ਮਿੱਟੀ ਦਾ ਮਿੱਟੀ ਲਿਆਂਦੀ কুমਾਰ ਨੇ ਘੜਾ ਬਣਾ ਦਿੱਤਾ ਘੜਾ ਬਾਜ਼ਾਰ ਚ ਵੇਖ ਗਿਆ ਕਦੀ ਘੜਿਆਂ ਵਿੱਚ কুমਾਰ ਬੈਠਾ ਜਾਂਦਾ ਦੇਖੇ ਨਹੀਂ ਨਹੀਂ ਘੜੇ ਵਿੱਚ কুমਾਰ ਨਹੀਂ ਜਾਂਦਾ ਬਣਾਉਣ ਵਾਲਾ ਕਿਤੇ ਬਣਾਈ ਹੋਈ ਚੀਜ਼ ਕਿਤੇ ਕਈ ਵਾਰੀ ਬਣਾਉਣ ਵਾਲਾ ਮਰ ਜਾਂਦਾ ਬਣੀ ਹੋਈ ਚੀਜ਼ ਪਈ ਰਹਿੰਦੀ ਹੈ ਮੇਰੇ ਵਹਿਗੁਰੂ ਜੀ ਐਸੇ ਸਿਰਜਣ ਕਰਤਾ ਨਹੀਂ ਕਿ ਕਿਰਤ ਤੋਂ ਵੱਖਰੇ ਹੋ ਗਿਆ ਪਿਆਰਿਓ ਕਰਤਾ ਕਿਰਤ ਦੇ ਵਿੱਚ ਸਮਾ ਗਿਆ ਇਸੇ ਕਰਕੇ ਮੇਰੇ ਗੁਰੂ ਨੇ ਨਹੀਂ ਕਿਹਾ ਰੱਬ ਸਤਵੇਂ ਲੋਕ ਚ ਬੈਠਾ ਹੈ ਗੁਰੂ ਨੇ ਕਿਹਾ ਪਰਿਪੂਰਣ ਪਰਮਾਤਮਾ ਨੇ ਇਹ ਸਭ ਕੁਝ ਸਿਰਜਿਆ ਹੈ ਉਹ ਅਨੇਕਾਂ ਤਰੀਕਿਆਂ ਨਾਲ ਇਹਦੇ ਵਿੱਚ ਵਸਿਆ ਹੋਇਆ ਹੈ ਤਾਂ ਹੀ ਸਤਗੁਰੂ ਦੇ ਅੰਮ੍ਰਿਤ ਵਚਨ ਅਸੀਂ ਪੜਨੇ ਆ ਜਲ-ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਣਕ ਭਾਂਤ ਹੋਏ ਪਸਰਿਆ ਅਣਕ ਭਾਂਤਾਂ ਨੂੰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ ਹੁਣੋਂ ਸਭ ਵਿੱਚ ਆ ਬੈਠੇ ਤਾਂ ਹੀ ਸਤਿਗੁਰੂ ਨੇ ਬਚਨ ਕੀਤੇ ਕਹਿਣ ਲੱਗੇ ਕੋ ਕਹਿ ਤੋ ਸਾਂ ਬਾਹਰ ਬਾਹਰ ਕੋ ਕਹਿ ਤੋ ਸਾਂ ਮਈਓ ਬਰਨ ਦੀਸੈ ਚਿੰਨੀ ਲਕੀਏ ਸੁਹਾਗਨ ਸਾਤ ਬੁਝਾਈਓ ਮੇਰੀਏ ਭੈਣੇ ਮੈਨੂੰ ਦੱਸ ਕੋਈ ਕਹਿੰਦਾ ਰੱਬ ਅੰਦਰ ਰਹਿੰਦਾ ਕੋਈ ਕਹਿੰਦਾ ਮੂਰਤੀ ਚ ਰਹਿੰਦਾ ਕੋਈ ਕਹਿੰਦਾ ਮੱਕੇ ਚ ਰਹਿੰਦਾ ਕੋਈ ਕਹਿੰਦਾ ਭੀਸ਼ਟ ਚ ਰਹਿੰਦਾ ਮੈਨੂੰ ਇਹ ਦੱਸ ਮੇਰੀਏ ਭੈਣੇ ਤੇਰੀ ਸਾਂਝ ਬਣ ਗਈ ਵਾਹਿਗੁਰੂ ਜੀ ਕਿੱਥੇ ਰਹਿੰਦੇ ਅਗੋ ਉੱਤਰ ਬੜਾ ਸੋਹਣਾ ਦਿੱਤਾ ਉਫੇ ਸ਼ਬਦੋ ਮੇ ਪੜ ਦਨਾ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਮਹੀਓ ਬਰ ਨਾ ਦਿਸੈ ਉਹਦਾ ਤਾਂ ਰੰਗ ਹੀ ਕੋਈ ਨਹੀਂ ਦਿਸਦਾ ਪਿਆ ਚੇਨਾ ਲਖੀਐ ਸੁਹਾਗਨ ਸਾਤ ਬੁਝਾਈਓ ਮੈਨੂੰ ਸਤ ਦਸ ਅਗੋ ਫਿਰ ਗੁਰੂ ਨਾਨਕ ਦੀ ਜੋਤ ਬੋਲਦੀਏ ਭੈਣੇ ਘਟ ਘਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲਪਈਓ ਨਾਨਕ ਕਹਿਤ ਸੁਨੋ ਰੇ ਲੋਗਾ ਸਤਵੇਂ ਆਕਾਸ਼ ਤੇ ਨਹੀਂ ਸੰਤ ਰਸਨ ਕੋ ਬਸਾਈਓ ਕਿੱਥੇ ਬਸਦਾ ਉਹਨੇ ਸਿਰ ਜੀ ਹੱਥ ਤੁਹਾਡੇ ਮੇਰੇ ਚ ਹੁਣ ਸਮੱਸਿਆ ਇਹ ਖੜੀ ਹੋਈ ਵੀ ਸਾਨੂੰ ਕਿਉਂ ਨਹੀਂ ਦਿਸਦਾ ਪਿਆ ਅੰਦਰ ਖੈ ਪਰ ਆਹ ਜਿਹੜੇ ਰੱਬ ਨੇ ਗਿਆਨ ਇੰਦਰੇ ਦਿੱਤੇ ਬੜੇ ਚੰਗੇ ਸਨ ਪਰ ਜਿੰਨਾ ਇਹਨਾਂ ਅਗਿਆਨੀ ਬਣਾ ਦਿੱਤਾ ਇਹਨਾਂ ਕਿਸੇ ਨੇ ਬਣਾਇਆ ਗਿਆਨ ਇੰਦਰੇ ਦਾ ਮਤਲਬ ਸੀ ਗਿਆਨ ਲੈਣਾ ਪਰ ਜਦੋਂ ਦਰਵਾਜ਼ੇ ਵਿੱਚੋਂ ਧੁੱਪ ਆਉਣ ਦੀ ਥਾਂ ਤੇ ਹਨੇਰੀ ਦਾ ਕੂੜਾ ਆਉਣ ਲੱਗ ਪਵੇ ਦਰਵਾਜ਼ਾ ਵੀ ਦੁਖਦਾਈ ਹੋ ਜਾਂਦਾ ਹੈ ਤੇ ਜਦੋਂ ਗਿਆਨ ਦੇ ਇੰਦਰੀਆਂ ਵਿੱਚੋਂ ਅਗਿਆਨਤਾ ਦੀ ਹਨੇਰੀ ਆਉਣ ਲੱਗ ਪਵੇ ਤੇ ਅੰਦਰ ਵੀ ਕਾਲਾ ਹੋ ਜਾਂਦਾ ਹੈ ਉਹ ਖੈ ਸਭਜ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਆਸਨ ਦਿੱਠੋ ਚਾ ਉਹ ਬਹਿ ਗਿਆ ਜੀ ਚਾਹ ਨਾਲ ਸ਼ਾਇਦ ਇਹ ਕਾਰਨ ਜਦੋਂ ਕਿਸੇ ਨੂੰ ਉਹਦੀ ਝਲਕ ਮਿਲਦੀ ਏ ਇਹੀ ਕਾਰਨ ਕੇ ਆਤਮਿਕ ਜੀਵਨ ਚ ਗੁਰਦੁਆਰੇ ਚ ਬੈਠੇ ਸਾਰਿਆਂ ਬੰਦਿਆਂ ਦਾ ਅੰਦਰ ਦਾ ਪੱਧਰ ਲੈਵਲ ਇੱਕੋ ਜਿਹਾ ਨਹੀਂ ਭਾਈ ਕਨਈਏ ਦਾ ਤੇ ਸ਼ਿਕਾਇਤ ਕਰਨ ਵਾਲਿਆਂ ਦੇ ਸਪਿਰਿਚੁਅਲਿਟੀ ਦਾ ਲੈਵਲ ਇੱਕ ਸੀ ਲੈਵਲ ਇੱਕ ਸੀ ਉਹਨਾਂ ਦਾ ਇੱਕ ਸ਼ਿਕਾਇਤ ਕਰ ਰਿਹਾ ਦੁਸ਼ਮਨ ਨੂੰ ਪਾਣੀ ਪਿਆ ਰਿਹਾ ਜਿਹਦੀ ਸ਼ਿਕਾਇਤ ਹੋ ਰਹੀ ਅੱਖਾਂ ਚ ਪਾਣੀ ਭਰ ਕੇ ਕਹਿੰਦਾ ਕੌਣ ਕਹਿੰਦਾ ਦੁਸ਼ਮਨ ਨੂੰ ਪਿਆਨਾ ਕਲਗੀ ਵਾਲਿਆ ਤੇਰੀ ਆਵਾਜ਼ ਸੁਨਣਾ ਤੇ ਤੈਨੂੰ ਪਾਣੀ ਪਿਆਨ ਚਲਾ ਜਾਣਾ ਕੀਏ ਪਰਮ ਅਵਸਥਾ ਅੰਦਰ ਤੇ ਇਹ ਵੇ ਸਾਡੀ ਸਿੱਖੀ ਦਾ ਸ਼ਿਖਰ ਮੈਂ ਇੱਕ ਵਾਰੀ ਮੰਜੀਤ ਸਾਹਿਬ ਕਥਾ ਕੀਤੀ ਸੀ ਇਹ ਸ਼ਬਦ ਮੈਂ ਬੋਲੇ ਮੈਨੂੰ ਫੋਨ ਤੇ ਕਿਸੇ ਕਹੇ ਭਾਈ ਸਾਹਿਬ ਕਿੰਨਾ ਵੇਲਾ ਚੰਗਾ ਸੀ ਉਸ ਗੁਰਸਿੱਖ ਦਾ ਕਿ ਜਿੰਨੂੰ ਦੁਸ਼ਮਣ ਦੀ ਆਵਾਜ਼ ਵਿੱਚੋਂ ਗੁਰੂ ਦੀ ਆਵਾਜ਼ ਸੁਣਾਈ ਦਿੱਤੀ ਕਹਿਣ ਲੱਗੇ ਅੱਜ ਕਾਦਾ ਸਿੱਖ ਨੇ ਸਿੱਖ ਨੂੰ ਸਿੱਖ ਵਿੱਚੋਂ ਗੁਰੂ ਨਹੀਂ ਦੇਖਦਾ ਪਿਆ ਫਿਰ ਬੇਨਤੀ ਕਰਾਂਗਾ ਉਹ ਉਹ ਸਭ ਚ ਬੈਠਾ ਇਸੇ ਕਰਕੇ ਗੁਰਮਤ ਨੂੰ ਸਮਝੋ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਂ ਸ਼ਬਦ ਰੰਗ ਹੈ ਮੁਖਤਲਬ ਦਰਦ ਬੁੱਤੇ ਆਯਾਰ ਮਾਂ ਕਿਤੇ ਸ਼ਰਈ ਬਣ ਕੇ ਬਾਂਗਾ ਦਿੰਨੇ ਕਿਤੇ ਕਲੰਦਰ ਬਣ ਕੇ ਮਸਤਾਨਾ ਬਣ ਕੇ ਨੱਚ ਰਿਹਾ ਸਤਗੁਰੂ ਕਹਿੰਦੇ ਨੇ ਸਾਰੀਆਂ ਥਾਵਾਂ ਤੇ ਆਸਨ ਕਰਕੇ ਬੈਠ ਕੇ ਸਭ ਥਾਵਾਂ ਤੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਨੇ ਨਾਮ ਆਪਣੇ ਚੁਪੈਦਾ ਕੀਤਾ ਨਾਮ ਦੀ એનર્ਜੀ ਚੇਤੇ ਰੱਖਿਓ ਜਿੱਦਨ ਦੁਨੀਆ ਚ ਨਾਮ ਖਤਮ ਹੋ ਜਾਏਗਾ ਦੁਨੀਆ ਖਤਮ ਹੋ ਜਾਏਗੀ ਨਾਮ ਅਦ੍ਰਿਸ਼ਟਿਕ ਸ਼ਕਤੀ ਜਿਹੜੀ ਵਰਤ ਰਹੀ ਪਰ ਜਿੱਥੇ ਪ੍ਰਗਟ ਹੋ ਜਾਂਦੀ ਉੱਥੇ ਧੰਦਨ ਹੋ ਜਾਂਦੀ ਗੁਰੂ ਨੇ ਪ੍ਰਗਟ ਕਰਨਾ ਸਿੱਖ ਨੂੰ ਕਿਹਾ ਤੂੰ ਆ ਜਪ ਤੂੰ ਕਈ ਜਨਮਾਂ ਦਾ ਡੁੱਬਿਆ ਪਿਆ ਗਿਆਨਤਾ ਚ ਤੂੰ ਜਪੇਗਾ ਤੇਰੇ ਅੰਦਰ ਉਹ ਸ਼ਕਤੀ ਪ੍ਰਗਟ ਹੋਵੇਗੀ ਜਿਹੜੀ ਤੇਰੇ ਕਣ ਕਣ ਵਿੱਚ ਰੋਮ ਰੋਮ ਵਿੱਚ ਸਮਾਈ ਆਪੀ ਨੇ ਆਪ ਸਾਝਿਓ ਆਪੀ ਨਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਅਗਲੀ ਗੱਲ ਦਾਤਾ ਕਰਤਾ ਆਪ ਤੂੰ ਇਥੇ ਸਤਿਗੁਰੂ ਨੇ ਕਰਤਾ ਸ਼ਬਦ ਨਹੀਂ ਪਹਿਲਾਂ ਵਰਤਿਆ ਕਰਤਾ ਦਾਤਾ ਨਹੀਂ ਕਿਹਾ ਇਥੇ ਸਤਿਗੁਰਾਂ ਨੇ ਦਾਤਾ ਕਰਤਾ ਕਿਹਾ ਕਰਤੇ ਦਾ ਅਰਥ ਕ੍ਰੀਏਟਰ ਬਣਾਉਣ ਵਾਲਾ ਕਿਰਤ ਕਰਨ ਵਾਲਾ ਇਸ ਤਰ੍ਹਾਂ ਨਾ ਕਰਤੇ ਦਾ ਅਰਥ ਤੇ ਦਾਤੇ ਦਾ ਅਰਥ ਦੇਣ ਵਾਲਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਆਸਾਂ ਕੀ ਵਾਰ ਨੂੰ ਸਮਝ ਮੇਰਾ ਵਹਿਗੁਰੂ ਸੋਦਾ ਪ੍ਰੇਮ ਨਿਰਾਂ ਪ੍ਰੇਮ ਸਰੂਪ ਕਿਵੇਂ ਜੀ ਕਹਿਣ ਲੱਗੇ ਉਹ ਕਰਤਾ ਬਾਦ ਵਿੱਚ ਬਣਿਆ ਪਹਿਲਾਂ ਦਾਤਾ ਬਣਿਆ ਜੋ ਕੁਝ ਉਹਨੇ ਪੈਦਾ ਕੀਤਾ ਪਹਿਲਾਂ ਉਹਦੀ ਦਾਤਾਂ ਪੈਦਾ ਕਰ ਦਿੱਤੀਆਂ ਉਹ ਦਾਤਾ ਪਹਿਲੇ ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ ਪ੍ਰਥਮ ਹੈ ਮੱਖਣ ਪਾਛੈ ਦੁੱਧ ਮਹਿਲੂਕੀਨੂੰ ਸਾਬਣ ਸੂਧ ਅਜੇ ਬੱਚੇ ਦਾ ਜਨਮ 2 ਮਹੀਨੇ ਮਹੀਨੇ ਡੇਢ ਬਾਅਦ ਹੋਣਾ ਤੇ ਮਾਂ ਦੇ سینੇ ਵਿੱਚ ਉਹਨੇ ਮੱਖਣ ਪਹਿਲਾਂ ਹੀ ਸਟੋਰ ਕਰ ਦਿੱਤਾ ਮੱਖਣ ਜਮਾ ਦਿੱਤਾ ਨਾ ਪ੍ਰਥਮ ਮੱਖਣ ਕਿਉਂਕਿ ਉਹ ਦਾਤਾਂ ਹੈ ਉਹ ਰਜ਼ਕ ਦੀ ਪਹਿਲਾਂ ਪਦਾਇਸ਼ ਤੋਂ ਪਹਿਲਾਂ ਰਜ਼ਕ ਬਣਾ ਰਿਹਾ ਉਹ ਮੱਖਣ ਮਾਂ ਦੇ سینੇ ਜਮਿਆ ਇਸ ਕਰਕੇ ਕਿ ਮੇਰੀ ਅੰਸ਼ ਸ਼ਰੀਰ ਲੈ ਕੇ ਆਉਂਦੀ ਪਈਏ ਇਨੂੰ ਆਉਂਦਿਆ ਸਰ ਕੋਈ ਤਰੱਦਦ ਨਾ ਕਰਨਾ ਪਏ ਜਿਸ ਮਾਨ ਦੀ ਕੋਕ ਚ ਜੰਮਿਆ ਉਹਦੇ ਸੀਨੇ ਨਾਲ ਲੱਗੇ ਜਿਹੜਾ ਸਟੋਰ ਕੀਤਾ ਉਹਨੂੰ ਮੈਂ ਮਲਟ ਕਰਕੇ ਪਿਘਲਾ ਕੇ ਦੇ ਲਈ ਦੁੱਧ ਬਣਾ ਦੇਵਾਂਗਾ ਇਹਨੂੰ ਗੁਰੂ ਨੇ ਬਾਣੀ ਚ ਕਿਹਾ ਪਹਿਲੋਂ ਦੇਤਾ ਰਿਜਕ ਸਮਾ ਪਿੱਛੋਂ ਦੇਤਾ ਜੰਤੂ ਪਾ ਉਹ ਦਾਤਾ ਹੈ ਸਭ ਨੂੰ ਦਿੰਦਾ ਹੈ ਫਿਰ ਸ਼ਬਦ ਵਰਤਿਆ ਕਰਤਾ ਉਹ ਸ਼ਬਦ ਦਾ ਕਰਤਾ ਵੀ ਹੈ ਗੁਰੂ ਸਾਹਿਬ ਕਿਹਾ ਨੇ ਸੋਦੇ ਪ੍ਰੇਮ ਦੀ ਨਿਸ਼ਾਨੀ ਦਾਤਾ ਕਰਤਾ ਆਪ ਤੂੰ ਖੇ ਮੇਰੇ ਪਾਰ ਬ੍ਰਹਮ ਪਰਮੇਸ਼ਰ ਤੂੰ ਆਪ ਹੀ ਕੀ ਦਾਤਾ ਹੈ ਆਪ ਹੀ ਕਰਤਾ ਹੈ ਤੁਸ ਦੇਵ ਹੈ ਤੋ ਸਦਾ ਅਰਥੇ ਤਰਟ ਕੇ ਨਰਾਜਗੀ ਨਾਲ ਨਹੀਂ ਤੁਸ ਦੇਵ ਤੂੰ ਖੁਸ਼ ਹੋ ਕੇ ਤਰਟ ਕੇ ਪਰਸਾਨ ਹੋ ਕੇ ਦਿਨ ਤੁਸ ਦੇਵ ਕਰਹਿ ਪਸਾਓ ਇੱਥੇ ਪਸਾਉ ਦਾ ਅਰਥ ਪਸਾਰਾ ਨਹੀਂ ਕਰਨਾ ਇੱਥੇ ਪਸਾਉ ਦਾ ਅਰਥ ਪ੍ਰਸਾਦ ਕਿਰਪਾ ਮੈਨੂੰ ਇੱਕ ਗੱਲ ਦੱਸੋ ਆਪਾਂ ਬੈਠੇ ਆਂ ਮਾਂ ਦਾ ਦੁੱਧ ਜਿਹੜਾ ਪੀਤਾ ਰੱਬ ਨੂੰ ਪੈਸੇ ਦੇ ਕੇ ਆਏ ਆ ਕੋਈ ਜਿਹੜੀ ਹਵਾ ਚ ਸੀ ਮੈਂ ਸਵਾਸ ਲੈ ਰਹੇ ਆ ਇਸ ਹਵਾ ਦੇ ਪੈਸੇ ਰੱਬ ਨੇ ਪਹਿਲਾਂ ਕਿਹਾ ਵੀ ਜਮ੍ਹਾਂ ਕਰਾ ਤਾਂ ਮੈਂ 사 ਦੇ ਆਗਾ ਤੈਨੂੰ ਅੱਜ ਹਸਪੀਟਲ ਚ ਬੰਦਾ ਮਰੀਜ਼ ਦਾ ਸਾਵਾ ਦੀ ਨਾਲੀ ਚਲਣੀ ਹੈ ਨਾ ਪਹਿਲੇ ਕਹਿੰਦੇ ਨੇ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਫਿਰ ਐਡਮਿਟ ਕਰਾਂਗੇ ਰੱਬ ਨੇ ਨਹੀਂ ਕਿਹਾ ਵੀ ਇੰਨੇ ਪੈਸੇ ਦੇਦਾ ਮੈਂ ਤੈਨੂੰ ਜਨਮ ਦੇ ਲਗਾ ਤੈਨੂੰ ਸਵਾਸ ਦੇਣੇ ਨੇ ਤੈਨੂੰ ਪਾਣੀ ਦੇਣਾ ਤੈਨੂੰ ਉਹਨਾਂ ਕਹਿੰਦੇ ਨਹੀਂ ਨਹੀਂ ਕਿਉਂਕਿ ਉਹ ਦਾਤਾ ਤਰੁੱਟ ਕੇ ਦਿੰਦਾ ਦਾਤਾ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸੌ ਕਰਹਿ ਕਰੇ ਨਹੀਂ ਪਾਠ ਕਰਨਾ ਤੁਸ ਦੇਵਹਿ ਕਰਹਿ ਪਸੌ ਤਰੁੱਟ ਕੇ ਤੁਸ ਕੇ ਖੁਸ਼ ਹੋ ਕੇ ਤੁਸੀਂ ਫਿਰ ਆਪਣਾ ਪ੍ਰਸਾਦ ਦਿੰਦੇ ਹੋ ਕਿਉਂਕਿ ਇੱਥੇ ਸ਼ਬਦ ਪ੍ਰਸਾਦ ਦੇ ਮੈਂ ਅਰਥ ਕਰਾਂਗਾ ਕਿ ਪ੍ਰਸਾਦ ਦਾ ਅਰਥ ਇਹ ਵੇ ਕਿ ਅਗਲੇ ਦੇ ਪੱਲੇ ਕੁਝ ਵੀ ਦੇਣ ਨੂੰ ਨਾ ਹੋਵੇ ਪ੍ਰਸਾਦ ਉਸ ਨੂੰ ਵੀ ਮਿਲ ਜਾਂਦਾ ਹੈ ਮੈਂ ਆ ਵਪਾਰ ਵਾਲੇ ਪ੍ਰਸਾਦ ਦੀ ਗੱਲ ਨਹੀਂ ਕਰਾਂਗਾ ਮੰਨ ਲਓ ਅਸੀਂ ਸੰਗਤ ਚਾਹੇ ਹਾਂ ਕਿਸੇ ਨੇ ਪੁੱਛਣਾ ਤੁਸੀਂ ਕੋਈ ਮਾਇਆ ਧਰਮ ਸਥਾਨ ਨੂੰ ਦਿੱਤੀ ਜਾਂ ਕੁਝ ਆਪਣੇ ਵੱਲੋਂ ਸੇਵਾ ਕੀਤੀ ਕੁਝ ਵੀ ਨਾ ਕਰੋ ਮੱਥਾ ਟੇਕ ਕੇ ਪਿੱਛੇ ਬੈਠ ਜਾਓ ਜਦੋਂ ਪ੍ਰਸਾਦ ਵਰਤਾਇਆ ਜਾਏਗਾ ਉਦੋਂ ਕੋਈ ਪੈਮਾਨਾ ਨਹੀਂ ਹੁੰਦਾ ਵੀ ਕਿੰਨੂੰ ਕਿੰਨਾ ਦੇਣਾ ਨਹੀਂ ਪ੍ਰਸਾਦ ਦਾ ਅਰਥ ਜਿਹੜਾ ਤਰੁੱਠ ਕੇ ਦਿੱਤਾ ਜਾਂਦਾ ਮੈਂ ਤਾਂ ਹੀ ਕਹਿਣਾ ਹੁੰਨਾ ਪ੍ਰਸਾਦ ਰੁਪਈਆਂ ਨਾਲ ਨਹੀਂ ਮਿਲਦਾ ਪ੍ਰਸਾਦ ਤੇ ਪ੍ਰਸਾਦ ਦੋਨੇ ਨਾ ਬੁੱਕ ਬਣਾਉਣ ਦੀ ਜਾਂਚ ਆ ਜਾਏ ਤੇ ਪ੍ਰਸਾਦ ਮਿਲ ਜਾਂਦਾ ਅੰਦਰ ਭਾਵਨਾ ਦੀ ਬੁੱਕ ਬਣਾਉਣ ਦੀ ਜਾਂਚ ਆ ਜਾਏ ਤੇ ਰੱਬ ਦਾ ਪ੍ਰਸਾਦ ਮਿਲ ਜਾਂਦਾ ਕਿਰਪਾ ਮਿਲਦੀ ਉਹ ਦਾਤਾ ਸਿਓ ਨੇ ਸਭ ਕੁਝ ਬਣਾਇਆ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਤਰੁਟ ਰੁਟ ਕੇ ਦਾਤਾ ਦਿੱਤੀਆਂ ਤਰੁਟ ਰੁਟ ਕੇ ਸਭ ਜਿਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨੁਪੋਗਾਣੀ ਤੁਤ ਕੇ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਂਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਓ ਦਰਸ਼ ਕਰ ਕਰਕੇ ਦਾਤਾਂ ਦਿੱਤੀਆਂ ਸਤਿਗੁਰੂ ਕਹਿੰਦੇ ਨੇ ਦਾਤਾਂ ਕਰਤਾ ਆਪ ਤੂ ਤੁਸ ਦੇਵੈ ਕਰੈ ਪਸਾਉ ਤੂ ਜਾਣ ਹੋਈ ਜਾਣ ਹੋਈ ਜਾਣਨ ਵਾਲਾ ਸਭ ਸਹਿ ਕੋਈ ਤੇਰੇ ਤਲੁਕਿਆ ਨਹੀਂ ਤੇਰੇ ਬਣਾਏ ਨੇ ਤੂ ਸਭ ਚ ਵਰਤ ਰਿਆ ਤੂ ਜਾਣ ਹੋਈ ਸਭ ਸਹਿ ਅੱਗੇ ਮਹਾਰਜ ਕਹਿੰਦੇ ਦੇ ਲੈਸੈ ਤੂ ਸਭ ਨੂੰ ਜਾਣਨਾ ਚੰਗੇ ਮੰਦੇ ਮਾੜੇ ਮੂਰਖ ਸਭ ਨੂੰ ਜਾਣਨਾ ਐਵੇਂ ਬੰਦਾ ਹੌਮੇ ਚ ਹੀ ਪੜਦਾ ਪਾ ਕੇ ਬੈਠਾ ਲੁਕੀ ਬੈਠਾ ਹੈ ਨਾ ਮੈਂ ਅੱਗੇ ਕਿਹਾ ਰੋਸ਼ਨ ਸਿੰਘ ਵਿਚਾਰਾ ਲੁਕਾਈ ਬੈਠਾ ਸੀ ਕਪਤਾ ਬੰਦਾ ਲੁਕਾਈ ਬੈਠਾ ਸਤਗੁਰੂ ਕਹਿੰਦੇ ਨੇ ਤੂੰ ਐਸ ਜਨਮ ਦੀ ਗੱਲ ਕਰਨੇ ਤੇ ਇਹ ਭੁਲੇਖਾ ਹੀ ਜੇ ਆ ਕਈ ਵਾਰੀ ਕਹਿੰਦੇ ਨੇ ਜੀ ਪਹਿਲਾਂ ਸੀ ਨਾ ਵੀ ਬਾਹਰ ਦੇ ਚਾਨਣ ਨਾਲ ਹੀ ਸਭ ਕੋਈ ਦੇਖਦਾ ਬੰਦੇ ਦਾ ਚਿਹਰਾ ਨਹੀਂ ਹੁਣ ਤਾਂ ਸਾਇੰਸ ਨੇ ਬੜੀ ਤਰੱਕੀ ਕਰ ਲਈ ਉਹਨੇ ਅੰਦਰ ਵੀ ਮਸ਼ੀਨਾਂ ਪਾ ਕੇ ਦੱਸ ਦਿੱਤਾ ਤੇਰੇ ਅੰਦਰ ਕੀ ਕੁਝ ਹੈ ਫਰਕ ਇਹ ਨਾ ਅਲਟਰਾ ਸਾਊਂਡ ਐਕਸ ਰੇ ਅ ਜਿੰਨੀਆਂ ਵੀ ਮਸ਼ੀਨਾਂ ਨੇ ਨਾ ਐਮ ਆਰ ਆਈ ਚ ਉੱਕ ਜੋ ਰਿਹਾ ਐ ਇਹ ਸਿਰਫ ਬਾਡੀ ਦੇ ਵਿੱਚ ਜੋ ਤੱਥ ਮੌਜੂਦ ਨੇ ਉਹ ਹੀ ਦੇਖ ਸਕਦੀਆਂ ਨੇ ਪਰ ਮੇਰੇ ਵਹਿਗੁਰੂ ਜੀ ਦੀ ਇਹੋ ਜੀ ਲਾਈਟ ਹੈ ਪਿਆਰੋ ਜਿਹੜੇ ਸਾਡੇ ਅੰਦਰ ਦੇ ਫੁਰਨੇ ਸਾਰੇ ਵੇਖਦਾ ਪਿਆ ਇਹ ਬੰਦਾ ਕੀ ਕਰਦਾ ਪਿਆ ਉਹਦੀ ਲਾਈਟ ਸਾਹਮਣੇ ਕਿੰਨੇ ਟਿਕ ਸਕਣ ਉਹ ਸਭ ਦਾ ਜਾਣਕਾਰ ਹੈ ਚੰਗੇ ਮੰਦੇ ਸਭ ਕੋ ਪਰ ਇੱਕ ਕਮਾਲ ਦੀ ਗੱਲ ਜੀ ਮੈਂ ਕਹਿੰਨਾ ਇੰਨਾ ਕਿਰਪਾਲੂ ਇਹ ਵੇ ਉਹ ਪਿਓ ਦੇ ਬਾਰੇ ਜਾਣਦਾ ਪੁੱਤਰ ਬਾਰੇ ਜਾਣਦਾ ਮਾਂ ਬਾਰੇ ਜਾਣਦਾ ਪਤਨੀ ਬਾਰੇ ਜਾਣਦਾ ਪਰ ਸਭ ਕੁਝ ਜਾਣਨ ਦੇ ਬਾਅਦ ਜਦੋਂ ਮੱਥਾ ਟੇਕਣ ਆਉਂਦੇ ਆ ਇੱਕ ਦੀ ਗੱਲ ਦੂਜੇ ਨੂੰ ਨਹੀਂ ਦੱਸਦਾ ਵੀ ਇੰਨਾ ਭੜਾ ਈ ਤੇਰਾ ਘਰ ਵਾਲਾ ਇੰਨਾ ਭੜਾ ਈ ਤੇਰਾ ਪੁੱਤਰ ਕਿਉਂਕਿ ਉਹਦਾ ਪਤਾ ਮੈਂ ਬਣਾਏ ਨੇ ਨਾ ਆਪਣੇ ਆ ਦੀ ਮੈਂ ਨਿੰਦਿਆ ਕਿਉਂ ਕਰਾਂਗਾ ਬੜੇ ਦਿਆਲੂ ਨੇ ਵਾਹਿਗੁਰੂ ਚ ਤੂੰ ਜਾਣੋਈ ਸਭ ਸਭ ਨੂੰ ਜਾਣਨਾ ਪਏ ਦੇ ਦੇ ਦਿੱਤੀ ਜਿੰਦ ਜ਼ਿੰਦਗੀ ਦੇ ਦਿੱਤੀ ਲੈਸਾਂ ਫਿਰ ਲੈ ਲੇਗਾ ਵੀ ਚਲੋ ਵੀ ਹੁਣ ਚਲੀਏ ਦੇ ਲੈਸਾਂ ਜਿੰਦ ਕਵਾਉ ਮੈਂ ਬੇਨਤੀ ਕਰ ਰਹੇ تھے ਗੁਰਮਖਾਂ ਕੁਝ ਨੇ ਕਵਾਉ ਦੇ ਅਰਥ ਕੀਤੇ ਨੇ ਪੋਸ਼ਾਕ ਸ਼ਰੀਰੂਪੀ ਪੋਸ਼ਾਕ ਲੈ ਲੈਣਾ ਫਿਰ ਦੇ ਦੇਣਾ ਨਹੀਂ ਕਵਾਉ ਦਰ ਤੇ ਹੁਕਮ ਉਹ ਆਪਣੇ ਹੁਕਮ ਜਿਨਨੇ ਸਭ ਕੁਝ ਸਜਿਆ ਤੂੰ ਜਾਣੋਈ ਸਭ ਸੈਂ ਦੇ ਲੈਸੈਂ ਜਿੰਦ ਕਵਾਓ ਆਪਣੇ ਹੁਕਮ ਚ ਜਿੰਦ ਟਿਕਾ ਦਿੱਤੀ ਆਪਣੇ ਹੁਕਮ ਚ ਕੱਢ ਲਈ ਹੁਕਮ ਤੋਂ ਬਿਨਾ ਤਾਂ ਕੋਈ ਖੈ ਹੀ ਨਹੀਂ ਫਿਰ ਬੇਨਤੀ ਸੁਣਿਓ ਆ ਜਿੰਨੇ ਅਸੀਂ ਬੈਠਿਆ ਜੇ ਆਪਣਾ ਵਾਸ ਹੋਵੇ ਕੋ ਮਰਨ ਨੂੰ ਤਿਆਰ ਹੈ ਅਸੀਂ ਤਾਂ ਇਨਸਾਨ ਆ ਇੰਨੇ ਸੁਖ ਭੋਗਨੇ ਪਿਆ 36 ਪ੍ਰਕਾਰ ਦੇ ਖਾਣੇ ਨੇ ਕੱਪੜੇ ਨੇ ਕਿੰਨੇ ਇੰਦਰੀਆਂ ਦੇ ਭੋਗ ਨੇ ਇੱਥੇ ਤਾਂ ਜਿਹੜਾ ਜ਼ਹਿਰੀਲਾ ਕੀੜਾ ਹੈ ਉਹਦਾ ਵੀ ਦਿਲ ਨਹੀਂ ਕਰਦਾ ਮਰਨ ਪਰ ਮੈਂ ਬੇਨਤੀ ਕਰਾਂ ਉਹ ಪರಿਪੂਰਣ ਪਰਮਾਤਮਾ ਵੈਗੁਰੂ ਜੀ ਉਹ ਪਰਮੇਸ਼ਰ ਜੀ ਜਿਨ੍ਹਾਂ ਨੂੰ ਅਸੀਂ ਕਹ ਰਹੇ ਉਹ ਆਪਣੇ ਹੁਕਮ 'ਚ ਹੀ ਭੇਜਦਾ ਹੈ ਆਪਣੇ ਹੁਕਮ 'ਚ ਸੱਦ ਲੈਂਦਾ ਵੀ ਚੱਲ ਇੱਥੇ ਇੱਕ ਉਦਾਹਰਣ ਮੈਂ ਆਪ ਜੀ ਨੂੰ ਦੇ ਦਿੰਨਾ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ 'ਚ ਨਾ ਇੱਕ ਬਚਨ ਹੈ ਇਹ ਸੰਵਾਦ ਕਹੇ ਜੀ ਗੱਲ ਬਾਤ ਹੈ ਆਤਮਾ ਦੀ ਤੇ ਸ਼ਰੀਰ ਦੀ ਕਾਇਆ ਦੀ ਤੇ ਸੋਲ ਦੀ ਕਾਇਆ ਬੜੀ ਵਿਚਾਰੀ ਉਸੀ ਵੀ ਮੈਨੂੰ ਕਿਸੇ ਤਰੀਕੇ ਦੇ ਨਾਲ ਮੈਂ ਸਦਾ ਰਵਾਂ ਬਾਡੀ ਦਾ ਦਿਲ ਨਹੀਂ ਕਰਦਾ ਮੈਂ ਛੇਤੀ ਖਤਮ ਹੋਵਾਂ ਪਰ ਦੋ ਕੇਸ ਚੀਜ਼ ਦਾ ਹੈ ਜਿਹਦੀ ਖਾਤਰ ਮਿਲੀ ਉਹਦਾ ਸਾਥ ਨਹੀਂ ਦਿੰਦੀ ਇਹ ਇਹਦੇ ਅੰਦਰ ਦੀ ਬੜੀ ਕਹਾਣੀ ਜੇ ਇਹਦੇ ਵਿੱਚ ਮਨ ਕੀ ਕਰਦਾ ਹੈ ਦੂਜੇ ਕੀ ਕਰਦੇ ਨੇ ਮਨ ਇੱਕ ਤਾਂ ਨਹੀਂ ਨਾ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਸੁਚੇਤ ਮਨ ਅਵਚੇਤ ਮਨ ਅਚੇਤ ਮਨ ਅਸੀਂ ਨਾਮ ਤਾਂ ਜਪਣਿਆ ਸਬ ਕੌਂਸ਼ੀਅਸੇ ਨਾਮ ਚਲਾ ਜਾਏ ਜਦੋਂ ਉਥੇ ਚਲਾ ਗਿਆ ਪਿਆਰਿਓ ਫਿਰ ਬੋਲਣ ਦੀ ਲੋੜ ਨਹੀਂ ਪੈਂਦੀ ਫਿਰ ਚੱਲਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਿੰਨੇ ਕਾਇਆ ਆਤਮਾ ਨੂੰ ਇੱਕ ਦਿਨ ਕਿਤੇ ਇਕੱਠੇ ਗੱਲਬਾਤ ਹੋ ਗਈ ਤੇ ਕਾਇਆ ਕਹਿੰਦੀ ਹੈ ਦੇਖ ਤੂੰ ਐ ਪਤੀ ਮੈਂ ਹਾਂ ਪਤਨੀ ਤੇਰੇ ਘਰ ਕੀ ਸਾਡੀ ਜਾਇਜਾ ਘਰ ਹੈ ਤੂੰ ਇੱਕ ਮੇਰੇ ਨਾਲ ਵਾਅਦਾ ਕਰ ਮੈਨੂੰ ਛੱਡ ਕੇ ਨਾ ਕਦੀ ਜਾਇਂ ਕਦੀ ਨਾ ਛੱਡੀ ਮੈਨੂੰ ਮੈਂ ਤਾਂ ਕਹਿ ਰਿਹਾ ਉਹਦੇ ਹੁਕਮ ਚ ਮਿਲਿਆ ਹੈ ਉਹਦੇ ਹੁਕਮ ਛੱਡ ਜਨਾ ਆ ਆ ਕੱਪੜਾ ਜਿਹੜਾ ਲਈ ਫਿਰਨੇ ਆ ਇਹ ਤਾਂ ਝੂਠ ਹੈ ਇਹਦੀ ਕੋਈ ਅਹਿਮਤ ਨਹੀਂ ਜੇ ਜੋਤ ਤੋਂ ਬਿਨਾ ਜੋਤ ਨਿਕਲ ਜਾਏ ਅੱਖਾਂ ਚੰਗੀਆਂ ਪਲੀਆਂ ਹੁੰਦੀਆਂ ਨੇ ਪਰ ਅੱਖਾਂ ਦੇਖਦੀਆਂ ਕਿਉਂ ਨਹੀਂ ਕੰਨ ਕਿਉਂ ਨਹੀਂ ਸੁਣਦੇ ਪਏ ਇਹ ਐਵੇਂ ਮਿੱਟੀ ਜੀ ਮਾਨ ਕਰੀ ਫਿਰਦੀ ਤੂੰ ਕਾਹੇ ਗਰਬ ਹੈ ਬਾਬਲੀ ਇਹ ਮਿੱਟੀਏ ਤੂੰ ਮਾਨ ਕਰਨੀ ਜਦੋਂ ਵਿੱਚੋਂ ਜੋਤ ਨਿਕਲ ਗਈ ਤੂੰ ਖਾਕ ਨੇ ਖਾਕ ਚ ਮਿਲ ਜਾਣਾ ਆਤਮਾ ਨੇ ਕਿਹਾ ਵੀ ਕਿਉਂ ਕਾਇਆ ਕਹਿੰਦੀ ਤੇਰੇ ਕਰਕੇ ਪੁੱਛ ਪੜਤਾਲ ਤੇਰੇ ਕਰਕੇ ਸਾਰਾ ਸਿਸਟਮ ਚੱਲ ਰਿਹਾ ਹੈ ਆਤਮਾ ਕਹਿੰਦਾ ਮੇਰੇ ਕਰਕੇ ਭੋਗ ਭੋਗੀ ਜਾ ਰਿਹਾ ਹੈ ਨਾ ਪਰ ਇੱਕ ਮੈਂ ਗੱਲ ਤੇਨੂੰ ਦੱਸਾਂ ਮੈਂ ਕਿਸੇ ਦੇ ਹੁਕਮ ਚ ਵੱਜਾਂ ਆ ਜਿੱਦਨ ਮੈਨੂੰ ਸੱਦਾ ਆ ਗਿਆ ਮੈਂ ਤੈਨੂੰ ਦੱਸਣਾ ਨਹੀਂ ਬਿਲਕੁਲ ਨਹੀਂ ਤੇਰੇ ਭੈਣਾ ਭਰਾਵਾਂ ਪੁੱਤਰਾਂ ਧੀਆਂ ਨੂੰ ਕੀ ਕੀ ਮੈਂ ਤਾਂ ਤੈਨੂੰ ਖੁਦ ਨਹੀਂ ਦੱਸਣਾ ਰਾਤ ਅਸੀਂ ਇਕੱਠੇ ਸਵਾਂਗੇ ਸਵੇਰੇ ਤੈਨੂੰ ਅਰਥ ਹੀ ਬਣਾ ਕੇ ਚੁਕਲ ਜਾਣਗੇ ਮੈਂ ਕਿਤੇ ਹੋਰ ਚਲਾ ਜਾਵਾਂ ਮੈਂ ਤੈਨੂੰ ਵੀ ਨਹੀਂ ਦੱਸਣਾ ਕਾਇਆ ਹੱਸ ਕੇ ਕਹਿੰਦੇ ਨਹੀਂ ਝੂਠ ਬੋਲਣਾ ਇੰਨੇ ਸਾਲ ਇਕੱਠੇ ਰਹਿ ਇਸ ਤਰ੍ਹਾਂ ਧਗਾ ਦੇਂਗਾ ਆਤਮਾ ਨੇ ਕਿਹਾ ਮੈਂ ਧਗਾ ਨਹੀਂ ਦਿੰਦਾ ਮੈਂ ਕਿਸੇ ਦੇ ਹੁਕਮ ਚ ਆਉਣਾ ਕਿਸੇ ਦੇ ਹੁਕਮ ਚ ਚਲਾ ਜਾਣਾ ਸੱਚ ਕਿਹਾ ਪਰ ਕਾਇਆ ਸਮਝੀ ਨਾ ਹੁਕਮ ਆਇਆ ਵਿੱਚੋਂ ਆਤਮਾ ਨਿਕਲ ਗਿਆ ਮਿੱਟੀ ਦੀ ਧੀਰੀ ਲੋਕ ਕੋਈ ਫੋਕਨ ਤੁਰ ਪੈ ਤੂੰ ਸਭ ਨੂੰ ਜਾਣਨਾ ਹੈ ਜਿੰਦ ਦੇਣਾ ਫਿਰ ਖੋ ਲੈਣਾ ਇਹ ਤੇਰੇ ਹੁਕਮ ਦੀ ਖੇਡ ਹੈ ਗਾਵੇ ਕੋ ਜੀ ਲੈ ਫਿਰ ਦੇ ਤੂੰ ਜਿੰਦ ਲੈਣਾ ਫਿਰ ਦੇ ਦੇਣਾ ਸਰੀਰ ਬਦਲੀ ਜਾਣ ਇਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਧੰਨ ਕਹੇ ਤੂੰ ਵਸ ਮੈ ਨਾਲੇ ਕਾਇਆ ਰੂਪੀ ਇਸਤਰੀ ਕਹਿੰਦੀ ਆਤਮਾ ਪਤੀ ਮੇਰੇ ਨਾਲ ਰੋ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝ ਬਿਨਾ ਤੁਜੇ ਬਿਨਾ ਕਿਤ ਕੀ ਨਾ ਲੇਖੇ ਬਚਨ ਦੇ ਛੋੜ ਨਾ ਜਾ ਸਕੈ ਅਗੋ ਆਤਮਾ ਕਹਿੰਦਾ ਪਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਓਨੂੰ ਕਿਸੇ ਦਾ ਡਰ ਨਹੀਂ ਕਿਸੇ ਦੀ ਪਰਵਾਹ ਨਹੀਂ ਕਰਦਾ ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ ਜਾਂ ਸਦੇ ਤਾਂ ਊਠ ਸਦਾ ਸਾਈ ਮਸ਼ੀਨਾ ਲੱਗੀਆਂ ਰਹਿ ਜਾਂਦੀਆਂ ਡਾਕਟਰ ਵਿਚਾਰੇ ਖਲੂਤ ਸੌਰੀ 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 ਕਹਿੰਦੇ ਰਹਿ ਜਾਂਦੇ ਨੇ ਨਹੀਂ ਬਚਾ ਸਕੇ ਪਤਾ ਨਹੀਂ ਲੱਗਦਾ ਉਹ 파ਰੂ ਠਾਕੁਰ ਜਿਸ ਕਾਨ ਨਾ ਚੰਦਾ ਜਿਚਰ ਰਾਕੇ ਤੇ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸ਼ਦਾਸਾ ਆਈ ਆਗਿਆ ਹੁਕਮ ਆ ਗਿਆ ਨਾ ਤੂੰ ਜਾਣ ਉਹ ਹੀ ਸਭ ਸੈ ਦੇ ਲੈਸੈਂ ਜਿੰਦ ਕਵਾਉ ਤੂੰ ਆਪਣੇ ਹੁਕਮ ਨਾਲ ਜਿੰਦ ਦੇ ਵੀ ਦੇਣਾ ਤੇ ਕੱਢ ਵੀ ਲੈਣਾ ਆਈ ਆਗਿਆ ਪਿਰੋਂ ਬੁਲਾਇਆ ਨਾ ਧੰਨ ਪੁੱਛੀ ਨਾ ਮਤਾਬ ਕਾਇਆ ਕਾਇਆ ਨੂੰ ਤਾਂ ਪੁੱਛੀ ਨਹੀਂ ਕੋਈ ਇਹਦੇ ਨਾਲ ਸਲਾਹ ਨਹੀਂ ਕੀਤੀ ਊੜ ਸਦਾਇਓ ਤੁਰ ਪਿਆ ਵਿਚਾਰਾ ਹੁਕਮ ਚ ਊੜ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾ ਮੈਂ ਬੇਨਤੀ ਕਰਾਂਗਾ ਦਾਤਾ ਕਰਤਾ ਆਪ ਤੂੰ ਤੁਸ ਤੇਵੇਂ ਕਰੇ ਪਸਾਓ ਤੂੰ ਜਾਣ ਹੋਈ ਸਭ ਸਹਿ ਦੇ ਲੈਸ ਹੈ ਮਹਾਰਾਜ ਕਿੰਨੇ ਤੂੰ ਕਿਰਪਾ ਕਰਨਾ ਹੈ ਤੂੰ ਸਭ ਨੂੰ ਦੇਨ ਦੇ ਲੈਸੇ ਜਿੰਦ ਕਬਾਓ ਅਖੀਰ ਤੇ ਕਹਿੰਦੇ ਨੇ ਨਿਰਾਸ਼ਣਾ ਵੀ ਕਿਤੇ ਤੇਰੇ ਤੋਂ ਦੂਰ ਨੀ ਕਰ ਆਸਨ ਡਿਠੋ ਚਾਓ ਸਤਿਗੁਰੂ ਕਹਿੰਨੇ ਆਪੀ ਨਾ ਆਪ ਸਾਜਿਓ ਆਪੀ ਨਾ ਰੁੱਚ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦੁਈ ਕੁਦਰਤ ਮੈਂ ਆਹ ਥੋੜਾ ਜਿਹਾ ਤੁਹਾਨੂੰ ਬੇਨਤੀ ਕਰਾਂ ਨਾਮ ਇੱਕ ਸ਼ਕਤੀ ਜਿਹੜੀ ਸਭ ਕੁਝ ਸਿਰਜਦੀ ਨਾਮ ਦੀ ਤਾਕਤ ਵਿੱਚੋਂ ਸਭ ਕੁਝ ਨਿਕਲਿਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ਼ ਪਤਾਲ ਮਹਾਰਾਜ ਨੇ ਕਿਹਾ ਇਹਨੂੰ ਸ਼ਬਦ ਦੀ ਵਿਆਖਿਆ ਥੋੜਾ ਜਿਆਦਾ ਖੂਰ ਕਰੀਏ ਉਹ ਨਿਰਗੁਣਕ ਹੈ ਸੁਭਾਅ ਵਿੱਚ ਕਿਹਾ ਉਹ ਸাকার ਹੋਣ ਲੱਗੇ ਨੇ ਮੈਂ ਕਿਦਾਂ ਅਰਜ਼ ਕੀਤੀ ਸੀ ਕਿ ਬਹੁਤ ਕੁਝ ਐਸਾ ਜਿਹੜਾ ਦਿਸਦਾ ਨਹੀਂ ਪਰ ਆਪਣੇ ਕੰਮ ਕਰੀ ਜਾ ਰਿਹਾ ਹੈ ਅਧ੍ਰਿਸ਼ਟ ਬਹੁਤ ਕੁਝ ਚਲਾ ਰਿਹਾ ਜੀ ਤੁਸੀਂ ਮੈਂ ਜਿੱਨੇ ਬੈਠੇ ਆ ਮੈਨੂੰ ਦੱਸੋ ਸਾਨੂੰ ਅਧ੍ਰਿਸ਼ਟ ਨਹੀਂ ਚਲਾ ਰਿਹਾ ਸਾਇੰਸ ਕਾਏ ਕੀ ਬੰਦੇ ਦਾ ਹਾਰਟ ਜਿਹੜਾ ਹੈ ਹਾਰਟ ਬੀਟ ਹੈ ਹਾਰਟ ਪੰਪ ਕਰ ਰਿਹਾ ਹੈ ਉਹ ਹਾਰਟ ਜਿਹੜਾ ਪੰਪ ਕਰ ਰਿਹਾ ਉਹ ਕੌਣ ਪੰਪ ਕਰਾ ਰਿਹਾ ਉਹਦੇ ਪਿੱਛੇ ਕੌਣ ਹੈ ਤੁਸੀਂ ਮੈਂ ਸਵਾਸ ਲੈ ਰਹੇ ਆ ਇਹਦੇ ਪਿੱਛੇ ਕੌਣ ਹੈ ਇਹ ਸਾਰੀ ਕਹਾਣੀ ਜਿਹੜੀ ਨੂੰ ਸਮਝੀਏ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਪਰਿਪੂਰਣ ਪਰਮਾਤਮਾ ਨੇ ਨਿਰਗੁਣ ਸਿ ਉਹ ਸਰਗੁਣ ਬਣ ਗਿਆ ਤੁਸੀਂ ਦੇਖੋ ਅਸੀਂ ਜਿੰਨੇ ਬੈਠੇ ਆ ਇਹਦੇ ਵਿੱਚ ਮੇਲ ਫੀਮੇਲ ਵਾਲੇ ਪਾਸੇ ਇਹਨੂੰ ਵਾਸ਼ਨਾ ਨਾਲ ਹੀ ਲੈਣਾ ਜਿਹੜਾ ਬਿੰਦਖ ਹੈ ਸਮਝਨੇ ਆਪਾਂ ਨਾ ਇੱਕ ਸੈੱਲ ਹੈ ਜਿਹੜਾ ਉਹ ਇਨਾਂ ਅੱਖਾਂ ਨਾਲ ਦਿਸ ਪੈਂਦਾ ਦਿਸਦਾ ਭਲਾ ਨਹੀਂ ਦਿਸਦਾ ਪਤਾ ਕਾ ਬਿੰਦ ਅੱਖਾਂ ਨਾਲ ਨਹੀਂ ਦਿਖੁਰਦ ਵੀ ਇਨਾਂ ਸੂਖਸ਼ਮ ਦਰਸ਼ੀ ਨਾਲ ਦੇਖ ਲੈਣਗੇ ਉਹ ਉਹਦੀ ਸ਼ਕਲ ਕਿਉਂ ਜੀ ਕਿਵੇਂ ਮੈਂ ਪਰ ਜਿਹੜਾ ਸਾਡੀਆਂ ਅੱਖਾਂ ਨੂੰ ਅਦ੍ਰਿਸ਼ਟ ਲੱਗਦਾ ਪਿਆ ਚੇਤੇ ਰੱਖਿਓ ਸਮਾਂ ਮਿਲੇਗਾ ਉਸ ਅਦ੍ਰਿਸ਼ਟ ਵਿੱਚੋਂ ਹੋਂਦ ਹੈ ਸਾਇੰਸ ਨੇ ਉਹਨੂੰ ਦੇਖ ਲਿਆ ਪਰ ਪਿਆਰਿਆ ਉਹਨੂੰ ਨਹੀਂ ਦੇਖਿਆ ਜਿਹੜਾ ਉਹਦੇ ਵਿੱਚ ਕੋਈ ਤੜਕਾ ਰਿਆ ਉਹਨੂੰ ਜਿਹੜਾ ਉਹ ਸਿਸਟਮ ਚਲਾ ਰਿਹਾ ਹੁਣ ਉਹ ਉਸ ਥਾਂ ਤੇ ਜਿਹੜਾ ਉਹ ਨਿੱਕਾ ਜਿਹਾ ਸੈੱਲ ਏ ਉਹਨੂੰ ਮਾਤਾ ਦੇ ਉਦਰ ਚ ਥਾਂ ਮਿਲ ਕੇ ਉਸ ਨਿੱਕੇ ਜਿਹੇ ਸੈੱਲ ਵਿੱਚੋਂ ਇੱਕ ਇਨਸਾਨ ਪੈਦਾ ਹੋਇਆ ਕੀ ਹੈ ਪਸਾਰੇ ਦੀ ਖੇਡ ਉਸ ਵਿੱਚੋਂ ਇਨਸਾਨ ਪੈਦਾ ਹੋਇਆ ਬਾਹਰ ਨਿਕਲਿਆ ਉਹ ਸੰਤ ਬਣਿਆ ਮਹਾਪੁਰਖ ਬਣਿਆ ਵਿਦਵਾਨ ਬਣਿਆ ਉਹ ਸਾਇੰਟਿਸਟ ਬਣਿਆ ਉਹ ਕੋਈ ਸਾਲ ਧਰਤੀ ਤੇ ਜੀਆ ਜਿਨ ਤੋਂ ਬਾਤ ਚਲਾ ਗਿਆ ਪਰ ਜੋ ਕੁਝ ਸਮਾਜ ਨੂੰ ਦੇ ਕੇ ਗਿਆ ਉਹਦੇ ਪਿੱਛੇ ਚੇਤੇ ਰੱਖਿਓ ਨਿੱਕੇ ਸੈੱਲ ਵਿੱਚੋਂ ਹੀ ਸਭ ਕੁਝ ਨਿਕਲਿਆ ਤੇ ਜਿਨੇ ਸੈੱਲ ਪੈਦਾ ਕੀਤਾ ਉਹ ਕਿੱਡਾ ਕੁ ਸਮਰੱਥ ਕੋਣ ਉਹ ਨਿਰਗੁਣ ਸੀ ਉਹ ਉਹ ਆਪਣੀ ਅਵਸਥਾ 'ਚ ਬੈਠੇ ਸੱਚ ਇਹ ਵੇ ਸਿੱਖ ਨੇ ਉੱਥੇ ਪਹੁੰਚਣਾ ਹੈ ਸਰੀਰ ਵੀ ਜਿੱਤੋਂ ਸੁੰਨ ਸਮਾਧੀਕ ਐਸੇ ਕਰਕੇ ਗੁਰੂ ਨੇ ਤਿੰਨ ਚਾਰੇ ਸ਼ਬਦ ਵਰਤੇ ਸਰਗੁਣ ਨਿਰਗੁਣ ਨਿਰੰਕਾਰ ਸাকার ਵੀ ਖੈ ਤੇ ਨਿਰਗੁਣ ਵੀ ਖੈ ਅਦ੍ਰਿਸ਼ਟ ਵੀ ਖੈ ਸਰਗੁਣ ਨਿਰਗੁਣ ਨਿਰੰਕਾਰ ਉਹਦਾ ਆਕਾਰ ਵੀ ਕੋਈ ਨਹੀਂ ਸਰਗੁਣ ਖੈ ਤੇ ਆਕਾਰ ਖੈ ਸਰਗੁਣ ਨਿਰਗੁਣ ਨਿਰੰਕਾਰ ਅੱਗੇ ਕੀ ਇਹ ਸੁੰਨ ਸਮਾਦੀ ਆਪ ਸੁੰਨ ਚ ਵੀ ਆਪ ਸੀ ਸਮਾਦੀ ਲਾਈ ਬੈਠਾ ਹੁਣ ਜਦੋਂ ਉਹਨੇ ਦੁਈ ਕੁਦਰਤ ਸਾਜੀ ਤੇ ਕੀ ਉਹਨੇ ਕਹਿ ਦਿੱਤਾ ਜਾਓ ਬੰਦਿਓ ਮੈਂ ਤੁਹਾਡੇ ਤੋਂ ਅੱਖਾਂ ਭਾਜੋ ਨੇ ਬਸ ਆਈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਰੱਬ ਮੇਰਾ ਕਿਤੇ ਦੂਰ ਨਹੀਂ ਉਹ ਚਾਹਨਲ ਬੈਠਾ ਉਹ ਮਜਬੂਰੀ ਦਾ ਉਹ ਆ ਆ ਕੋਈ ਉਹਦੀ ਮਜਬੂਰੀ ਹੈ ਸੰਸਾਰ ਕੋਈ ਮਜਬੂਰੀ ਉਹਦਾ ਖੇਡ ਹੈ ਉਹ ਉਸ ਆਪੀ ਨੇ ਆਪ ਸਾਜਿਆ ਉਹਨੇ ਉਹ ਸਕਾਰ ਕਰ ਲਕਾ ਉਹਨੂੰ ਕਿਸੇ ਨੇ ਨਹੀਂ ਬਣਾਇਆ ਮੇਰੇ ਪਰਮਾਤਮਾ ਦਾ ਕੋਈ ਮਾਂ ਨਹੀਂ ਕੋਈ ਬਾਪ ਨਹੀਂ ਉਸ ਦਿਨ ਮੈਂ ਕਿਹਾ ਸੀ ਨਾ ਤਾਤਾ ਨਾ ਮਾਤਾ ਨਾ ਜਤਾ ਨਾ ਪਾਤਾ ਨਿਰਸਾਤੰਗ ਸਰੀਕ ਹੈ ਤਾਤ ਮਾਤ ਤੋਂ ਬਿਨਾ ਉਹਦਾ ਕੋਈ ਵੀ ਨਹੀਂ ਉਹਦਾ ਕੋਈ ਮਿੱਤਰ ਵੀ ਨਹੀਂ ਉਹਦਾ ਕੋਈ ਚਿੱਤਰ ਨਹੀਂ ਮੈਂ ਹੋਰ ਇੱਕ ਗੱਲ ਕਹਿ ਦਿਆਂ ਮਜਬਾਂ ਦਾ ਰੌਲਾ ਪਾਣ ਵਾਲਿਓ ਰੱਬ ਦਾ ਮਜਬ ਵੀ ਕੋਈ ਨਹੀਂ ਨਮਸਤੰਗ ਅਮਜਬੇ ਕੀ ਆ ਉਹਦਾ ਮਜਬ ਹੁਣ ਉਹ ਜਿਹੜਾ ਆਪ ਹੀ ਨਾ ਆਪ ਸਾਜੋਗ ਹੈ ਉਹ ਸাকার ਹੋਇਆ ਮਹਾਰਾਜ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਉਹਨੇ ਆਪਣਾ ਨਾਮ ਪੈਦਾ ਕੀਤਾ ਆ ਨਾਮ ਇੱਕ ਸ਼ਕਤੀ ਜੇ ਗੁਰਮਖੋ ਆਪੀ ਨਾ ਆਪ ਸਾਜੋ ਆਪੀ ਨਾ ਰਚਿਓ ਨਾਉ ਇਹ ਹੀ ਕਾਰਨ ਜਦੋਂ ਕਿਸੇ ਦਾ ਅੰਦਰ ਟਿਕ ਜਾਂਦਾ ਹੈ ਫਿਰ ਬਖਸ਼ ਦਿਆ ਜੇ ਮੈਨੂੰ ਵੈਗੁਰੂ ਸ਼ਬਦ ਬੋਲਿਆ ਜਾਂਦਾ ਹੈ ਰਾਮ ਸ਼ਬਦ ਬੋਲਿਆ ਜਾਂਦਾ ਹੈ ਅੱਲਾਹੁ ਸ਼ਬਦ ਬੋਲਿਆ ਜਾਂਦਾ ਹੈ ਜਦੋਂ ਕਿ ਉਸ ਪਰਮਨਾਮ ਨਾਲ ਪਰਮਨਾਮ ਵਰਤੇ ਸ਼ਬਦ ਉਹ ਸਤ ਨਾਮ ਨਾਲ ਜੁੜ ਜਾਂਦਾ ਹੈ ਪਰ ਇਹ ਅੱਖਰ ਜਿਹੜੇ ਨੇ ਆਪਣੇ ਆਪ ਖਤਮ ਹੋ ਜਾਂਦੇ ਨੇ ਉਹ ਨਾਮ ਅੰਦਰੋਂ ਆਪਣੇ ਆਪ ਚੱਲਣ ਲੱਗ ਪੈਂਦਾ ਹੈ ਉਹ ਨਾਮ ਫਿਰ ਕੱਲੇ ਆਪਣੇ ਅੰਦਰ ਨਹੀਂ ਚੱਲਦਾ ਉਹ ਦੂਜੇ ਵਿੱਚ ਚੱਲਦਾ ਸੁਣਾਈ ਦੇ ਲੱਗ ਪੈਂਦਾ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਵਚਨ ਕੀਤਾ ਉਹਨੇ ਆਪਣੇ ਆਪ ਨੂੰ ਸਾਜਿਆ ਆਪ ਚੋਂ ਉਹਨੇ ਨਾਮ ਪੈਦਾ ਕੀਤਾ ਫਿਰ ਦੁਈ ਕੁਦਰਤ ਆ ਮਾਇਆ ਬਣਾ ਦਿੱਤੀ ਮਾਇਆ ਦਰਤ ਪੈਸਾ ਨਾ ਕਰਿਓ ਮਾਇਆ ਵੀ ਇੱਕ ਸ਼ਕਤੀ ਸ਼ਿਵ ਤੇ ਸ਼ਕਤੀ ਦੋ ਚੀਜ਼ਾਂ ਨੇ ਹਜ਼ੂਰ ਨੇ ਕਿਹਾ ਦੁਈ ਕੁਦਰਤ ਸਾਜਿਆ ਕਰਾਸਨ ਡਿਟੋ ਚਾਓ ਇਹਦੇ ਥੋੜੇ ਜੇ ਅਰਥ ਆਓ ਅਸੀਂ ਮਰਾਠੀ ਦਾ ਉਹ ਸ਼ਬਦ ਪੜ੍ਹੀਏ ਭਗਤ ਨਾਮਦੇਵ ਜੀ ਦਾ ਪਹਿਲ ਪੁਰੀਏ ਪੁੰਡ੍ਰਿਕ ਵਨਾ ਇਹਦੇ ਨਾਲ ਜੁੜਦਾ ਆਪ ਹੀ ਨਾ ਆਪ ਸਾਜਿਓ ਪਹਿਲੇ ਪਹਿਲ ਪੁੰਡ੍ਰਿਕ ਵਨਾ ਮੈਂ ਅਰਜ਼ ਕੀਤੀ ਸੀ ਕਈ ਸੱਜਣਾ ਦੇ ਅਰਥ ਕੀਤੇ ਸਨ ਕਿ ਪਹਿਲੇ ਪਹਿਲ ਜਦੋਂ ਕੁਛ ਨਹੀਂ ਬਣਿਆ ਕਮਲ ਫੁੱਲਾਂ ਦਾ ਇੱਕ ਵਣ ਸੀ ਪਰ ਨਹੀਂ ਇਹ ਅਸਲ 'ਚ ਨਾਮਦੇਵ ਹਿੰਦੁਸਤਾਨ ਦੀ ਵਿਸ਼ਵ ਰਚਨਾ ਦੀ ਜਿਹੜੀ ਫਿਲਾਸਫੀ ਹੈ ਉਹ ਦੋ ਤਰ੍ਹਾਂ ਦੀ ਇੱਕ ਕਹਿੰਦੇ ਨੇ ਕਿ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਦੀ ਪਦائش ਹੋਈ ਹੈ ਉਸ ਬ੍ਰਹਮਾ ਨੇ ਸੰਸਾਰ ਰਚਿਆ ਭਗਤ ਨਾਮ ਦੇ ਪਹਿਲੀ ਗੱਲ ਕਰ ਰਹੇ ਨੇ ਕਮਲ ਫੁੱਲ ਦੀ ਸਮਝਿਓ ਇਹਨੂੰ ਪਹਿਲ ਪੁਰਿਏ ਪੁੰਡਿਕਵਨਾ ਪਹਿਲਾ ਪਹਿਲ ਚਿੱਟਾ ਕਮਲ ਦਾ ਫੁੱਲ ਤਾਂ ਚੇ ਤਾ ਚੇ ਉਸ ਵਿੱਚੋਂ ਉਸ ਦੇ ਵੈਸੇ ਚਿਚਾ ਸ਼ਬਦ ਜੜਾ ਉਹ ਜ਼ਿਆਦਾ ਜਿਵੇਂ ਦੱਦਾ ਵਰਤ ਨੇ ਇਸ ਤਰ੍ਹਾਂ ਮਰਾਠੀ ਚ ਵਰਦੇ ਤਾਂ ਚੇ ਸਗਲੇ ਜਨਾਂ ਮੈਂ ਫਿਰ ਬੇਨਤੀ ਕਰਾਂ ਪਹਿਲ ਪੁਰਿਏ ਪੁੰਨਰਕਵਰਾ ਤਾਂਚੇ ਹੰਸਾ ਹੰਸਾ ਦਾ ਅਰਥ ਹੈ ਬ੍ਰਹਮਾ ਕਮਲ ਫੁੱਲ ਚੋਂ ਬ੍ਰਹਮਾ ਹੋਇਆ ਤੇ ਬ੍ਰਹਮਾ ਵਿੱਚੋਂ ਸਗਲੇ ਜਨਾਂ ਸਾਰਾ ਸੰਸਾਰ ਬਣਿਆ ਕ੍ਰਿਸ਼ਨਾਂ ਤੇ ਜਾਣੋਂ ਦੁਈ ਕੁਦਰਤ ਕ੍ਰਿਸ਼ਨਾਂਦਰ ਤੇ ਕਾਲਖ ਮਾਇਆ ਦੋਈ ਕੁਦਰਤ ਸਾਜੀ ਉਹਨੇ ਕ੍ਰਿਸ਼ਨਾਂ ਤੇ ਜਾਣਉ ਹਰ ਹਰ ਨਾ ਚੰਤੀ ਨਾਚਨਾ ਆ ਨੱਚਨ ਆ ਸੰਸਾਰ ਦੀ ਖੇਡ ਬਣਾ ਦਿੱਤੀ ਹਰ ਨੱਚਣ ਵਾਲੇ ਦੇ ਵਿੱਚ ਖਰੀ ਆਪ ਬੈਠਾ ਹੈ ਉਹਨਾਂ ਕਹੇ ਇੱਕ ਖਿਆਲ ਇਹ ਹਿੰਦੁਸਤਾਨ ਦਾਸੀ ਦੂਜੀ ਗੱਲ ਜਿਹੜੀ ਗੁਰਬਾਣੀ ਨੇ ਕਹੀ ਉਹ ਉਹ ਗੁਰਮਤ ਗੱਲ ਕਰ ਰਹੇ ਨੇ ਫਿਰ ਮੈਂ ਸ਼ਬਦ ਪੜ੍ਹਨਾ ਪਹਿਲ ਪੂਰੀਏ ਪੁੰਡਿਕ ਵੰਨਾ ਤਾਂਚੇ ਖੰਸਾ ਸਗਲੇ ਜੰਨਾ ਕ੍ਰਿਸ਼ਨਾਂ ਤੇ ਜਾਣਉ ਹਰ ਹਰ ਨਾ ਚੰਤੀ ਨਾਚਨਾ ਪਹਿਲ ਪੁਰਸ਼ਾ ਬਿਰਾ ਪੁਰਸ਼ਾ ਬਿਰਾ ਦਾ ਅਰਥ ਹੈ ਪਰਮਾਤਮਾ ਪਹਿਲੇ ਪਹਿਲ ਕੇਵਲ ਪਰਮਾਤਮਾ ਅਥੂਨ ਜਿਹਨੂੰ ਆਹ ਪੜ੍ਹ ਕੇ ਹਟਿਓ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾ ਦੂਈ ਕੁਦਰ ਅਥੂਨ ਦੁਬਾਰਾ ਦੂਜਾ ਅਥੂਨ ਪੁਰਸ਼ਾ ਦਮਰਾ ਉਸ ਪਰਮਾਤਮਾ ਨੇ ਫਿਰ ਆਪਣੇ ਵਿੱਚੋਂ ਮਾਇਆ ਪੈਦਾ ਕੀਤੀ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਜਦੋਂ ਦੋਨਾਂ ਦਾ ਮਿਲਾਪ ਹੋਇਆ ਕੀ ਪੈਦਾ ਹੋਇਆ ਅਸਗਾ ਅਸ ਉਸਗਾ ਇਸ ਮਾਇਆ ਦੇ ਤੇ ਉਸ ਪਰਮਾਤਮਾ ਦਾ ਮਿਲਾਪ ਹੋਇਆ ਇਹਦੇ ਵਿੱਚੋਂ ਪੈਦਾ ਹੋਇਆ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਆ ਸਾਰਿਆਂ ਵਿੱਚ ਰੱਬ ਨੇ ਇੱਕ ਬਾਗ ਬਣਾ ਦਿੱਤਾ ਆ ਆ ਬਾਗ ਹੈ ਵੈਗਰੂ ਜੀ ਦਾ ਬਣਾਇਆ ਜੀ ਨਾਚੈ ਪਿੰਦੀ ਮੈਂ ਸਾਗਰਾ ਪਿੰਦੀ ਦਾ ਅਰਥ ਹੈ ਖੂਦ ਹੀ ਟਿੰਡ ਤੇ ਸਾਗਰਦਰ ਤੇ ਪਾਣੀ ਕਹਿੰਦੇ ਨੇ ਵਾਹ ਓ ਮੇਰੇ ਰੱਬਾ ਵਾਹ ਓ ਮੇਰੇ ਪਰਮਾਤਮਾ ਤੂੰ ਕੈਸੀ ਰਚਨਾ ਕਰ ਦਿੱਤੀ ਸੋਹਣਾ ਬਾਗ ਬਣਾ ਦਿੱਤਾ ਇਸ ਤਰ੍ਹਾਂ ਜੀਵ ਸਾਰੇ ਨੱਚੀ ਜਾ ਰਹੇ ਨੇ ਆਪਣੇ ਆਪਣੇ ਕੰਮਾਂ ਜਿਵੇਂ ਟਿੰਡਾਂ ਵਿੱਚ ਪਾਣੀ ਨੱਚਦਾ ਪਿਆ ਅੱਗੇ ਫਿਰ ਕਹੇ ਵਖ ਨਹੀਂ ਨਾਚਾ ਪਿੰਦੀ ਮੈਂ ਸਾਗਰਾ ਨਚੰਤੀ ਗੋਪੀ ਜੰਨਾ ਗੋਪੀ ਮੀਨਸ ਇਸ ਤਰ੍ਹਾਂ ਜੰਨਾ ਦਾ ਅਰਥ ਹੈ ਮਰਦ ਕੀ ਮਰਤੇ ਕੀ ਇਸਤਰੀਆ ਸਾਰੇ ਤੇਰੇ ਨਚਾਏ ਨਚਨੇ ਪਏ ਕਿਉਂਕਿ ਤੂੰ ਆਪ ਸਾਰਿਆਂ ਚ ਬਿਠ ਹੁਣ ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਪੜ੍ਹਨੇ ਆ ਨਾ ਕਾਹੂ ਗੀਤ ਕੇ ਗਵਈਆ ਕਾਹੂ ਬੀਨ ਕੇ ਵਜਈਆ ਕਾਹੂ ਰਿਤ ਕੇ ਨਚਈਆ ਕਾਹੂ ਨਰ ਕੋ ਆਕਾਰ ਕੋ ਕਾਹੂ ਬੇਦਬਾਨੀ ਕਾਹੂ ਕੋਕੀ ਕਹਾਣੀ ਕਾਹੂ ਰਾਜਾ ਕਾਹੂ ਰਾਣੀ ਕਾਹੂ ਨਰ ਕੇ ਪ੍ਰਕਾਰ ਕੋ ਨਾਰ ਕੇ ਪ੍ਰਕਾਰ ਕੋ ਅਗਿਓ ਕਹਿੰਦੇ ਨੇ ਕਿ ਪ੍ਰਮਾਤਮਾ ਕੈਸੀ ਖੇਡ ਕਰ ਰਿਹਾ काहू बेन के बजैया काहू तेन के चरैया काहू लाखन लवैया काहु सुंदर कमार गो शुद्धता किसान गो के संतन के प्राण गो के दाता महादान हो के निर्दोखी निरंकार हो मैं शब्द कह देता है फिर मैं बेनती करा प्लीज ए शब्द ने उच्चिया अवस्थाव वाले काहओ मेरे परमात्मा काहू गीत के गवैया कितने गीत गाने वाले सारी सारी राहत ही गाई जाने ਕਦੀ ਸਾਜ਼ ਵਜਾਣ ਵਾਲਿਆਂ ਵਿੱਚ ਸਾਜ਼ ਵਜਾਈ ਜਾਣਾ ਤੂੰ ਬੈਠਾ ਕਾਹੂ ਗੀਤ ਕੇ ਗਵਈਆ ਕਾਹੂ ਬੇਨ ਕੇ ਵਜਈਆ ਕਾਹੂ ਰਿਤ ਕੇ ਨਚਈਆ ਆ ਨਚਣ ਵਾਲਿਆਂ ਵਿੱਚ ਕੌਣ ਨੱਚਦਾ ਪਿਆ ਤੂੰ ਹੀ ਨਚਣਾ ਪਿਆ ਨਾ ਨਰ ਕੋ ਆਕਾਰ ਹੋ ਇਹ ਬੰਦਿਆਂ ਦੇ ਕੀ ਤੂੰ ਆਕਾਰ ਬਣਾਏ ਨੇ ਕਿਤੇ ਨੱਚ ਰਿਹਾ ਕਿਤੇ ਹੱਸ ਰਿਹਾ ਕਿਤੇ ਰੋ ਰਿਹਾ ਇਹ ਤੇਰੇ ਬਣਾਏ ਹੋਏ ਨੇ ਤੂੰ ਵਿੱਚ ਵਰਤ ਰਿਹਾ ਹਜ਼ੂਰ ਕਹਿ ਰਹੇ ਨੇ ਕਾਹੂ ਗੀਤ ਕੇ ਗਵਈਆ ਕਾਹੂ ਬੇਨ ਕੇ ਬਜਈਆ ਕਾਹੂ ਰਿਤ ਕੇ ਨਚਈਆ ਕਾਹੂ ਨਰ ਕੋ ਆਕਾਰ ਹੋ ਕਾਹੂ ਬੇਦਬਾਨੀ ਕਿਤੇ ਪਰਮਾਰਥ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਤੂੰ ਵਰਤ ਰਿਹਾ ਕਾਹੂ ਕੋਕੀ ਕਹਾਣੀ ਤੇ ਤੇ ਕਾਮਸ਼ਾਸਤਰ ਦੀ ਕੋਈ ਵਿਆਜ ਵਿਚਾਰ ਪਿਆ ਕਰਦਾ ਕਾਹੂ ਰਾਜਾ ਕਾਹੂ ਰਾਣੀ ਕਿਤੇ ਰਾਜਾ ਬਣ ਕੇ ਹਕੂਮਤ ਕਰ ਰਹੇ ਹੈ ਤੇ ਕਿਤੇ ਰਾਣੀ ਬਣ ਕੇ ਹਾਰ ਸ਼ਿੰਗਾਰ ਕਰਕੇ ਰਾਜੇ ਨੂੰ ਖੁਸ਼ ਕਰ ਰਹੇ ਇਨੂੰ ਜੇ ਉੱਚਾ ਉੱਠ ਕੇ ਦੇਖੋਗੇ ਤੇ ਅਰਥ ਸਮਝ ਪੈਣਗੇ ਕਾਹੂ ਰਾਜਾ ਕਾਹੂ ਰਾਣੀ ਕਾਹੂ ਨਾਰ ਕੋ ਪ੍ਰਕਾਰ ਕੋ ਕਿਤੇ ਇਸਤਰੀਆਂ ਦੇ ਵਕ ਵਕ ਰੂਪ ਹੈ ਕਿਤੇ ਰਾਣੀ ਬਣਿਆ ਬੈਠੇ ਕਿਤੇ ਗੋਲੀ ਬਣਿਆ ਰਾਣੀ ਦੇ ਪੈਰ ਚੱਸੀ ਜਾਂਦਾ ਅੱਗੇ ਕਹਿੰਦੇ ਨੇ ਕਾਹੂ ਬੇਨ ਕੇ ਵਜਈਆ ਕਿਤੇ ਕ੍ਰਿਸ਼ਨ ਬਣ ਕੇ ਬੰਸਰੀਆਂ ਵਜਾਂਦਾ ਸੈਂ ਕਾਹੂ ਧੇਨ ਕੇ ਚਰਈਆ ਕਿਤੇ ਤੁਸੀਂ ਗਾਵਾਂ ਚਾਰਦੇ ਸੀ ਕਾਹੂ ਲਖਨ ਲਵਈਆ ਕਈ ਵਾਰੀ ਮੱਖਣ ਚੋਰੀ ਕਰਕੇ ਆਪਣੇ ਤੇ ਦੋਸ਼ ਲਵਾਨਾ ਪਿਆ ਕਾਹੂ ਲਖਨ ਲਵਈਆ ਕਹਿੰਦੇ ਨੇ ਇਹ ਤੇਰੀ ਖੇਡ ਹੈ ਕਾਹੂ ਬੇਨ ਕੇ ਵਜਈਆ ਕਾਹੂ ਤੈਨ ਕੇ ਚਰਈਆ ਕਾਹੂ ਲਖਨ ਲਵਈਆ ਕਾਹੂ ਸੁੰਦਰ ਕਮਾਰ ਕੋ ਅੱਗੇ ਕਹਿੰਦੇ ਸੱਚੇ ਵੈਗਰੂ ਤੂੰ ਆਪ ਸ਼ੁੱਧ ਹੈ ਸ਼ੁੱਧਤਾ ਕੀ ਸ਼ਾਨ ਹੋ ਸੰਤਨ ਕੇ ਪ੍ਰਾਨ ਹੋ ਤੂੰ ਬੰਦਗੀ ਕਰਨ ਵਾਲਿਆਂ ਦੀ ਆਪਣੀ ਜ਼ਿੰਦਗੀਆਂ ਸ਼ੁੱਧ ਤਾਂ ਕਿਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਂ दान ਹੋ ਕੇ ਨਰਦੋਖੀ ਨਿਰੰਕਾਰ ਹੋ ਸਭ ਕੁਝ ਵਰਤਦਿਆਂ ਹੋਇਆ ਵੀ ਤੇਰੇ ਉੱਤੇ ਕੋਈ ਦੋਸ਼ ਨਹੀਂ ਲਾ ਸਕਦਾ ਕਿਉਂਕਿ ਤੂੰ ਪਾਕ ਬੈਬ ਹੈ ਤੂੰ ਪਵਿੱਤਰ ਹੈ ਤੇਰੇ ਤੇ ਕੋਈ ਅੈਬ ਨਹੀਂ ਮੈਂ ਫਿਰ ਉਹ ਸ਼ਬਦ ਵਲਾਂ ਮਹਾਰਾਜ ਕਹਿੰਦੇ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਨਾਚੰਤੀ ਗੋਪੀ ਜਨਾਂ ਅਗਲੀ ਗੱਲ ਧਿਆਨ ਨਾਲ ਸੁਣੀਓ ਮੈਂ ਕਿਉਂ ਪਰਮਾਨੰਦ ਨਈਆ ਤੇ ਬੈਰੇ ਕੰਨਾ ਨਈਆ ਦਾ ਅਰਥ ਨੋਕਾਂ ਨੇ ਨਈਆ ਦਾ ਅਰਥ ਤੇ ਨਾਇਕ ਆਗੂ ਜਿਹਨੂੰ ਕਿਹਾ ਨਾਇਕ ਖਸਮ ਹਮਾਰੇ ਪਰਮਾਤਮਾ ਕੀ ਇਸ ਤਰੀਕੀ ਮਰਦ ਮੇਰੇ ਵੈਗੁਰੂ ਤੂੰ ਨਾਇਕ ਬਣ ਕੇ ਸਭ ਵਿੱਚ ਆ ਵਰਤਣਾ ਪਿਆ ਕੋਈ ਤੇਰੇ ਤੋਂ ਵੱਖ ਨਹੀਂ ਅੱਗੇ ਭਗਤ ਨਾਮ ਦੀ ਵੀ ਕਹਿੰਦੇ ਨੇ ਤਰਕ ਨਾ ਚਾ ਰੱਬ ਦੇ ਕੀਤੇ ਤੇ ਤਰਕ ਨਾ ਕਰ ਭਰਮੀਆਂ ਚ ਆਪਣੇ ਅੰਦਰ ਦੇ ਭਰਮ ਦੇ ਪਰਦੇ ਚੁੱਕ ਤੈਨੂੰ ਸਮਝ ਨਹੀਂ ਪੈਂਦੀ ਪਈ ਤੇਰੀਆਂ ਅੱਖਾਂ ਅਗੇ ਪੜਦਾ ਅਗੇ ਤਰਕ ਨਾਚਾ ਭਰਮੀਆਂ ਚ ਕੇਸ਼ਵਾਂ ਬਚਾਉਣੀ ਐਈਏ ਮਈਏ ਇੱਕ ਆਨ ਜਿਓ ਬਸ ਐ ਸਮਝਿਓ ਐਈਏ ਮਈਏ ਦਾ ਅਰਥ ਹੁੰਦਾ ਹੈ ਮਰਦ ਤੇ ਇਸਤਰੀਆਂ ਬੀਬੀਆਂ ਤੇ ਬੰਦੇ ਭਗਤ ਨਾਮਦੇਵ ਕਹਿੰਦੇ ਤੂੰ ਕਿਉਂ ਨਹੀਂ ਸੁਣਦਾ ਪਿਆ ਧਿਆਨ ਨਾਲ ਮਰਦਾਂ ਵਿੱਚ ਤੇ ਇਸਤਰੀਆਂ ਵਿੱਚ ਜਦੋਂ ਕੋਈ ਬੋਲਦਾ ਮੇਰੇ ਕੇਸ਼ਵ ਦੇ ਬੋਲ ਹੀ ਨਿਕਲਦੇ ਪੈਣੇ ਗੁਰੂ ਸਾਹਿਬ ਕਿੰਨੇ ਨੂੰ ਆਪਣੇ ਆਪ ਨੂੰ ਸਾਚਿਆ ਫਿਰ ਉਹਦੇ ਚੋਂ ਨਾਮ ਪੈਦਾ ਕੀਤਾ ਨਾਮ ਇੱਕ ਸ਼ਕਤੀ ਹੈ ਫਿਰ ਮੈਂ ਬੇਨਤੀ ਕਰਾਂਗਾ ਨਾਮ ਨਾਲ ਜੁੜੋਗੇ ਤੇ ਨਾਮੀ ਵਿੱਚ ਸਮਾਓਗੇ ਹੁਕਮ ਨਾਲ ਜੁੜੋਗੇ ਤੇ ਹੁਕਮੀ ਵਿੱਚ ਅਪੇਧ ਹੋਗੇ ਕੁਦਰਤ ਵਿੱਚੋਂ ਕਾਦਰ ਦੀ ਝਲਕ ਦੇਖੋਗੇ ਇੱਕ ਦਿਨ ਕਰਤੇ ਨਾਲ ਜੁੜ ਜਾਓਗੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਦੂਸਰਾ ਆ ਮਾਇਆ ਸ੍ਰੀ ਦਿੱਤੀ ਕਰ ਆਸਨ ਦਿੱਠੋ ਚਾ ਉਹ ਚਾ ਨਾਲ ਜੀ ਸਾਰੀਆਂ ਥਾਵਾਂ ਤੇ ਬਹਿ ਗਿਆ ਬਸ ਆ ਹੀ ਕਿਰਪਾ ਕੀਤੀ ਉਸ ਮਾਲਕ ਨੇ ਮੈਂ ਕਈ ਵਾਰੀ ਬੇਨਤੀ ਕਰਨਾ ਇੱਕ ਰਾਜ ਮਿਸਤਰੀ ਕੋਠੀ ਮਕਾਨ ਬਣਾਉਂਦਾ ਹੈ ਬੰਗਲਾ ਬਣਾਉਂਦਾ ਤੇ ਜਦੋਂ ਬਣ ਜਾਂਦਾ ਉਹਨੂੰ ਕਦੀ ਰਹਿਣ ਦੇਨੇ ਆਪਾਂ ਅਸੀਂ ਕਈ ਵਾਰੀ ਕਹਿੰਦੇ ਹਾਂ ਮਿਸਤਰੀ ਪਤਾ ਨਹੀਂ ਕਦੋਂ ਨਿਕਲਣਗੇ ਉਹਨ ਘਰ ਚੋਂ ਦੁਖੀ ਹੋ ਜਾਂਦੇ ਜਿਨਨੇ ਬਣਾਇਆ ਉਹਨੂੰ ਵਿਦਿਆ ਕਰਨੇ ਪਏ ਖੜਾ ਛੱਡ ਸਾਡਾ ਹੁਣ ਜਾਣਾ ਹੈ ਕਿ ਨਹੀਂ ਤੂੰ ਲੋਕੀ ਗੁੱਸੇ ਹੁੰਦੇ ਆ ਅਸੀਂ ਮਕਾਨ ਬਣਾਨੇ ਆ ਰਾਜ ਮਿਸਤਰੀ ਵਿਦਿਆ ਕਰਨੇ ਆ ਪਰ ਚੇਤੇ ਰੱਖਿਓ ਜਿਹੜਾ ਰੱਬ ਨੇ ਮਕਾਨ ਬਣਾਇਆ ਉਹਨੂੰ ਵਿਦਿਆ ਕੋਈ ਨਹੀਂ ਕਰ ਸਕਦੇ ਉਹ ਮਕਾਨ ਬਣਾ ਕੇ ਹਰ ਮਕਾਨ ਵਿੱਚ ਆਪ ਬੈਠਾ ਹੈ ਇੱਕ ਇੱਕ ਮੰਨ ਲੋ ਘੜਾ ਬਣ ਗਿਆ ਮਿੱਟੀ ਦਾ ਮਿੱਟੀ ਲਿਆਂਦੀ কুমਾਰ ਨੇ ਘੜਾ ਬਣਾ ਦਿੱਤਾ ਘੜਾ ਬਾਜ਼ਾਰ ਚ ਵੇਚ ਗਿਆ ਦੀ ਘੜਿਆਂ ਵਿੱਚ কুমਭਾਰ ਬੈਠਾ ਜਾਂਦਾ ਦੇਖੇ ਨਹੀਂ ਨਹੀਂ ਘੜੇ ਵਿੱਚ কুমਭਾਰ ਨਹੀਂ ਜਾਂਦਾ ਬਣਾਉਣ ਵਾਲਾ ਕਿਤੇ ਬਣਾਈ ਕੋਈ ਚੀਜ਼ ਕਿਤੇ ਕਈ ਵਾਰੀ ਬਣਾਉਣ ਵਾਲਾ ਮਰ ਜਾਂਦਾ ਬਣੀ ਹੋਈ ਚੀਜ਼ ਪਈ ਰਹਿੰਦੀ ਹੈ ਮੇਰੇ ਵਹਿਗੁਰੂ ਜੀ ਐਸੇ ਸਿਰਜਣ ਕਰਤਾ ਨਹੀਂ ਕਿ ਕਿਰਤ ਤੋਂ ਵੱਖਰੇ ਹੋ ਗਿਆ ਪਿਆਰਿਓ ਕਰਤਾ ਕਿਰਤ ਦੇ ਵਿੱਚ ਸਮਾ ਗਿਆ ਐਸੇ ਕਰਕੇ ਮੇਰੇ ਗੁਰੂ ਨੇ ਨਹੀਂ ਕਿਹਾ ਰੱਬ ਸਤਵੇਂ ਲੋਕ ਚ ਬੈਠਾ ਹੈ ਗੁਰੂ ਨੇ ਕਿਹਾ ਪਰੀਪੂਰਨ ਪਰਮਾਤਮਾ ਨੇ ਇਹ ਸਭ ਕੁਝ ਸਿਰਜਿਆ ਹੈ ਉਹ ਅਨੇਕਾਂ ਤਰੀਕਿਆਂ ਨਾਲ ਇਹਦੇ ਵਿੱਚ ਵਸਿਆ ਹੋਇਆ ਹੈ ਤਾਂ ਹੀ ਸਤਿਗੁਰੂ ਦੇ ਅੰਮ੍ਰਿਤ ਵਚਨ ਅਸੀਂ ਪੜਨੇ ਜਲ-ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਅਨਕ ਭਾਂਤਾਂ ਨੂੰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ ਸਤਿਗੁਰੂ ਨੇ ਵਚਨ ਕੀਤੇ ਕਹਿਣ ਲੱਗੇ ਕੋ ਕਹਿ ਤੋ ਸਾ ਬਾਰ-ਬਾਰ ਕੋ ਕਹਿ ਤੋ ਸਾ ਮਈਓ ਬਰਨ ਦੀਸੈ ਚਿੰਨੀ ਲਿਖੀਐ ਸੁਹਾਗਨ ਸਾਤ ਬੁਝਾਈਓ ਮੇਰੀਏ ਭੈਣੇ ਮੈਨੂੰ ਦੱਸ ਕੋਈ ਕਹਿੰਦਾ ਰੱਬ ਅੰਦਰ ਰਹਿੰਦਾ ਕੋਈ ਕਹਿੰਦਾ ਮੂਰਤੀ ਚ ਰਹਿੰਦਾ ਕੋਈ ਕਹਿੰਦਾ ਮੱਕੇ ਚ ਰਹਿੰਦਾ ਕੋਈ ਕਹਿੰਦਾ ਭੀਸ਼ਤ ਚ ਰਹਿੰਦਾ ਮੈਨੂੰ ਇਹ ਦੱਸ ਮੇਰੀਏ ਭੈਣੇ ਤੇਰੀ ਸਾਂਝ ਬਣ ਗਈ ਵੈਗੁਰੂ ਜੀ ਕਿੱਥੇ ਰਹਿੰਦੇ ਅਗੋ ਉੱਤਰ ਬੜਾ ਸੋਣਾ ਦਿੱਤਾ ਉਹ ਫੇ ਸ਼ਬਦ ਉਹ ਮੈਂ ਪੜ ਦਨਾ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਮਈਓ ਬਰ ਨਾ ਦਿਸੈ ਉਹਦਾ ਤਾਂ ਰੰਗ ਕੋਈ ਨਹੀਂ ਦਿਸਦਾ ਪਿਆ ਚੇ ਨਾ ਲਖੀਐ ਸੁਹਾਗਨ ਸਾਤ ਬੁਝਾਈਓ ਮੈਨੂੰ ਸਤ ਦਸ ਅਗੋ ਫਿਰ ਗੁਰੂ ਨਾਨਕ ਦੀ ਜੋਤ ਬੋਲਦੀਏ ਭੈਣੇ ਘਟ ਘਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲਪਈਓ ਨਾਨਕ ਕਹਿਤ ਸੁਨੋ ਰੇ ਲੋਗਾ ਸਤਵੇਂ ਆਕਾਸ਼ ਤੇ ਨਹੀਂ ਸੰਤ ਰਸਨ ਕੋ ਬਸਾਈਓ ਕਿੱਥੇ ਬਸਦਾ ਉਹਨੇ ਸਿਰ ਜੇ ਤੁਹਾਡੇ ਮੇਰੇ ਚ ਹੁਣ ਸਮੱਸਿਆ ਇਹ ਖੜੀ ਹੋਈ ਵੀ ਸਾਨੂੰ ਕਿਉਂ ਨਹੀਂ ਦਿਸਦਾ ਪਿਆ ਅੰਦਰ ਖੈ ਪਰ ਆਹ ਜਿਹੜੇ ਰੱਬ ਨੇ ਗਿਆਨ ਇੰਦਰੀ ਦਿੱਤੇ ਬੜੇ ਚੰਗੇ ਸਨ ਪਰ ਜਿੰਨਾ ਇਹਨਾਂ ਅਗਿਆਨੀ ਬਣਾ ਦਿੱਤਾ ਇਹਨਾਂ ਕਿਸੇ ਨੇ ਬਣਾਇਆ ਗਿਆਨ ਇੰਦਰੀ ਦਾ ਮਤਲਬ ਸੀ ਗਿਆਨ ਲੈਣਾ ਪਰ ਜਦੋਂ ਦਰਵਾਜ਼ੇ ਵਿੱਚੋਂ ਧੁੱਪ ਆਉਣ ਦੀ ਥਾਂ ਤੇ ਖਨੇਰੀ ਦਾ ਕੂੜਾ ਆਉਣ ਲੱਗ ਪਵੇ ਦਰਵਾਜ਼ਾ ਵੀ ਦੁਖਦਾਈ ਹੋ ਜਾਂਦਾ ਹੈ ਤੇ ਜਦੋਂ ਗਿਆਨ ਦੇ ਇੰਦਰੀਆਂ ਵਿੱਚੋਂ ਅਗਿਆਨਤਾ ਦੀ ਖਨੇਰੀ ਆਉਣ ਲੱਗ ਪਵੇ ਤੇ ਅੰਦਰ ਵੀ ਕਾਲਾ ਹੋ ਜਾਂਦਾ ਹੈ ਉਹ ਖੈ ਸਭ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਆਸਨ 디ઠੋ ਚਾ ਉਹ ਬਹਿ ਗਿਆ ਜੀ ਚਾ ਨਾਲ ਸ਼ਾਇਦ ਇਹ ਕਾਰਨ ਜਦੋਂ ਕਿਸੇ ਨੂੰ ਉਹਦੀ ਝਲਕ ਮਿਲਦੀ ਏ ਇਹ ਕਾਰਨ ਕਿ ਆਤਮਿਕ ਜੀਵਨ ਚ ਗੁਰਦੁਆਰੇ ਚ ਬੈਠੇ ਸਾਰਿਆਂ ਬੰਦਿਆਂ ਦਾ ਅੰਦਰ ਦਾ ਪੱਦਰ ਲੈਵਲ ਇੱਕੋ ਜਿਹਾ ਨਹੀਂ ਫਿਰ ਬੇਨਤੀ ਕਰਾਂਗਾ ਉਹ ਸਭ ਚ ਬੈਠਾ ਹੈ ਇਸੇ ਕਰਕੇ ਗੁਰਮਤ ਨੂੰ ਸਮਝੋ ਗਾਹੇ ਸੂਫੀ ਗਾਹ ਜ਼ਾਹਿਦ ਗਾਹ ਕਲੰਦਰ ਮੇਂ ਸ਼ਬਦ ਰੰਗ ਹੈ ਮੁਖਤਲਬ ਦਰਦ ਬੁੱਤੇ ਆਯਾਰ ਮਾਂ ਕਿਤੇ ਸ਼ਰਈ ਬਣ ਕੇ ਬਾਂਗਾ ਦਿੰਨੇ ਕਿਤੇ ਕਲੰਦਰ ਬਣ ਕੇ ਮਸਤਾਨਾ ਬਣ ਕੇ ਨੱਚ ਰਿਐ ਸਤਿਗੁਰੂ ਕਹਿੰਦੇ ਨੇ ਸਾਰੀਆਂ ਥਾਵਾਂ ਤੇ ਆਸਨ ਕਰਕੇ ਬੈਠ ਕੇ ਸਭ ਥਾਵਾਂ ਤੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਹਨੇ ਨਾਮ ਆਪਣੇ ਚੁਪੈਦਾ ਕੀਤਾ ਨਾਮ ਦੀ એનਰਜੀ ਚਿੱਤੇ ਰੱਖਿਓ ਜਿੱਦਨ ਦੁਨੀਆ ਚ ਨਾਮ ਖਤਮ ਹੋ ਜਾਏਗਾ ਦੁਨੀਆ ਖਤਮ ਹੋ ਜਾਏਗੀ ਨਾਮ ਅਦ੍ਰਿਸ਼ਟਿਕ ਸ਼ਕਤੀ ਜਿਹੜੀ ਵਰਤ ਰਹੀ ਪਰ ਜਿੱਥੇ ਪ੍ਰਗਟ ਹੋ ਜਾਂਦੀ ਉੱਥੇ ਧੰਧਨ ਹੋ ਜਾਂਦੀ ਗੁਰੂ ਨੇ ਪ੍ਰਗਟ ਕਰਨਾ ਹੈ ਸਿੱਖ ਨੂੰ ਕਿਹਾ ਤੂੰ ਆ ਜਪ ਤੂੰ ਕਈ ਜਨਮਾਂ ਦਾ ਡੁੱਬਿਆ ਪਿਆ ਗਿਆਨਤਾ ਚ ਤੂੰ ਜਪੇਗਾ ਤੇਰੇ ਅੰਦਰ ਉਹ ਸ਼ਕਤੀ ਪ੍ਰਗਟ ਹੋਵੇਗੀ ਜਿਹੜੀ ਤੇਰੇ ਕਣ ਕਣ ਵਿੱਚ ਰੋਮ ਰੋਮ ਵਿੱਚ ਸਮਾਈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਜੋ ਅਗਲੀ ਗੱਲ ਦਾਤਾ ਕਰਤਾ ਆਪ ਤੂੰ ਇੱਥੇ ਸਤਿਗੁਰੂ ਨੇ ਕਰਤਾ ਸ਼ਬਦ ਨਹੀਂ ਪਹਿਲਾਂ ਵਰਤਿਆ ਕਰਤਾ ਦਾਤਾ ਨਹੀਂ ਕਿਹਾ ਇੱਥੇ ਸਤਿਗੁਰਾਂ ਨੇ ਦਾਤਾ ਕਰਤਾ ਕਿਹਾ ਕਰਤੇ ਦਾ ਅਰਥ ਕ੍ਰੀਏਟਰ ਬਣਾਉਣ ਵਾਲਾ ਕਿਰਤ ਕਰਨ ਵਾਲਾ ਇਸ ਤਰ੍ਹਾਂ ਨਾ ਕਰਤੇ ਦਾ ਅਰਥ ਤੇ ਦਾਤੇ ਦਾ ਅਰਥ ਦੇਣ ਵਾਲਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਆਸਾਂ ਕੀ ਵਾਰ ਨੂੰ ਸਮਝ ਮੇਰਾ ਵਹਿਗੁਰੂ ਸੋਦਾ ਪ੍ਰੇਮ ਨਿਰਾਂ ਪ੍ਰੇਮ ਸਰੂਪ ਕਿਵੇਂ ਜੀ ਕਹਿਣ ਲੱਗਿਓ ਕਰਤਾ ਬਾਦ ਵਿੱਚ ਬਣਿਆ ਪਹਿਲਾ ਦਾਤਾ ਬਣਿਆ ਜੋ ਕੁਝ ਉਹਨੇ ਪੈਦਾ ਕੀਤਾ ਪਹਿਲਾਂ ਉਹਦੀ ਦਾਤਾਂ ਪੈਦਾ ਕਰ ਦਿੱਤੀਆਂ ਉਹ ਦਾਤਾ ਪਹਿਲਾ ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ ਪ੍ਰਥਮ ਹੈ ਮੱਖਣ ਪਾਛੈ ਦੁੱਧ ਮੈਲੂ ਕੀਨੋ ਸਾਬਣ ਸੂਧ ਅਜੇ ਬੱਚੇ ਦਾ ਜਨਮ 2 ਮਹੀਨੇ ਮਹੀਨੇ ਡੇਢ ਬਾਅਦ ਹੋਣਾ ਤੇ ਮਾਂ ਦੇ سینੇ ਵਿੱਚ ਉਹਨੇ ਮੱਖਣ ਪਹਿਲਾਂ ਹੀ ਸਟੋਰ ਕਰ ਦਿੱਤਾ ਮੱਖਣ ਜਮਾ ਦਿੱਤਾ ਨਾ ਪ੍ਰਥਮ ਮੱਖਣ ਕਿਉਂਕਿ ਉਹ ਦਾਤਾ ਹੈ ਉਹ ਰਜ਼ਕ ਦੀ ਪਹਿਲਾ ਪਦੈਸ਼ ਤੋਂ ਪਹਿਲਾਂ ਰਜ਼ਕ ਬਣਾ ਰਿਹਾ ਉਹ ਮੱਖਣ ਮਾਂ ਦੇ ਸੀਨੇ ਜਮਿਆ ਇਸ ਕਰਕੇ ਕਿ ਮੇਰੀ ਅੰਸ਼ ਸਰੀਰ ਲੈ ਕੇ ਆਉਂਦੀ ਪਈਏ ਇਹਨੂੰ ਆਉਂਦਿਆਂ ਸਾਰ ਕੋਈ ਤਰੱਦ ਨਾ ਕਰਨਾ ਪਵੇ ਜਿਸ ਮਾਂ ਦੀ ਕੋਕਚ ਜਮਿਆ ਉਹਦੇ ਸੀਨੇ ਨਾਲ ਲੱਗੇ ਜਿਹੜਾ ਸਟੋਰ ਕੀਤਾ ਉਹਨੂੰ ਮੈਂ ਮਲਟ ਕਰਕੇ ਪਿਘਲਾ ਕੇ ਦੇ ਲਈ ਦੁੱਧ ਬਣਾ ਦੇਵਾਂਗਾ ਇਹਨੂੰ ਗੁਰੂ ਨੇ ਬਾਣੀ ਚ ਕਿਹਾ ਪਹਿਲੋਂ ਦੇਤਾ ਹੈ ਰਜ਼ਕ ਸਮਾ ਪਿਛੋਂ ਦੇਤਾ ਜੰਤੂ ਪਾ ਉਹ ਦਾਤਾ ਹੈ ਸਭ ਨੂੰ ਦਿੰਦਾ ਹੈ ਫਿਰ ਸ਼ਬਦ ਵਰਤਿਆ ਕਰਤਾ ਉਹ ਸ਼ਬਦ ਦਾ ਕਰਤਾ ਵੀ ਹੈ ਗੁਰੂ ਸਾਹਿਬ ਕਹਿੰਦੇ ਸੋਦੇ ਪ੍ਰੇਮ ਦੀ ਨਿਸ਼ਾਨੀ ਦਾਤਾ ਕਰਤਾ ਆਪ ਤੂੰ ਹੈ ਮੇਰੇ ਪਾਰ ਬ੍ਰਹਮ ਪਰਮੇਸ਼ਰ ਤੂੰ ਆਪ ਹੀ ਦਾਤਾ ਹੈ ਆਪ ਹੀ ਕਰਤਾ ਹੈ ਤੁਸ ਦੇਵ ਹੈ ਤੋ ਸਦਾ ਅਰਥੇ ਤਰੁੱਟ ਕੇ ਨਰਾਜਗੀ ਨਾਲ ਨਹੀਂ ਤੁਸ ਦੇਵਾਂ ਤੂੰ ਖੁਸ਼ ਹੋ ਕੇ ਤਰੁੱਟ ਕੇ ਪ੍ਰਸੰਨ ਹੋ ਕੇ ਦੇਨ ਤੁਸ ਦੇਵਾਂ ਕਰਹਿ ਪਸਾਓ ਇਥੇ ਪਸਾਓ ਦਾ ਅਰਥ ਪਸਾਰਾ ਨਹੀਂ ਕਰਨਾ ਇਥੇ ਪਸਾਓ ਦਾ ਅਰਥ ਪ੍ਰਸਾਦ ਕਿਰਪਾ ਮੈਨੂੰ ਇੱਕ ਗੱਲ ਦੱਸੋ ਆਪਾਂ ਬੈਠੇ ਆ ਮਾਂ ਦਾ ਦੁੱਧ ਜਿਹੜਾ ਪੀਤਾ ਰੱਬ ਨੂੰ ਪੈਸੇ ਦੇ ਕੇ ਆਏ ਆ ਕੋਈ ਜਿਹੜੀ ਹਵਾ ਚ ਸੀ ਮੈਂ ਸਵਾਸ ਲੈ ਰਹੇ ਆ ਇਸ ਹਵਾ ਦੇ ਪੈਸੇ ਰੱਬ ਨੇ ਪਹਿਲਾਂ ਕਿਹਾ ਵੀ ਜਮ੍ਹਾਂ ਕਰਾ ਤਾਂ ਮੈਂ 사 ਦੇ ਆਗਾ ਤੈਨੂੰ ਅੱਜ ਹਸਪੀਟਲ 'ਚ ਬੰਦਾ ਮਰੀਜ਼ ਦਾ ਸਾਵਾ ਦੀ ਨਾਲੀ ਚਲਣੀ ਹੈ ਨਾ ਪਹਿਲੇ ਕਹਿੰਦੇ ਨੇ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਫਿਰ ਐਡਮਿਟ ਕਰਾਂਗੇ ਰੱਬ ਨੇ ਨਹੀਂ ਕਿਹਾ ਵੀ ਇੰਨੇ ਪੈਸੇ ਦੇਦਾ ਮੈਂ ਤੈਨੂੰ ਜਨਮ ਦੇਣ ਲੱਗਾ ਤੈਨੂੰ ਸਵਾਸ ਦੇਣੇ ਨੇ ਤੈਨੂੰ ਪਾਣੀ ਦੇਣਾ ਤੈਨੂੰ ਨਾ ਉਹਨੇ ਕਹਿੰਦਾ ਨਹੀਂ ਨਹੀਂ ਕਿਉਂਕਿ ਉਹ ਦਾਤਾ ਤਰੁੱਟ ਕੇ ਦਿੰਦਾ ਦਾਤਾ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸੌ ਕਰਹਿ ਕਰੇ ਨੀ ਪਾਠ ਕਰਨਾ ਤੁਸ ਦੇਵਹਿ ਕਰਹਿ ਪਸੌ ਤਰੁੱਟ ਕੇ ਤੁਸ ਕੇ ਖੁਸ਼ ਹੋ ਕੇ ਤੁਸੀਂ ਫਿਰ ਆਪਣਾ ਪ੍ਰਸਾਦ ਦਿੰਦੇ ਹੋ ਕਿਉਂਕਿ ਇੱਥੇ ਸ਼ਬਦ ਪ੍ਰਸਾਦ ਦੇ ਮੈਂ ਅਰਥ ਕਰਾਂਗਾ ਕਿ ਪ੍ਰਸਾਦ ਦਾ ਅਰਥ ਇਹ ਵੇ ਕਿ ਅਗਲੇ ਦੇ ਪੱਲੇ ਕੁਝ ਵੀ ਦੇਣ ਨੂੰ ਨਾ ਹੋਵੇ ਪ੍ਰਸਾਦ ਉਸ ਨੂੰ ਵੀ ਮਿਲ ਜਾਂਦਾ ਹੈ ਮੈਂ ਆ ਵਪਾਰ ਵਾਲੇ ਪ੍ਰਸਾਦ ਦੀ ਗੱਲ ਨਹੀਂ ਕਰਾਂਗਾ ਮੰਨ ਲਓ ਅਸੀਂ ਸੰਗਤ ਚਾਹੇ ਹਾਂ ਕਿਸੇ ਨੇ ਪੁੱਛਣਾ ਤੁਸੀਂ ਕੋਈ ਮਾਇਆ ਧਰਮ ਸਥਾਨ ਨੂੰ ਦਿੱਤੀ ਜਾਂ ਕੁਝ ਆਪਣੇ ਵੱਲੋਂ ਸੇਵਾ ਕੀਤੀ ਕੁਝ ਵੀ ਨਾ ਕਰੋ ਮੱਥਾ ਟੇਕ ਕੇ ਪਿੱਛੇ ਬੈਠ ਜਾਓ ਜਦੋਂ ਪ੍ਰਸ਼ਾਦ ਵਰਤਾਇਆ ਜਾਏਗਾ ਉਦੋਂ ਕੋਈ ਪੈਮਾਨਾ ਨਹੀਂ ਹੁੰਦਾ ਵੀ ਕਿੰਨੂੰ ਕਿੰਨਾ ਦੇਣਾ ਨਹੀਂ ਪ੍ਰਸ਼ਾਦ ਦਾ ਅਰਥ ਜਿਹੜਾ ਤਰੁੱਠ ਕੇ ਦਿੱਤਾ ਜਾਂਦਾ ਮੈਂ ਤਾਂ ਹੀ ਕਹਿਣਾ ਹੁੰਨਾ ਪ੍ਰਸ਼ਾਦ ਰੁਪਈਆਂ ਨਾਲ ਨਹੀਂ ਮਿਲਦਾ ਪ੍ਰਸ਼ਾਦ ਤੇ ਪ੍ਰਸ਼ਾਦ ਦੋਨੇ ਨਾ ਬੁੱਕ ਬਣਾਉਣ ਦੀ ਜਾਂਚ ਆ ਜਾਏ ਤੇ ਪ੍ਰਸ਼ਾਦ ਮਿਲ ਜਾਂਦਾ ਹੈ ਅੰਦਰ ਭਾਵਨਾ ਦੀ ਬੁੱਕ ਬਣਾਉਣ ਦੀ ਜਾਂਚ ਆ ਜਾਏ ਤੇ ਰੱਬ ਦਾ ਪ੍ਰਸ਼ਾਦ ਮਿਲ ਜਾਂਦਾ ਹੈ ਕਿਰਪਾ ਮਿਲਦੀ ਹੈ ਉਹ ਦਾਤਾ ਸਿਓ ਨੇ ਸਭ ਕੁਝ ਬਣਾਇਆ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਤਰੁਟ ਰੁਟ ਕੇ ਦਾਤਾ ਦਿੱਤੀਆਂ ਤਰੁਟ ਰੁਟ ਕੇ ਸਭ ਜਿਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨੁਪੋਗਾਣੀ ਤੁਤ ਕੇ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਂਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਓ ਦਰਸ਼ ਕਰ ਕਰਕੇ ਦਾਤਾਂ ਦਿੱਤੀਆਂ ਸਤਿਗੁਰੂ ਕਹਿੰਦੇ ਨੇ ਦਾਤਾਂ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਉ ਤੂੰ ਜਾਣ ਹੋਈ ਜਾਣ ਹੋਈ ਜਾਣਨ ਵਾਲਾ ਸਭ ਸਹਿ ਕੋਈ ਤੇਰੇ ਤਲੁਕਿਆ ਨਹੀਂ ਤੇਰੇ ਬਣਾਏ ਨੇ ਤੂੰ ਸਭ ਚ ਵਰਤ ਰਿਆ ਤੂੰ ਜਾਣ ਹੋਈ ਸਭ ਸਹਿ ਅੱਗੇ ਮਹਾਰਜ ਕਹਿੰਦੇ ਦੇ ਲੈਸੈ ਤੂੰ ਸਭ ਨੂੰ ਜਾਣਨਾ ਚੰਗੇ ਮੰਦੇ ਮਾੜੇ ਮੂਰਖ ਸਭ ਨੂੰ ਜਾਣਨਾ ਐਵੇਂ ਬੰਦਾ ਹੌਮੇ ਚ ਪੜਦਾ ਪਾ ਕੇ ਬੈਠਾ ਲੁਕੀ ਬੈਠਾ ਨਾ ਮੈਂ ਅੱਗੇ ਕਹਿਆ ਰੋਸ਼ਨ ਸਿੰਘ ਵਿਚਾਰਾ ਲੁਕਾਈ ਬੈਠਾ ਸੀ ਕਬਤਾ ਬੰਦਾ ਲੁਕਾਈ ਬੈਠਾ ਸਤਗੁਰੂ ਕਹਿੰਦੇ ਨੇ ਤੂੰ ਐਸ ਜਨਮ ਦੀ ਗੱਲ ਕਰਨੇ ਤੇ ਇਹ ਭੁਲੇਖਾ ਹੀ ਜੇ ਆ ਕਈ ਵਾਰੀ ਕਹਿੰਦੇ ਨੇ ਜੀ ਪਹਿਲਾਂ ਸੀ ਨਾ ਵੀ ਬਾਹਰ ਦੇ ਚਾਨਣ ਨਾਲ ਹੀ ਸਭ ਕੋਈ ਦੇਖਦਾ ਬੰਦੇ ਦਾ ਚਿਹਰਾ ਨਹੀਂ ਹੁਣ ਤਾਂ ਸਾਇੰਸ ਨੇ ਬੜੀ ਤਰੱਕੀ ਕਰ ਲਈ ਉਹਨੇ ਅੰਦਰ ਵੀ ਮਸ਼ੀਨਾਂ ਪਾ ਕੇ ਦੱਸ ਦਿੱਤਾ ਤੇਰੇ ਅੰਦਰ ਕੀ ਕੁਝ ਹੈ ਫਰਕ ਇਹ ਨਾ আল্ট্রা সাউন্ড এক্সরে 아 ਜਿੰਨੀਆਂ ਵੀ ਮਸ਼ੀਨਾਂ ਨੇ ਨਾ ਐਮ ਆਰ ਆਈ ਚ ਉੱਕਜ ਹੋ ਰਿਹਾ ਐ ਇਹ ਸਿਰਫ ਬਾਡੀ ਦੇ ਵਿੱਚ ਜੋ ਤੱਥ ਮੌਜੂਦ ਨੇ ਉਹ ਹੀ ਦੇਖ ਸਕਦੀਆਂ ਨੇ ਪਰ ਮੇਰੇ ਵਹਿਗੁਰੂ ਜੀ ਦੀ ਇਹੋ ਜੀ ਲਾਈਟ ਹੈ ਪਿਆਰਿਓ ਜਿਹੜੇ ਸਾਡੇ ਅੰਦਰ ਦੇ ਫੁਰਨੇ ਸਾਰੇ ਵੇਖਦਾ ਪਿਆ ਇਹ ਬੰਦਾ ਕੀ ਕਰਦਾ ਪਿਆ ਉਹਦੀ ਲਾਈਟ ਸਾਹਮਣੇ ਕਿਨੇ ਟਿਕ ਸਕਣ ਉਹ ਸਭ ਦਾ ਜਾਣਕਾਰ ਚੰਗੇ ਮੰਦੇ ਸਭ ਕੋ ਪਰ ਇੱਕ ਕਮਾਲ ਦੀ ਗੱਲ ਜੀ ਮੈਂ ਕਹਿੰਨਾ ਇੰਨਾ ਕਿਰਪਾਲੂ ਇਹ ਵੇ ਉਹ ਪਿਓ ਦੇ ਬਾਰੇ ਜਾਣਦਾ ਪੁੱਤਰ ਬਾਰੇ ਜਾਣਦਾ ਮਾਂ ਬਾਰੇ ਜਾਣਦਾ ਪਤਨੀ ਬਾਰੇ ਜਾਣਦਾ ਪਰ ਸਭ ਕੁਝ ਜਾਣਨ ਦੇ ਬਾਅਦ ਜਦੋਂ ਮੱਥਾ ਟੇਕਣ ਆਉਂਦੇ ਇੱਕ ਦੀ ਗੱਲ ਦੂਜੇ ਨੂੰ ਨਹੀਂ ਦੱਸਦਾ ਵੀ ਇੰਨਾ ਭੜਾ ਈ ਤੇਰਾ ਘਰ ਵਾਲਾ ਇੰਨਾ ਭੜਾ ਈ ਤੇਰਾ ਪੁੱਤਰ ਕਿਉਂਕਿ ਉਹਦਾ ਪਤਾ ਮੈਂ ਬਣਾਏ ਨੇ ਨਾ ਆਪਣੇ ਆ ਦੀ ਮੈਂ ਨਿੰਦਿਆ ਕਿਉਂ ਕਰਾਂਗਾ ਬੜੇ ਦਿਆਲੂ ਨੇ ਵਾਹਿਗੁਰੂ ਚ ਤੂੰ ਜਾਣੋਈ ਸਭ ਸਭ ਨੂੰ ਜਾਣਨਾ ਪਿਆ ਦੇ ਦੇ ਦਿੱਤੀ ਜਿੰਦ ਜ਼ਿੰਦਗੀ ਦੇ ਦਿੱਤੀ ਲੈਸਾਂ ਫਿਰ ਲੈ ਲੇਗਾ ਵੀ ਚਲੋ ਵੀ ਹੁਣ ਚਲੀਏ ਦੇ ਲੈਸਾਂ ਜਿੰਦ ਕਵਾਉ ਮੈਂ ਬੇਨਤੀ ਕਰ ਰਹੇ تھے ਗੁਰਮਖਾਂ ਕੁਝ ਨੇ ਕਵਾਉ ਦੇ ਅਰਥ ਕੀਤੇ ਨੇ ਪੋਸ਼ਾਕ ਸ਼ਰੀਰੂਪੀ ਪੋਸ਼ਾਕ ਲੈ ਲੈਣਾ ਫਿਰ ਦੇ ਦੇਣਾ ਨਹੀਂ ਕਵਾਉ ਦਰ ਤੇ ਹੁਕਮ ਉਹ ਆਪਣੇ ਹੁਕਮ ਚ ਜਿਨਨੇ ਸਭ ਕੁਝ ਸਜਿਆ ਤੂੰ ਜਾਣੋਈ ਸਭ ਸੈਂ ਦੇ ਲੈਸੈਂ ਜਿੰਦ ਕਵਾਓ ਆਪਣੇ ਹੁਕਮ ਚ ਜਿੰਦ ਟਿਕਾ ਦਿੱਤੀ ਆਪਣੇ ਹੁਕਮ ਚ ਕੱਢ ਲਈ ਹੁਕਮ ਤੋਂ ਬਿਨਾ ਤਾਂ ਕੋਈ ਖੈ ਹੀ ਨਹੀਂ ਫਿਰ ਬੇਨਤੀ ਸੁਣਿਓ ਆ ਜਿੰਨੇ ਅਸੀਂ ਬੈਠਿਆ ਜੇ ਆਪਣਾ ਵਸ ਹੋਵੇ ਕੋਈ ਮਰਨ ਨੂੰ ਤਿਆਰ ਹੈ ਅਸੀਂ ਤਾਂ ਇਨਸਾਨ ਆ ਇੰਨੇ ਸੁਖ ਭੋਗਨੇ ਪਏ ਆ 36 ਪ੍ਰਕਾਰ ਦੇ ਖਾਣੇ ਨੇ ਕੱਪੜੇ ਨੇ ਕਿੰਨੇ ਇੰਦਰੀਆਂ ਦੇ ਭੋਗ ਨੇ ਇੱਥੇ ਤਾਂ ਜਿਹੜਾ ਜ਼ਹਿਰੀਲਾ ਕੀੜਾ ਹੈ ਉਹਦਾ ਵੀ ਦਿਲ ਨਹੀਂ ਕਰਦਾ ਮਰਨ ਨੂੰ ਪਰ ਮੈਂ ਬੇਨਤੀ ਕਰਾਂ ਉਹ ਪਰਿਪੂਰਣ ਪਰਮਾਤਮਾ ਵੈਗੁਰੂ ਜੀ ਉਹ ਪਰਮੇਸ਼ਰ ਜੀ ਜਿਨ੍ਹਾਂ ਨੂੰ ਅਸੀਂ ਕਹ ਰਹੇ ਉਹ ਆਪਣੇ ਹੁਕਮ 'ਚ ਹੀ ਭੇਜਦਾ ਹੈ ਆਪਣੇ ਹੁਕਮ 'ਚ ਸੱਦ ਲੈਂਦਾ ਵੀ ਚੱਲ ਇੱਥੇ ਇੱਕ ਉਦਾਹਰਣ ਮੈਂ ਆਪ ਜੀ ਨੂੰ ਦੇ ਦਿੰਨਾ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ 'ਚ ਨਾ ਇੱਕ ਬਚਨ ਹੈ ਇਹ ਸੰਵਾਦ ਕਹੇ ਜੀ ਗੱਲ ਬਾਤ ਹੈ ਆਤਮਾ ਦੀ ਤੇ ਸ਼ਰੀਰ ਦੀ ਕਾਇਆ ਦੀ ਤੇ ਸੋਲ ਦੀ ਕਾਇਆ ਬੜੀ ਵਿਚਾਰੀ ਉਹ ਸੀ ਵੀ ਮੈਨੂੰ ਕਿਸੇ ਤਰੀਕੇ ਦੇ ਨਾਲ ਮੈਂ ਸਦਾ ਰਹਾ ਬਾਡੀ ਦਾ ਦਿਲ ਨਹੀਂ ਕਰਦਾ ਮੈਂ ਛੇਤੀ ਖਤਮ ਹੋਵਾਂ ਪਰ ਦੋ ਕੇਸ ਚੀਜ਼ ਦਾ ਜਿਹਦੀ ਖਾਤਰ ਮਿਲੀ ਉਹਦਾ ਸਾਥ ਨਹੀਂ ਦਿੰਦੀ ਇਹ ਇਹਦੇ ਅੰਦਰ ਦੀ ਬੜੀ ਕਹਾਣੀ ਜੇ ਇਹਦੇ ਵਿੱਚ ਮਨ ਕੀ ਕਰਦਾ ਦੂਜੇ ਕੀ ਕਰਦੇ ਨੇ ਮਨ ਇੱਕ ਤਾਂ ਨਹੀਂ ਨਾ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਸੁਚੇਤ ਮਨ ਅਵਚੇਤ ਮਨ ਅਚੇਤ ਮਨ ਅਸੀਂ ਨਾਮ ਤਾਂ ਜਪਣਿਆ ਸਬ ਕੌਂਸ਼ੀਅਸ ਦਾ ਨਾਮ ਚਲਾ ਜਾਏ ਜਦੋਂ ਉੱਥੇ ਚਲਾ ਗਿਆ ਪਿਆਰਿਓ ਫਿਰ ਬੋਲਣ ਦੀ ਲੋੜ ਨਹੀਂ ਪੈਂਦੀ ਫਿਰ ਚੱਲਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਿਦ ਨੇ ਕਾਇਆ ਆਤਮਾ ਨੂੰ ਇੱਕ ਦਿਨ ਕਿਤੇ ਇਕੱਠੀ ਗੱਲਬਾਤ ਹੋ ਗਈ ਤੇ ਕਾਇਆ ਕਹਿੰਦੀ ਹੈ ਦੇਖ ਤੂੰ ਹੈ ਪਤੀ ਮੈਂ ਹਾਂ ਪਤਨੀ ਤੇਰੇ ਕਰਕੇ ਸਾਡੀ ਜਾਇਜਾ ਘਾਰੇ ਤੂੰ ਇੱਕ ਮੇਰੇ ਨਾਲ ਵਾਅਦਾ ਕਰ ਮੈਨੂੰ ਛੱਡ ਕੇ ਨਾ ਕਦੀ ਜਾਇਂ ਕਦੀ ਨਾ ਛੱਡੀ ਮੈਨੂੰ ਮੈਂ ਤਾਂ ਕਹਿ ਰਿਹਾ ਉਹਦੇ ਹੁਕਮ ਚ ਮਿਲਿਆ ਹੈ ਉਹਦੇ ਹੁਕਮ ਛੱਡ ਜਨਾ ਆ ਆ ਕੱਪੜਾ ਜਿਹੜਾ ਲਈ ਫਿਰਨੇ ਆ ਇਹ ਤਾਂ ਝੂਠ ਹੈ ਇਹਦੀ ਕੋਈ ਅਹਿਮਤ ਨਹੀਂ ਜੇ ਜੋਤ ਤੋਂ ਬਿਨਾ ਜੋਤ ਨਿਕਲ ਜਾਏ ਅੱਖਾਂ ਚੰਗੀਆਂ ਪਲੀਆਂ ਹੁੰਦੀਆਂ ਨੇ ਪਰ ਅੱਖਾਂ ਦੇਖਦੀਆਂ ਕਿਉਂ ਨਹੀਂ ਕੰਨ ਕਿਉਂ ਨਹੀਂ ਸੁਣਦੇ ਪਏ ਇਹ ਐਵੇਂ ਮਿੱਟੀ ਜੀ ਮਾਨ ਕਰੀ ਫਿਰਦੀ ਤੂੰ ਕਾਹੇ ਗਰਬ ਹੈ ਬਾਬਲੀ ਇਹ ਮਿੱਟੀਏ ਤੂੰ ਮਾਨ ਕਰਨੀ ਜਦੋਂ ਵਿੱਚੋਂ ਜੋਤ ਨਿਕਲ ਗਈ ਤੂੰ ਖਾਕ ਨੇ ਖਾਕ ਚ ਮਿਲ ਜਾਣਾ ਆਤਮਾ ਨੇ ਕਿਹਾ ਵੀ ਕਿਉਂ ਕਾਇਆ ਕਹਿੰਦੀ ਤੇਰੇ ਕਰਕੇ ਪੁੱਛ ਪੜਤਾਲ ਤੇਰੇ ਕਰਕੇ ਸਾਰਾ ਸਿਸਟਮ ਚੱਲ ਰਿਹਾ ਹੈ ਆਤਮਾ ਕਹਿੰਦਾ ਮੇਰੇ ਕਰਕੇ ਭੋਗ ਭੋਗੀ ਜਾ ਰਿਹਾ ਹੈ ਨਾ ਪਰ ਇੱਕ ਮੈਂ ਗੱਲ ਤੇਨੂੰ ਦੱਸਾਂ ਮੈਂ ਕਿਸੇ ਦੇ ਹੁਕਮ ਚ ਵੱਜਾਂ ਆ ਜਿੱਦਨ ਮੈਨੂੰ ਸੱਦਾ ਆ ਗਿਆ ਮੈਂ ਤੈਨੂੰ ਦੱਸਣਾ ਨਹੀਂ ਮੈਂ ਬਿਲਕੁਲ ਤੇਰੇ ਭੈਣਾ ਭਰਾਵਾਂ ਪੁੱਤਰਾਂ ਧੀਆਂ ਨੂੰ ਕੀ ਕੀ ਮੈਂ ਤਾਂ ਤੈਨੂੰ ਖੁਦ ਨਹੀਂ ਦੱਸਣਾ ਰਾਤ ਅਸੀਂ ਇਕੱਠੇ ਸੌਵਾਂਗੇ ਸਵੇਰੇ ਤੈਨੂੰ ਅਰਥੀ ਬਣਾ ਕੇ ਚੁਕਲ ਜਾਣਗੇ ਮੈਂ ਕਿਤੇ ਹੋਰ ਚਲਾ ਜਾਵਾਂਗਾ ਮੈਂ ਤੈਨੂੰ ਵੀ ਨਹੀਂ ਦੱਸਣਾ ਕਾਇਆ ਹੱਸ ਕੇ ਕਿੰਨੇ ਨਹੀਂ ਝੂਠ ਬੋਲਣਾ ਇੰਨੇ ਸਾਲ ਇਕੱਠੇ ਰਹਿ ਇਸ ਤਰ੍ਹਾਂ ਦਗਾ ਦੇਂਗਾ ਆਤਮਾ ਨੇ ਕਿਹਾ ਮੈਂ ਦਗਾ ਨਹੀਂ ਦਿੰਦਾ ਮੈਂ ਕਿਸੇ ਦੇ ਹੁਕਮ ਚਾਉਣਾ ਕਿਸੇ ਦੇ ਹੁਕਮ ਚਲਾ ਜਾਣਾ ਸੱਚ ਕਿਹਾ ਪਰ ਕਾਇਆ ਸਮਝੀ ਨਾ ਹੁਕਮ ਆਇਆ ਵਿਚੋਂ ਆਤਮਾ ਨਿਕਲ ਗਿਆ ਮਿੱਟੀ ਦੀ ਢੇਰੀ ਲੋਕ ਕੋਈ ਫੋਕਨ ਤੁਰ ਪੈ ਤੂੰ ਸਭ ਨੂੰ ਜਾਣਨਾ ਹੈ ਜਿੰਦ ਦੇਣਾ ਫਿਰ ਖੋ ਲੈਣਾ ਇਹ ਤੇਰੇ ਹੁਕਮ ਦੀ ਖੇਡ ਹੈ ਗਾਵੇ ਕੋ ਜੀ ਲੈ ਫਿਰ ਦੇ ਤੂੰ ਜਿੰਦ ਲੈਣਾ ਫਿਰ ਦੇ ਦੇਣਾ ਸਰੀਰ ਬਦਲੀ ਜਾਣ ਇਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਧੰ ਕਹੇ ਤੂੰ ਵਸ ਮੈਂ ਨਾਲੇ ਕਾਇਆ ਰੂਪੀ ਸਤਰੀ ਕਹਿੰਦੀ ਆਤਮਾ ਪਤੀ ਮੇਰੇ ਨਾਲ ਰਹੁ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖ ਵਾਸੀ ਬਾਲ ਗੋਪਾਲੇ ਤੁਝ ਬਿਨਾ ਤੁਜਾ ਬਿਨਾ ਕਿਤ ਕੀਨਾ ਲੇਖੇ ਬਚਨ ਦੇ ਛੋੜ ਨਾ ਜਾ ਸਕੈ ਅਗੋ ਆਤਮਾ ਕਹਿੰਦਾ ਪਿਰ ਕਹਾ ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਓਨੂੰ ਕਿਸੇ ਦਾ ਡਰ ਨਹੀਂ ਕਿਸੇ ਦੀ ਪਰਵਾਹ ਨਹੀਂ ਕਰਦਾ ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾ ਸਾਇ ਮਸ਼ੀਨਾ ਲਖੀਆਂ ਰਹਿ ਜਾਂਦੀਆਂ ਡਾਕਟਰ ਵਿਚਾਰੇ ਖਲੋਤ ਸੌਰੀ 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 ਕਹਿੰਦੇ ਰਹਿ ਜਾਂਦੇ ਨੇ ਨਹੀਂ ਬਚਾ ਸਕੇ ਪਤਾ ਨਹੀਂ ਲੱਗਦਾ ਉਹ 파ਰੂ ਠਾਕੁਰ ਜਿਸ ਕਾਨ ਨਾ ਚੰਦਾ ਜਿਚਰ ਰਾਕੇ ਤੇ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸ਼ਦਾਸਾ ਹੈ ਆਈ ਆਗਿਆ ਹੁਕਮ ਆ ਗਿਆ ਨਾ ਤੂੰ ਜਾਣ ਉਹ ਹੀ ਸਭ ਸੈ ਦੇ ਲੈਸੈਂ ਜਿੰਦ ਕਵਾਉ ਤੂੰ ਆਪਣੇ ਹੁਕਮ ਨਾਲ ਜਿੰਦ ਦੇ ਵੀ ਦੇਣਾ ਤੇ ਕੱਢ ਵੀ ਲੈਣਾ ਆਈ ਆਗਿਆ ਪਿਰੋਂ ਬੁਲਾਇਆ ਨਾ ਧੰਨ ਪੁੱਛੀ ਨਾ ਮਤਾਬ ਕਾਇਆ ਕਾਇਆ ਨੂੰ ਤਾਂ ਪੁੱਛੀ ਨਹੀਂ ਕੋਈ ਇਹਦੇ ਨਾਲ ਸਲਾਹ ਨਹੀਂ ਕੀਤੀ ਊੜ ਸਦਾਇਓ ਤੁਰ ਪਿਆ ਵਿਚਾਰਾ ਹੁਕਮ ਚ ਊੜ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾ ਮੈਂ ਬੇਨਤੀ ਕਰਾਂਗਾ ਦਾਤਾ ਕਰਤਾ ਆਪ ਤੂੰ ਤੁਸ ਤੇਵੇਂ ਕਰੇ ਪਸਾਓ ਤੂੰ ਜਾਣ ਹੋਈ ਸਭ ਸਹਿ ਦੇ ਲੈਸ ਹੈ ਮਹਾਰਾਜ ਕਿੰਨੇ ਤੂੰ ਕਿਰਪਾ ਕਰਨਾ ਹੈ ਤੂੰ ਸਭ ਨੂੰ ਤੇਨੇ ਦੇ ਲੈਸੇ ਜਿੰਦ ਕਬਾਓ ਅਖੀਰ ਤੇ ਕਹਿੰਦੇ ਨੇ ਨਿਰਾਸ਼ਨਾ ਵੀ ਕਿਤੇ ਤੇਰੇ ਤੋਂ ਦੂਰ ਨੀ ਕਰ ਆਸਨ ਡਿਠੋ ਚਾਓ